ਰੁਪਏ 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:12 ਹੋਏ ਨੇ, 4 ਅਪ੍ਰੈਲ ਦਾ ਦਿਨ ਹੈ, ਵਰ੍ਹਾ 2019 ਦਾ ਵੀਰਵਾਰ ਹੈ। ਨਾਨਕਸ਼ ਸਮਤ 22 ਚੇਤ, ਨਾਨਕਸ਼ ਸਮਤ 551, ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਕ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਜਲੰਧਰ ਤੋਂ ਡਾਕਟਰ ਜੰਮੂ ਗੱਲਬਾਤ ਕਰਨਗੇ। ਵਜ਼ਨ ਘਟਾਉਣ ਲਈ ਜਿਹੜੀ ਸਰਜਰੀ ਹੁੰਦੀ ਹੈ, ਉਹ ਸਰਜਰੀ ਦਾ ਪ੍ਰੋਸੈਸ ਕੀ ਹੈ, ਉਹ ਕਿਸ ਤਰ੍ਹਾਂ ਹੁੰਦੀ ਹੈ, ਉਹਦੇ 'ਤੇ ਖਰਚਾ, ਕਿਉਂਕਿ ਪਿਛਲੇ ਦਿਨਾਂ 'ਚ ਵੀ ਜਦੋਂ ਉਹਨਾਂ ਨੇ ਗੱਲਬਾਤ ਕੀਤੀ ਸੀ, ਇਹ ਸਰਜਰੀ ਜਿਹੜੀ ਹੈ ਇਹ ਉਸ ਜਗ੍ਹਾ 'ਤੇ ਜਾ ਕੇ, ਜਾਂ ਤੁਸੀਂ ਬਿਲਕੁਲ ਇਹ ਕੁਝ ਕਰਨ ਤੋਂ ਇੰਨੇ ਭਾਰੀ ਹੋ ਜਾਓ ਕਿ ਤੁਹਾਨੂੰ ਤੁਹਾਡੇ ਤੋਂ ਹੋਵੇ ਕੱਖ ਨਾ, ਤਾਂ ਉਸ ਸਮੇਂ ਇਹ ਸਰਜਰੀ ਦਾ ਫਾਇਦਾ ਹੋ ਸਕਦਾ। ਪਰ ਜੇ ਲੱਗਦਾ ਕਿ ਤੁਹਾਡਾ ਵਜ਼ਨ ਜਿਹੜਾ ਤੁਹਾਡੇ ਤੋਂ ਜਿਹੜੀਆਂ ਉਹ ਘੱਟ ਨਹੀਂ ਰਿਹਾ, ਤਾਂ ਸਰਜਰੀ ਜ਼ਰੂਰ ਕਰਾਉਣੀ ਚਾਹੀਦੀ ਹੈ, ਕਿਉਂਕਿ ਸਰੀਰ ਦੇ ਹੋਰ ਜਿਹੜੇ ਅੰਗ ਨੇ, ਹੋਰ ਜਿਹੜੇ ਪੁਰਜੇ ਨੇ, ਉਹ ਘਸਣ ਲੱਗ ਜਾਂਦੇ ਆ, ਫਿਰ ਵਜ਼ਨ ਜਿਹੜਾ ਗੋਡੇ 'ਚ ਭਾਰ ਝੱਲਣੋਂ ਹਟ ਜਾਂਦੇ ਆ, ਅਤੇ ਊਂ ਵੀ ਔਖਾ, ਭਾਰੀ ਸਰੀਰ ਨੂੰ ਇੱਧਰ ਉੱਧਰ ਕਰਨਾ ਪੈਣਾ, ਉੱਠਣਾ ਬਹਿਣਾ ਬੜਾ ਔਖਾ। ਖਾਸ ਤੌਰ 'ਤੇ ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਜਦ ਜਹਾਜ਼ ਦੇ ਵਿੱਚ ਪਿਛਲੀਆਂ ਸੀਟਾਂ ਜਿਹਦੇ 'ਚ ਜ਼ਿਆਦਾਤਰ ਆਪਾਂ ਉਹਦੇ 'ਚ ਆਉਂਦੇ ਹਾਂ, ਉੱਥੇ ਫਿੱਟ ਹੋਣਾ ਬੜਾ ਔਖਾ ਭਾਰੀ ਅਤੇ ਲੰਬੇ ਸਰੀਰਾਂ ਨੂੰ। ਸੋ ਇਸ ਦੇ ਲਈ ਜੇ ਵਜ਼ਨ ਨਹੀਂ ਠੀਕ ਹੋ ਰਿਹਾ ਤਾਂ ਡਾਕਟਰ ਜੰਮੂ ਗੱਲਬਾਤ ਅੱਜ ਕਰਨਗੇ, ਹੋਰ ਤੁਹਾਡੇ ਸਵਾਲ ਨੇ ਜਿਹੜੇ ਉਹਨਾਂ ਤੋਂ ਪੁੱਛਾਂਗਾ। ਤੇ 12 ਤੋਂ 1 ਵਜੇ ਤੱਕ ਗੱਲਬਾਤ ਤੁਹਾਡੇ ਨਾਲ ਮੈਂ ਕਰਨੀ ਹੈ ਕਿ ਦੁਨੀਆ ਦੇ ਵਿੱਚ ਧਾਰਮਿਕ ਜਿਹੜੀ ਸਹਿਣਸ਼ੀਲਤਾ ਹੈ ਉਹ ਕਿੰਨੀ ਕੁ ਹੈ। ਲੱਗਦਾ ਸਾਨੂੰ ਹੁੰਦਾ ਪਰ ਅਸਲ 'ਚ ਕਹਾਣੀਆਂ ਕੁਛ ਹੋਰ ਹੁੰਦੀ ਹੈ। 1 ਤੋਂ 2 ਤੱਕ ਸਾਦਗੀ ਜਿਹੜੀ ਹੈ ਜ਼ਿੰਦਗੀ ਦੇ ਵਿੱਚ ਉਹ ਕਿੰਨੀ ਕੁ ਜ਼ਰੂਰੀ ਹੈ, ਕਿਉਂਕਿ ਵੀਰਵਾਰ ਨੂੰ ਆਪਾਂ ਘਰੇਲੂ ਗੱਲਬਾਤ ਕਰਦੇ ਹਾਂ। ਪੰਜਾਬ ਦੇ ਪਿੰਡਾਂ ਦੇ ਵਿੱਚ ਸਾਦਗੀ ਜਿਹੜੀ ਸੀ, ਜਿਹੜੀ ਹਾਲੇ ਵੀ 30% ਜਿਹੜੇ ਪੁਰਾਣੇ ਬਜ਼ੁਰਗ ਬੈਠੇ ਉਹਨਾਂ ਦੇ ਕੋਲ ਹੈ, ਉਸ ਦੀ ਗੱਲਬਾਤ ਅੱਜ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਜਿਹਨਾਂ ਕਰਕੇ ਆਰਾਮ ਸੀ ਉਸ ਸਮੇਂ। ਉਸ ਸਮੇਂ ਬੈਂਕਾਂ ਵੀ ਇਹੀ ਸੀ, ਅਮੀਰ ਲੋਕਾਂ ਦੇ ਦਾਰੂ ਦੱਪੇ ਤੇ ਕਾਰਾਂ ਗੱਡੀਆਂ ਸ਼ਹਿਰਾਂ ਦੇ ਵਿੱਚ ਉਸ ਤਰ੍ਹਾਂ ਹੀ ਸੀ, ਪਰ ਪਿੰਡਾਂ ਦੇ ਵਿੱਚ ਇਹ ਚੀਜ਼ਾਂ ਦਾ ਪਾਹ ਨਹੀਂ ਸੀ, ਖੁਸ਼ ਕਿੰਨੇ ਰਹਿੰਦੇ ਸੀ ਉਹ। ਹਾਲੇ ਵੀ ਤੁਸੀਂ ਕੁਦਰਤ ਦੇ ਨਾਲ ਸਾਦਗੀ ਦੇ ਨੇੜੇ ਹੋ ਜਾਓ, ਉਦਣੇ ਆਰਾਮ ਹੈ। ਅੱਜ ਜਿਹੜੇ ਤੁਹਾਡੇ ਵਧਾਏ ਹੋਏ ਖਰਚੇ ਨੇ ਉਹਨਾਂ ਤੇ ਟੇਢੀ ਮਾਰਦੇ ਹੋ ਲਾਈਨ, ਅੱਜ ਜ਼ਿੰਦਗੀ ਸੌਖੀ ਹੈ। ਜਿਹੜਾ ਆਰਥਿਕਤਾ ਦਾ ਬਰਡਨ ਹੈ, ਬਹੁਤ ਜ਼ਿਆਦਾ ਬਰਡਨ ਹੈ ਉਹ ਬੰਦੇ ਦੇ ਦਿਮਾਗ 'ਤੇ, ਜਿਹੜਾ ਸਟ੍ਰੈਸ ਦਾ ਕਾਰਨ ਹੈ, ਬਹੁਤ ਜ਼ਿਆਦਾ ਮੁਸ਼ਕਲ ਹੈ। ਵਧਾਏ ਖਰਚੇ ਘਟਾਉਣੇ ਬਹੁਤ ਔਖੇ ਨੇ, ਘਟੇ ਹੋਇਆਂ ਨੂੰ ਵਧਾਉਣਾ ਤੁਹਾਡੇ ਹੱਥ 'ਚ। ਸਾਦਗੀ ਦੇ ਆਲੇ ਦੁਆਲੇ ਗੱਲ ਚੱਲੂ ਕਿ ਕਿੰਨੀ ਸਾਦਗੀ ਸੀ ਪਿੰਡਾਂ ਦੇ ਵਿੱਚ, ਕਿਹੜੀਆਂ ਕਿਹੜੀਆਂ ਗੱਲਾਂ ਹੁੰਦੀਆਂ ਤੇ ਕਿੰਨੀਆਂ ਗੱਲਾਂ ਬੜੀਆਂ ਅਲੋਕਾਰੀਆਂ ਹੁੰਦੀਆਂ ਵੀ ਵਾਹ 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 ਵਾਹ, ਉਹ ਕਾਰ ਖੜੀ ਆ ਫਲਾਣਿਆਂ ਦੇ ਸਾਹਮਣੇ, ਦਰਾਂ ਦੇ ਮੂਹਰੇ। ਸਕੂਟਰ ਪਿੰਡਾਂ ਦੇ ਵਿੱਚ ਇੱਕ ਅੱਧਾ ਹੁੰਦਾ, ਟਰੈਕ 'ਤੇ ਇੱਕ ਅੱਧਾ ਹੁੰਦਾ, ਬਾਕੀ ਕੰਮ ਸਾਰੇ ਹੁੰਦਾ। ਆ ਕੇ ਸਰਕਾਰ ਵੱਲੋਂ ਚੂਹੇ ਕਿਵੇਂ ਫੜਨੇ ਆ, ਬੈਨ ਦੇ ਉੱਪਰ ਲਾ ਕੇ ਇੱਕ ਪਰਦਾ ਤੇ ਉਹ ਫਿਲਮ ਦਿਖਾ ਦਿੰਦੇ, ਮੂਹਰੇ ਬੈਠੇ ਹੁੰਦੇ ਧਰਤੀ ਕੇ ਦਰਵੇਸ਼, ਐਨ ਪੂਰੇ ਚੱਪ ਮਾਰੀ ਖੇਸੀ ਲਈ ਹੁੰਦੀ, ਉਹ ਦਿਖਾਉਂਦੇ ਘੜਿੱਕੀ 'ਚ ਕਿਵੇਂ ਚੂਹਾ ਬਾਹਰ ਆਉਂਦਾ, ਕਿਵੇਂ ਫੜੀਦਾ, ਬਸ ਉਹਨੇ 'ਚ ਖੁਸ਼ ਹੋ ਜਾਂਦੇ। ਨਾਲ ਉਹ ਨਾਨਕ ਨਾਮ ਚੜ੍ਹਦੀ ਕਲਾ ਵਾਲੀ ਕੋਈ ਫਿਲਮ ਦਿਖਾ ਦਿੰਦੇ, ਬਸ ਇੰਨਾ ਕੇ ਕੰਮ ਹੁੰਦਾ। 1-844-247-1550 ਔਨ ਏਅਰ ਨੰਬਰ ਹੈ, ਜਦ ਤੁਸੀਂ ਨਾਲ ਨਾਲ ਰਹਿਣਾ ਕਿਸੇ ਵੀ ਵਿਸ਼ੇ ਤੇ, ਜਦ ਵੀ ਤੁਹਾਡੀ ਪਕੜ ਹੋਗੀ ਤਾਂ ਗੱਲ ਕਰ ਸਕਦੇ ਹੋ। 1-844-247-1550 1-844-247-1550 ਇਹ ਨੰਬਰ ਹੈ। KRP Radio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ, ਜਿੱਥੇ ਵੀ ਦੁਨੀਆਂ 'ਚ ਬੈਠੇ ਹੋ। ਪ੍ਰੋਗਰਾਮ ਰਹਿ ਜਾਓ ਤਾਂ ਯੂਟਿਊਬ ਤੇ ਉਹਨਾਂ ਨੂੰ ਪਾ ਦੇਈਦਾ ਲੋਕ ਸਾਥ ਪ੍ਰੋਗਰਾਮ, ਅਲੱਗ ਕਰਕੇ ਕਹਾਣੀ, ਜਿਸ ਤਰ੍ਹਾਂ ਕੋਈ ਖਾਸ ਸੈਗਮੈਂਟ ਹੋਵੇ ਉਸ ਨੂੰ ਅਲੱਗ ਕਰਕੇ ਪਵਨ ਜਵੰਦਾ ਪਾਉਂਦਾ। ਕੱਲ੍ਹ ਦੀ ਕਹਾਣੀ ਤੁਸੀਂ ਪਸੰਦ ਕੀਤੀ, ਬਾਈ ਜੀ ਦੇ ਨਾਵਲ ਤਰਕਸ਼ ਟੰਗਿਆ ਜੰਡ ਦੇ ਵਿੱਚੋਂ, ਉਹ ਸਾਡੀ ਸੱਚ ਹੈ, ਉਹ ਕਹਾਣੀਆਂ ਸੱਚ ਨੇ, ਉਹ ਫਕੀਰਾਂ ਦੀ ਜ਼ਿੰਦਗੀ ਇਹ ਜੀ ਹੈ, ਤੁਸੀਂ ਪਸੰਦ ਕਰਦੇ ਹੋ, ਮੈਨੂੰ ਵਧੀਆ ਲੱਗਦਾ, ਗਾਂਹ ਨੂੰ ਹੋਰ ਵਧੀਆ ਕਹਾਣੀ ਤੁਹਾਡੇ ਸਨਮੁੱਖ ਕਰਨ ਨੂੰ ਮਨ ਕਰਦਾ। ਦਫ਼ਤਰ ਦਾ ਨੰਬਰ ਹੈ 604-440-64-ਵਾਟ, info@krpradio.com ਦਫ਼ਤਰ ਦੀ ਈਮੇਲ ਹੈ, ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ, harjeet.g@krpradio.com ਈਮੇਲ।
ਮੇਰੀ ਧੌਣ ਨੂੰ ਪਸੰਦ ਕੋਈ ਗਾਨੀ ਆਉਣ ਵੇਲੇ ਭੱਜੀ ਫਿਰਦੀ ਹੁੰਦੀ ਸੀ ਮੈਂ ਜਵਾਨੀ ਆਉਣ ਵੇਲੇ, ਉਦੋਂ ਤਾਰਿਆਂ ਦੀ ਵੇਲ ਨੂੰ ਮੈਂ ਤੱਕਦੀ ਹੁੰਦੀ ਸੀ, ਲੈਂਦੀ ਗੁੱਤ ਨਾਲ ਮੇਚਾਂ ਨਾਲੇ ਹੱਸਦੀ ਹੁੰਦੀ ਸੀ, ਨੀ ਮੈਂ ਬੈਠ ਕੇ ਝਲਾਨੀ ਦੀਆਂ ਮੋਰੀਆਂ ਦੇ ਨੇੜੇ ਆਟਾ ਗੁੰਨਦੀ ਸੀ ਜਦੋਂ ਨਾਲੇ ਕਰਦੀ ਸੀ ਪੇੜੇ। ਮੈਨੂੰ ਆਪਣੇ ਹੀ ਆਪ ਚ ਫਰਕ ਆਇਆ ਲੱਗੇ, ਮੇਰੇ ਮੈਨੂੰ ਕੰਨੀ ਅੰਮ੍ਰਿਤਸਰ ਆਇਆ ਲੱਗੇ, ਬੁੱਲਾਂ ਉੱਤੇ ਅਖਰੋਟ ਦਾ ਨੀ ਸੱਕ ਰੱਖ ਗਈ, ਲੀਹਾਂ ਸੱਪਾਂ ਦੀਆਂ ਨੱਪਰੀ ਜਵਾਨੀ ਪੱਕ ਗਈ। ਜਦੋਂ ਬਣ ਕੇ ਸੰਧੂਰ ਕੋਲੇ ਰੇਤਾ ਉੱਡਦਾ ਸੀ, ਪੈਰਾਂ ਨਾਲੇ ਪੈਰਾਂ ਵਿੱਚ ਮਾੜਾ ਮਾੜਾ ਸੇਕਾ ਉੱਡਦਾ ਸੀ, ਨੀ ਉਹ ਮਲਿਆਂ ਦੇ ਚਾਰ, ਨੀ ਉਹ ਜੰਡ ਤੇ ਕਰੀਰ ਫੁੱਲ ਅੱਕਦਾ ਸੀ, ਮੈਨੂੰ ਜਮਾ ਲੱਗਦਾ ਫਕੀਰ। ਜ਼ਹਿਰ ਮੋਰੀਏ ਦੇ ਜੇ ਰੰਗ ਦਾ ਮੈਂ ਸੂਟ ਸੀ ਸਵਾਇਆ, ਮੈਨੂੰ ਹਵਾ ਦਿਆਂ ਬੁੱਲਿਆਂ ਨੇ ਨਾਗ ਵਾਲ ਪਾਇਆ, ਨੀ ਮੈਂ ਚੁੰਨੀ ਦੀਆਂ ਕੋਰਾਂ ਉੱਤੇ ਕੀਤੀ ਸੀ ਕਢਾਈ, ਉਹਦੇ ਰੋਹੀ ਜਿਹੇ ਨੈਣਾ ਕੋਲੋਂ ਸੰਗ ਸੰਗ ਵੜੀ ਆਈ, ਮੇਰੀ ਹਿੱਕ ਵਿੱਚ ਨਦੀਆਂ ਦੀ ਧਾਰ ਕੁੜੇ ਵਗੀ, ਮੈਨੂੰ ਸਾਰੀ ਦੁਨੀਆਂ ਹੀ ਮਿੱਠੀ ਖਿੱਲ ਜਿਹੀ ਲੱਗੀ। ਜਦੋਂ ਮੇਲੇ ਉੱਤੇ ਮੁੜਦੇ ਨੇ ਜੋੜਿਆ ਕਬੇਤਾ, ਉਹਦੇ ਅੱਖਰਾਂ ਚ ਮੈਨੂੰ ਕਰ ਦਿੱਤਾ ਸੀਗਾ ਫਿੱਟ, ਮੇਰੀ ਲੂਹ ਨੂੰ ਚ ਭਰ ਗਈ ਹੈਰਾਨੀ ਆਉਣ ਵੇਲੇ, ਭੱਜੀ ਫਿਰਦੀ ਹੁੰਦੀ ਸੀ ਮੈਂ ਜਵਾਨੀ ਆਉਣ ਵੇਲੇ, ਉਦੋਂ ਤਾਰਿਆਂ ਦੀ ਵੇਲ ਨੂੰ ਮੈਂ ਤੱਕਦੀ ਹੁੰਦੀ ਸੀ, ਲੈਂਦੀ ਗੁੱਤ ਨਾਲ ਮੇਚਾਂ ਨਾਲੇ ਹੱਸਦੀ ਹੁੰਦੀ ਸੀ, ਲੈਂਦੀ ਗੁੱਤ ਨਾਲ ਮੇਚਾਂ ਨਾਲੇ ਹੱਸਦੀ ਹੁੰਦੀ ਸੀ। ਹਰਮਨਜੀਤ ਲਿਖਦਾ, ਹੁਣ ਆਪਾਂ ਪੰਜਾਬ ਨੂੰ ਚੱਲਦਿਆਂ ਜਲੰਧਰ ਤੋਂ ਡਾਕਟਰ ਜੰਮੂ ਗੱਲਬਾਤ ਕਰਨਗੇ। ਡਾਕਟਰ ਜੰਮੂ ਨੂੰ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ, ਡਾਕਟਰ ਜੀ ਐਸ ਜੰਮੂ, ਜੰਮੂ ਹੋਸਪਿਟਲ ਜਲੰਧਰ, ਜੰਮੂ ਹੋਸਪਿਟਲ .com, JAMMUHOSPITAL.com, 9840-70-870 ਇਹ ਉਹਨਾਂ ਦਾ ਨੰਬਰ ਹੈ। ਵੇਟ ਲਾਸ ਸਰਜਰੀ ਜਿਹੜੀ ਇੱਕ ਨਵਾਂ ਅਧਿਆਇ ਸੀ ਸਰਜਰੀਆਂ ਦੇ ਵਿੱਚ, ਜਿਹੜਾ 2007 'ਚ ਸ਼ੁਰੂ ਹੋਇਆ, 12 ਸਾਲ ਹੋ ਗਏ ਉਹਨਾਂ ਨੂੰ, ਬੈਰੀਐਟ੍ਰਿਕ ਵੇਟ ਲਾਸ ਸਰਜਰੀ, ਜਿਹੜੇ ਲੋਕ ਆਪਣਾ ਵਜ਼ਨ ਘਟਾਉਣੋਂ ਅਸਮਰੱਥ ਸੀ, ਚਾਹੇ ਉਹਨਾਂ ਨੇ ਖਾਣਾ ਪੀਣਾ ਛੱਡਤਾ, ਚਾਹੇ ਜਿਮ ਚਲੇ ਗਏ, ਤੇ ਕੋਈ ਨਾ ਕੋਈ ਸਰੀਰਕ ਬਣਤਰ ਇਹੋ ਜਿਹੀ, ਕੋਈ ਗਲੀਟ ਇਹੋ ਜਿਹੀ ਟੱਬਰ ਦੇ ਵਿੱਚ ਸ਼ੁਰੂ ਤੋਂ ਮਾਪੇ ਭਾਰੀ ਕਈਆਂ ਦੇ, ਤੇ ਫਿਰ ਉਹ ਹੁਣ ਕੰਪਲੀਕੇਸ਼ਨ ਆਉਣ ਲੱਗ ਗਈਆਂ, ਜਦ ਗੋਡੇ ਦੁਖਣ ਲੱਗ ਗਏ ਤੇ ਹੋਰ ਬੜੇ ਇਸ਼ੂ ਨੇ, ਸ਼ੂਗਰ ਕੰਟਰੋਲ ਨਹੀਂ ਸੀ ਹੋ ਰਿਹਾ, ਲੋਕ ਸਰਜਰੀਆਂ ਕਰਾਉਣ ਲੱਗ ਗਏ, ਸਕਸੈਸ ਰੇਟ ਬਹੁਤ ਹੈ, ਤੇ ਉਸਦੇ ਬਾਰੇ ਡਾਕਟਰ ਜੰਮੂ ਜਲੰਧਰ ਤੋਂ ਮੇਰੇ ਨਾਲ ਗੱਲਬਾਤ ਕਰਨਗੇ। ਜੰਮੂ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਥੈਂਕ ਯੂ ਜੀ, ਸਤਿ ਸ੍ਰੀ ਅਕਾਲ। ਅੱਛਾ ਜੀ, ਜਿਹੜੀਆਂ ਇਹ ਸਰਜਰੀਆਂ 2007 ਤੋਂ ਆਪਾਂ ਸ਼ੁਰੂ ਕੀਤੀਆਂ ਜੀ, ਉਹਨਾਂ ਦਾ ਤਜਰਬਾ ਦੁਨੀਆਂ ਦੇ ਵਿੱਚੋਂ, ਬਾਹਰੋਂ ਬਹੁਤ ਲੋਕ ਗਏ ਜੀ, ਸਾਰੇ ਦੇਸ਼ਾਂ ਦੇ ਵਿੱਚੋਂ ਜਿਹੜੇ ਪ੍ਰਦੇਸੀ ਵਸੇ ਸੀ, ਉਹਨਾਂ ਨੇ ਬਹੁਤ ਸਰਜਰੀਆਂ ਕਰਾਈਆਂ। ਓਵਰਆਲ ਠੀਕ ਹੈ, ਇਹਦੇ ਵਿੱਚ ਡਾਕਟਰ ਜਿੱਥੇ ਸਰਵ ਕਰਦਾ ਹਿਊਮੈਨਿਟੀ ਨੂੰ, ਉਹਦਾ ਬਿਜ਼ਨਸ ਵੀ ਹੈ, ਪਰ ਇੱਕ ਕਿਤੇ ਨਾ ਕਿਤੇ ਮਨ ਨੂੰ ਤਸੱਲੀ ਹੁੰਦੀ ਹੈ ਜਿਹੜੇ ਪੈਸੇ ਧੇਲੇ ਤੋਂ ਬਾਹਰ ਹੋ ਕੇ ਆਉਂਦੀ ਹੈ, ਕਿਉਂਕਿ ਬਹੁਤ ਫੀਲਡ ਹੈ MD ਕਿਸੇ ਚੀਜ਼ 'ਚ ਵੀ ਤੁਸੀਂ ਕਰ ਲਓ, ਅਲੱਗ ਅਲੱਗ ਫੀਲਡ 'ਚ ਲੋਕ ਚਲੇ ਜਾਂਦੇ ਆ, ਪਰ ਤੁਸੀਂ ਇਸ ਪਾਸੇ ਆ ਗਏ, ਹੁਣ ਤੱਕ ਦੇ ਤਜਰਬੇ ਦੇ ਵਿੱਚ ਡਾਕਟਰ ਸਾਹਿਬ ਕੀ ਹੈ, ਕੀ ਦੱਸਣਾ ਚਾਹੁੰਦੇ ਹੋ, ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਇੰਨੇ ਲੋਕਾਂ ਨੂੰ ਸਰਵ ਕਰਨ ਤੋਂ ਬਾਅਦ? ਹਾਂਜੀ ਗਿੱਲ ਸਾਹਿਬ, ਤੁਸੀਂ ਠੀਕ ਆ। ਮੈਂ ਬਤੌਰ ਸਰਜਨ ਆਪਣਾ ਜ਼ਿਆਦਾ ਮੇਰਾ ਇੰਟਰਸਟ ਅੱਜ ਕੱਲ੍ਹ ਅਤੇ ਪਿਛਲੇ ਕਾਫੀ ਸਾਲਾਂ ਤੋਂ ਬਰੀਐਟ੍ਰਿਕ ਸਰਜਰੀ ਜਿਹਨੂੰ ਵੇਟ ਲੋਸ ਸਰਜਰੀ ਵੱਲ ਹੈ, ਅਤੇ ਮੈਂ ਦੇਖ ਰਿਹਾ ਵੀ ਜਦੋਂ ਅਸੀਂ 2007 ਦੇ ਵਿੱਚ ਸ਼ੁਰੂ ਕੀਤੀ ਸੀ ਤੇ ਲੋਕਾਂ ਨੂੰ ਅਵੇਅਰਨੈਸ ਪੰਜਾਬ ਵਿੱਚ ਜਲੰਧਰ ਵਿੱਚ ਕਹਿ ਲਓ ਨਾ ਮਾਤਰ ਸੀਗੀ ਵੀ ਇਹ ਕੀ ਵੇਟ ਲੋਸ ਸਰਜਰੀ ਆ, ਕਿੱਦਾਂ ਹੁੰਦੀ ਹੈ, ਤੇ ਬੜੀ ਮੁਸ਼ਕਿਲ ਹੁੰਦੀ ਸੀ ਕਿਉਂਕਿ ਲੋਕਾਂ ਨੂੰ ਸਮਝਾਉਣ ਤੇ ਕਨਵਿੰਸ ਕਰਨ ਤੇ ਵੀ ਇਹ ਨਾਲ ਤੁਹਾਡਾ ਮਨ ਚ ਆਇਆ ਭਾਰ ਘੱਟ ਸਕਦਾ, ਤੁਹਾਨੂੰ ਸ਼ੂਗਰ ਘਰਾੜੇ ਵਾਲੀਆਂ ਬਿਮਾਰੀਆਂ ਨੂੰ ਛੁਟਕਾਰਾ ਪੈ ਸਕਦਾ ਮਿਲ ਸਕਦਾ, ਤੇ ਮੈਂ ਦੇਖਿਆ ਵੀ 2007 ਜਦੋਂ ਅਸੀਂ ਓਪਰੇਸ਼ਨ ਸਟਾਰਟ ਕੀਤੇ ਸੀ ਤੇ ਸਾਲ ਦੇ ਵਿੱਚ ਮਸੇ ਸਾਡੇ ਕੋਲ 10-15 ਲੋਕਾਂ ਨੇ ਓਪਰੇਸ਼ਨ ਕਰਾਏ ਸੀ ਇੱਕ ਸਾਲ ਦੇ ਵਿੱਚ, ਪਰ ਹੌਲੀ ਹੌਲੀ ਲੋਕਾਂ ਦੇ ਜਿਹੜੇ ਨਤੀਜੇ ਆਇਆ ਮਾਰਕੀਟ 'ਚ, ਲੋਕਾਂ ਨੇ ਦੇਖਿਆ ਵੀ ਲੋਕਾਂ ਦਾ ਭਾਰ ਘੱਟਦਾ ਤੇ ਬੜੀਆਂ ਸਾਰੀਆਂ ਪ੍ਰੋਬਲਮ ਠੀਕ ਹੁੰਦੀਆਂ ਤੇ ਅਵੇਅਰਨੈਸ ਹੋਈ, ਤੇ ਅੱਜ ਦਾ ਇਹ ਹਾਲ ਹੈ ਵੀ ਅਸੀਂ ਦਿਨ ਦੇ ਵਿੱਚ 8-10 ਓਪਰੇਸ਼ਨ ਕਰ ਦਿੰਦੇ ਹਾਂ ਜੋ ਅਸੀਂ ਸਾਲ 2007 'ਚ ਪੂਰੇ ਸਾਲ 'ਚ ਕਰਦੇ ਸੀ। ਉਹਦਾ ਕਾਰਨ ਹੈ ਵੀ ਲੋਕਾਂ ਨੂੰ ਇਹਦਾ ਪਤਾ ਲੱਗਿਆ ਵੀ ਲਾਈਫ ਸੇਵਿੰਗ ਸਰਜਰੀ ਹੈ, ਇਹ ਨਾਲ ਬਹੁਤ ਸਾਰੇ ਫਾਇਦੇ ਜੁੜੇ ਹੋਏ ਆ, ਇਹ 'ਚ ਕੋਈ ਵੀ ਕੋਈ ਨੀਮ ਹਕੀਮ ਕੋਈ ਦੇਸੀ ਕੰਮ ਨਹੀਂ, ਪੂਰਾ ਸਾਇੰਟੀਫਿਕ ਬੇਸ ਸਰਜੀਕਲ ਵਰਕ ਹੈ ਜੋ ਕਿ ਕੁਆਲੀਫਾਈਡ ਡਾਕਟਰ ਦੁਨੀਆਂ ਦੇ ਕਰ ਸਕਦੇ ਆ, ਤਾਂ ਉਹਦਾ ਸਦਕਾ ਵੀ ਅੱਜ ਸਰਜਰੀ ਇੰਨੀ ਕੁ ਪਾਪੂਲਰ ਹੈ
ਵੀ ਜਲੰਧਰ ਦੇ ਵਿੱਚ ਹੀ ਤਕਰੀਬਨ ਅਸੀਂ ਰੋਜ਼ ਦੇ 5-7 ਓਪਰੇਸ਼ਨ ਅਸੀਂ ਜਲੰਧਰ ਦੇ ਵੱਲੇ ਵਾਸੀਆਂ ਦੇ ਕਰ ਦਿੰਦੇ ਹਾਂ ਤੇ ਦੁਨੀਆਂ ਭਰ ਤੋਂ ਪੇਸ਼ੈਂਟ ਆਪਣਾ ਇੰਟਰਸਟ ਦਿਖਾਉਂਦੇ ਆ ਤੇ ਸਾਡੇ ਸੈਂਟਰ ਚ ਆ ਕੇ ਓਪਰੇਸ਼ਨ ਕਰਾ ਰਹੇ ਆ। 11 ਸਾਲ ਦੇ ਬੱਚੇ ਤੋਂ ਲੈ ਕੇ ਤੇ 84 ਸਾਲ ਤੱਕ ਅਸੀਂ ਆਪਣੇ ਸੈਂਟਰ ਵਿੱਚ ਓਪਰੇਸ਼ਨ ਕਰ ਚੁੱਕੇ ਹਾਂ ਤੇ ਬਹੁਤ ਲੋਕਾਂ ਦੇ ਆਪਣੇ ਵੇਟ ਤੋਂ ਲੂਜ਼ ਕਰਕੇ ਬੜਾ ਇਹਦਾ ਫਾਇਦਾ ਚੁੱਕੇ ਆ। ਅੱਛਾ ਡਾਕਟਰ ਸਾਹਿਬ, ਜੇ ਡਾਕਟਰੀ ਲਾਈਨ ਤੋਂ ਬੋਡੀ ਐਨਾਟਮੀ ਦੇ ਵਿੱਚ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਵਜ਼ਨ ਘਟਣ ਦੇ ਨਾਲ ਸ਼ੂਗਰ ਕੰਟਰੋਲ ਕਿਵੇਂ ਹੁੰਦਾ, ਘਰਾੜੇ ਕਿਵੇਂ ਘਟ ਜਾਂਦੇ ਨੇ, ਉਹਨੂੰ ਸਿੱਧੇ ਸ਼ਬਦਾਂ ਜੇ ਸਮਝਾਵੋ ਤਾਂ ਉਹ ਕਿਵੇਂ ਸਮਝਾ ਸਕਦੇ ਹੋ ਜੀ, ਵੀ ਕਿਵੇਂ ਘਟਦੀ ਹੈ ਫਿਰ ਚੀਜ਼ ਇਹ ਵਜ਼ਨ ਦੇ ਨਾਲ? ਹਾਂਜੀ, ਵਜ਼ਨ ਘਟਣ ਨਾਲ ਸ਼ੂਗਰ ਨਹੀਂ ਘਟਦੀ, ਕਿਉਂਕਿ ਵਜ਼ਨ ਤਾਂ ਕਈ ਵਾਰੀ ਤੁਸੀਂ ਵਰਜਿਸ਼ ਕਰਕੇ ਵੀ ਘਟਾ ਲੈਂਦੇ ਹੋ, ਵਜ਼ਨ ਘਟਣ ਨਾਲ ਘਰਾੜੇ ਵੀ ਨਹੀਂ ਘਟਦੇ। ਉਹਦਾ ਜਿਹੜਾ ਪ੍ਰਿੰਸੀਪਲ ਹੈਗਾ ਉਹ ਹੋਰ ਹੈ। ਜਦੋਂ ਅਸੀਂ ਕਿਸੇ ਬਰੀਆਟ੍ਰਿਕ ਸਰਜਰੀ ਜਿਵੇਂ ਕਿ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਕਰਦੇ ਹਾਂ, ਉਹਦੇ ਨਾਲ ਜਿਹੜਾ ਭਾਰ ਉਹਦਾ ਘਟਦਾ ਤੇ ਉਹਦੇ ਨਾਲ ਕੀ ਹੁੰਦਾ, ਜਿਹੜੇ ਸ਼ੂਗਰ ਵਾਲਾ ਰੋਗੀ ਹੁੰਦਾ ਉਹਦਾ ਅਸੀਂ ਦੇਖਦੇ ਹਾਂ ਵੀ ਜਿਹੜੀ ਇਨਸੁਲਿਨ ਹੈ ਉਹ ਬੋਡੀ ਚ ਘੱਟ ਜਾਂਦੀ ਹੈ, ਜਿਹਦੇ ਕਰਕੇ ਉਹਦੀ ਸ਼ੂਗਰ ਕੰਟਰੋਲ ਨਹੀਂ ਹੁੰਦੀ, ਉਹਨੂੰ ਆਰਟੀਫਿਸ਼ਲ ਇਨਸੁਲਿਨ ਲੈਣੀ ਪੈਂਦੀ ਹੈ ਆਪਣੀ ਸ਼ੂਗਰ ਠੀਕ ਕਰਨ ਨੂੰ। ਪਰ ਜਦੋਂ ਬਰੀਆਟ੍ਰਿਕ ਸਰਜਰੀ ਕਰ ਦਿੱਤੀ ਜਾਂਦੀ ਹੈ, ਗੈਸਟ੍ਰਿਕ ਬਾਈਪਾਸ ਵਰਗਾ ਓਪਰੇਸ਼ਨ ਕਰ ਦਿੱਤਾ ਜਾਂਦਾ, ਉਹਦਾ ਸ਼ੂਗਰ ਜਿਹੜੀ ਹੈ ਉਹ ਇਸ ਤਰ੍ਹਾਂ ਕੰਟਰੋਲ ਹੁੰਦੀ, ਕਿਉਂਕਿ ਜਿਹੜਾ ਫੂਡ ਦਾ ਰਸਤਾ ਇਨਸੁਲਿਨ ਜਿਹੜੀ ਬਣਾਉਂਦੀ ਹੈ ਸਿਕਰੀਸ਼ਨ ਪੈਂਕਰੀ ਦੇ ਬਣਾਉਂਦਾ, ਉਹਦਾ ਰਸਤਾ ਅੱਡ ਅੱਡ ਹੋ ਜਾਂਦੇ ਹੈ, ਫੂਡ ਇਨਸੁਲਿਨ ਨਾਲ ਮਿਕਸ ਹੋ ਕੇ ਉਹਦਾ ਨਿਊਟਰਲਾਈਜ਼ ਨਹੀਂ ਕਰਦਾ, ਤੇ ਥੋੜੀ ਵੀ ਇਨਸੁਲਿਨ ਜਿਹੜੀ ਬੋਡੀ ਪ੍ਰੋਡਿਊਸ ਕਰਦੀ ਹੈ ਉਹ ਸਫੀਸ਼ੀਐਂਟ ਹੁੰਦੀ ਹੈ ਸਾਡੀ ਸ਼ੂਗਰ ਕੰਟਰੋਲ ਕਰਨ ਲਈ। ਬਹੁਤ ਸਾਰੇ ਪੇਸ਼ੈਂਟ ਹੈ ਜਿਹਨਾਂ ਦਾ ਬਹੁਤ ਸਾਰਾ ਸ਼ੂਗਰ ਆਊਟ ਆਫ ਕੰਟਰੋਲ ਹੋਣ ਕਰਕੇ 50 ਯੂਨਿਟ ਜਾਂ 100 ਯੂਨਿਟ ਜਾਂ 200 ਯੂਨਿਟ ਇਨਸੁਲਿਨ ਬਿਫੋਰ ਸਰਜਰੀ ਲੈਂਦੇ ਸੀ, ਸਰਜਰੀ ਦੇ ਕੁਛ ਹਫ਼ਤਿਆਂ ਕੁਛ ਮਹੀਨਿਆਂ ਬਾਅਦ ਹੀ ਉਹਨਾਂ ਨੂੰ ਜਿਹੜੀ ਇਨਸੁਲਿਨ ਜਿਹੜੀ ਹੁੰਦੀ ਹੈ ਉਹ ਆਰਟੀਫਿਸ਼ਲ ਬੰਦ ਕਰ ਦਿੰਦੇ ਆ, ਬੋਡੀ ਜਿਹੜੀ ਆਪਣੀ ਇਨਸੁਲਿਨ ਪ੍ਰੋਡਿਊਸ ਕਰਦੀ ਉਹ ਫਿਰ ਸਫੀਸ਼ੀਐਂਟ ਹੋ ਜਾਂਦੀ ਹੈ ਉਹਨਾਂ ਦੀ ਸ਼ੂਗਰ ਕੰਟਰੋਲ ਕਰਨ ਲਈ, ਕਿਉਂਕਿ ਉਹਦੇ ਨਾਲ ਸਾਡੇ GLP GIP ਇੱਕ ਹਾਰਮੋਨ ਹੁੰਦੇ ਆ, ਉਹਨਾਂ ਦਾ ਲੈਵਲ ਉੱਚਾ ਰਹਿਣਾ ਸ਼ੁਰੂ ਹੋ ਜਾਂਦਾ ਤੇ ਤੁਹਾਡੀ ਸ਼ੂਗਰ ਕੰਟਰੋਲ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਸਨੋਰਿੰਗ ਆ, ਘਰਾੜੇ ਆ, ਜਿਵੇਂ ਜਿਵੇਂ ਸਾਡੀ ਫੈਟ ਘਟਦੀ ਆ, ਸਾਡੀ ਚਰਬੀ ਘਟਦੀ ਆ ਪੇਟ ਦੇ ਉੱਪਰ ਲੱਤਾਂ ਦੇ ਉੱਪਰ, ਇਸੇ ਤਰ੍ਹਾਂ ਸਾਡੀ ਜਿਹੜੀ ਚਰਬੀ ਆ ਉਹ ਸਾਹ ਦੇ ਰਸਤਿਆਂ ਦੇ ਉੱਪਰ ਵੀ ਘਟਦੀ ਹੈ, ਜੋ ਕਿ ਮੋਟਾਪੇ ਵਾਲੇ ਸਰੀਰ ਚ ਪ੍ਰੈਸ਼ਰ ਕਰਕੇ ਆਪਣੀ ਚਰਬੀ ਦੇ ਪ੍ਰੈਸ਼ਰ ਕਰਕੇ ਸੁੰਗੜ ਜਾਂਦੇ ਆ, ਖਿੱਚ ਕੇ ਸਾਹ ਲੈਣਾ ਪੈਂਦਾ, ਜਿਹਦੇ ਕਰਕੇ ਸਾਨੂੰ ਘਰਾੜੇ ਵੱਜਦਾ ਜਾਂ ਅਸੀਂ ਕਹਿੰਦੇ ਸਨੋਰਿੰਗ ਹੁੰਦੀ ਹੈ। ਜਦੋਂ ਸਾਡੀ ਫੈਟ ਘਟਦੀ ਹੈ, ਐਕਸਟਰਨਲ ਫੈਟ ਘਟਦੀ, ਸਾਡੇ ਸਾਹ ਦੇ ਰਸਤਿਆਂ ਦੇ ਵੀ ਫੈਟ ਘਟਦੀ ਹੈ, ਉਹ ਰਸਤੇ ਖੁੱਲ ਜਾਂਦੇ ਆ ਤੇ ਆਕਸੀਜਨ ਬੜੇ ਆਰਾਮ ਨਾਲ ਅੰਦਰ ਜਾ ਸਕਦੀ ਹੈ, ਤੇ ਸਾਨੂੰ ਜਿਹੜੀ ਸਨੋਰਿੰਗ ਹੈ ਉਹ ਤਕਰੀਬਨ 4-8 ਹਫ਼ਤੇ ਚ ਬਿਲਕੁਲ ਸਟੋਪ ਹੋ ਜਾਂਦੀ ਹੈ ਓਪਰੇਸ਼ਨ ਤੋਂ ਬਾਅਦ, ਲੋਕੀ ਘਰਾੜੇ ਕਰਨੇ ਬੰਦ ਕਰ ਦਿੰਦੇ ਆ, ਸਲੀਪ ਐਪਨੀਆ ਸਟੋਪ ਹੋ ਜਾਂਦਾ। ਸੋ ਇਸ ਕਰਕੇ ਬਰੀਆਟ੍ਰਿਕ ਸਰਜਰੀ ਤੋਂ ਬਾਅਦ ਸਾਡੇ ਮੋਟਾਪੇ ਦੇ ਨਾਲ ਨਾਲ ਸ਼ੂਗਰ ਦੇ ਘਰਾੜੇ ਵੀ ਠੀਕ ਹੋ ਜਾਂਦੇ ਆ। ਅੱਛਾ ਜੀ, ਇਹਦੇ ਤੁਸੀਂ ਕਹਿੰਦੇ ਹੋ ਇਹ ਜਿਹੜੀਆਂ ਸਰਜਰੀਆਂ ਇਹ ਕਈ ਕਿਸਮ ਦੀਆਂ ਜੀ, ਕਈ ਕਿਸਮ ਤੋਂ ਕੀ ਮਤਲਬ ਹੈ ਜੀ? ਗਿੱਲ ਸਾਹਿਬ, ਜਿਹੜੀ ਬਰੀਆਟ੍ਰਿਕ ਸਰਜਰੀ ਹੈ ਕੋਈ ਨਵੀਂ ਸਰਜਰੀ ਨਹੀਂ, 1960 ਦੇ ਵਿੱਚ ਜਾਂ ਉਸ ਤੋਂ ਵੀ ਪਹਿਲੇ ਅਮਰੀਕਾ ਵਰਗੇ ਦੇਸ਼ਾਂ 'ਚ ਸਟਾਰਟ ਕੀਤੀ ਗਈ ਸੀ, ਜਿੱਥੇ ਮੋਟਾਪਾ ਬਹੁਤ ਜ਼ਿਆਦਾ ਦੇਖਿਆ ਗਿਆ। ਸ਼ੁਰੂਆਤੀ ਦਿਨਾਂ 'ਚ ਜਦੋਂ ਅਸੀਂ ਸਰਜਰੀ ਉਦੋਂ ਕਰਦੇ ਸੀ 1950-60 ਦੇ ਵਿੱਚ, ਉਸ ਵੇਲੇ ਉਹ ਦੇਖਦੇ ਸੀ ਵੀ ਜਿਹੜਾ ਮੋਟਾਪਾ ਦੂਰ ਕਰਨ ਵਾਸਤੇ ਉਹ ਲੋਕਾਂ ਦੇ ਜਿਹੜੇ ਪਾਚਣ ਸੀ ਉਹ ਬਿਲਕੁਲ ਘਟਾ ਦਿੰਦੇ ਸੀ। ਹੌਲੀ ਹੌਲੀ ਉਹਨਾਂ ਨੇ ਕੀ ਕਿਹਾ ਵੀ ਪਾਚਣ ਘਟਾ ਨਾ ਜ਼ਿਆਦਾ ਘਟਾਓ, ਪਾਚਣ ਘੱਟ ਘਟਾਓ ਤੇ ਭਾਵੇਂ ਭੁੱਖ ਘਟਾ ਦਿਓ। ਇਸੇ ਤਰ੍ਹਾਂ ਜਿਹੜੇ ਪ੍ਰਿੰਸੀਪਲ ਸਰਜਰੀ ਦੇ ਚੇਂਜ ਹੁੰਦੇ ਗਏ। ਜੇ ਅੱਜ ਦੇ ਦੌਰ 'ਚ ਅਸੀਂ ਦੇਖੀਏ ਤੇ ਸਰਜਰੀ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ 'ਚ ਭੁੱਖ ਕੰਟਰੋਲ ਕੀਤੀ ਜਾਂਦੀ ਹੈ, ਇੱਕ ਵਿੱਚ ਭੁੱਖ ਦੇ ਨਾਲ ਨਾਲ ਸਾਡੀ ਪਾਚਣ ਘਟਾਈ ਜਾਂਦੀ ਹੈ। ਸੋ ਉਸੇ ਆਧਾਰ ਤੇ ਬੇਸ ਤੇ ਸਰਜਰੀਆਂ ਹੁੰਦੀਆਂ, ਜਿਸ 'ਚ ਸਾਡੇ ਭੁੱਖ ਘਟਾਈ ਜਾਂਦੀ ਹੈ, ਉਹਨੂੰ ਅਸੀਂ ਗੈਸਟ੍ਰਿਕ ਸਲੀਵ ਓਪਰੇਸ਼ਨ ਕਹਿੰਦੇ ਹਾਂ ਜਾਂ ਗੈਸਟ੍ਰਿਕ ਬੈਂਡ ਓਪਰੇਸ਼ਨ ਕਹਿੰਦੇ ਹਾਂ, ਤੇ ਜਿਹਨਾਂ 'ਚ ਸਾਡੀ ਪਾਚਣ ਵੀ ਨਾਲ ਘਟਾਈ ਜਾਂਦੀ ਹੈ, ਉਹਨਾਂ ਨੂੰ ਅਸੀਂ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਜਾਂ ਡਿਊਡਨਲ ਸਵਿੱਚ ਦੇ ਓਪਰੇਸ਼ਨ ਦੇ ਨਾਂ ਨਾਲ ਜਾਣਦੇ ਹਾਂ। ਜਦੋਂ ਕੋਈ ਵੀ ਪੇਸ਼ੈਂਟ ਸਾਡੇ ਕੋਲ ਵੇਟ ਲੋਸ ਲਈ ਆਉਂਦਾ, ਅਸੀਂ ਉਹਦੀ ਹਿਸਟਰੀ ਸਟੱਡੀ ਕਰਦੇ ਹਾਂ ਵੀ ਉਹਦਾ ਮੋਟਾਪੇ ਦਾ ਕਾਰਨ ਕੀ ਹੈ, ਉਹਨੂੰ ਲੋੜ ਤੋਂ ਵੱਧ ਭੁੱਖ ਲੱਗਦੀ ਹੈ, ਕਿ ਉਹ ਜਮਾਂਦਰੂ ਜੈਨੇਟਿਕ ਹੀ ਉਹਦੇ ਇਹੋ ਜਿਹਾ ਕੋਈ ਉਹਦੇ ਅੰਦਰ ਪ੍ਰੋਬਲਮ ਹੈ ਵੀ ਉਹਨੂੰ ਪਾਚਣ ਜ਼ਿਆਦਾ, ਉਹ ਘੱਟ ਖਾ ਕੇ ਵੀ ਮੋਟਾਪੇ ਦਾ ਸ਼ਿਕਾਰ ਹੋ ਰਿਹਾ, ਉਹਦੇ ਕੋਲ ਜੀਨ ਜੀ ਇਹੋ ਜਿਹਾ ਹੋ ਗਿਆ। ਸੋ ਉਸੇ ਪ੍ਰਿੰਸੀਪਲ ਤੇ ਅਸੀਂ ਆਪਣੇ ਜਿਹੜੇ ਸਰਜਰੀ ਕਿਸੇ ਦੀ ਪਰਫੋਰਮ ਕਰਦੇ ਹਾਂ, ਉਹਨੂੰ ਗਾਈਡ ਕਰਦੇ ਹਾਂ ਵੀ ਆਹ ਸਰਜਰੀ ਕਰਾ ਕੇ ਤੁਹਾਨੂੰ ਜ਼ਿਆਦਾ ਬੈਨੀਫਿਟ ਹੋਏਗਾ, ਤੁਸੀਂ ਆਪਣੇ ਭੁੱਖ ਕੰਟਰੋਲ ਕਰ ਸਕਦੇ ਹੋ ਜਾਂ ਆਪਣੇ ਪਾਚਨ ਕੰਟਰੋਲ ਕਰ ਸਕਦੇ ਹੋ, ਜਾਂ ਦੋਨਾਂ ਦਾ ਕੰਬੀਨੇਸ਼ਨ ਦੇ ਨਾਲ ਅਸੀਂ ਸਰਜਰੀ ਪਲਾਨ ਕਰਦੇ ਹਾਂ। ਸੋ ਉਹਦੇ ਤੇ ਅਸੀਂ ਰੂਵਨ ਵਾਈ ਗੈਸਟ੍ਰਿਕ ਬਾਈਪਾਸ ਹੈ, ਜਾਂ ਇੱਕ ਰਿਵਰਸੀਬਲ ਸਰਜਰੀ ਹੈ, ਮਿੰਨੀ ਗੈਸਟ੍ਰਿਕ ਬਾਈਪਾਸ ਹੈ, ਡਿਫਰੈਂਟ ਟਾਈਪਸ ਦੀ ਸਰਜਰੀ ਹੁੰਦੀ ਹੈ, ਡਿਫਰੈਂਟ ਲੋਕਾਂ ਦੀ ਇੰਡੀਕੇਸ਼ਨ ਹੁੰਦੀ ਹੈ ਵੀ ਇਹਨੂੰ ਕਿਉਂ ਮੋਟਾਪਾ ਆ ਰਿਹਾ ਤੇ ਕਿਹੜੇ ਫੈਕਟਰ ਨਾਲ ਉਹ ਮੋਟਾਪਾ ਅਸੀਂ ਦੂਰ ਕਰ ਸਕਦੇ ਹਾਂ। ਅੱਛਾ ਡਾਕਟਰ ਸਾਹਿਬ, ਜੇ ਮੈਂ ਸਵੈ ਮੁਲਾਂਕਣ ਆਪਣਾ ਕਰਨਾ ਹੋਵੇ
ਕਿ ਮੈਂ ਹੁਣ ਆਪਟੀਮਮ ਚਲੇ ਗਿਆ, ਮੈਂ ਡਾਇਟਿੰਗ ਵੀ ਕਰ ਲਈ, ਮੈਂ ਐਕਸਰਸਾਈਜ਼ ਵੀ ਕਰ ਲਈ, ਤੇ ਮੈਨੂੰ ਹੁਣ ਸਰਜਰੀ 'ਚ ਜਾਣਾ ਪੈਣਾ, ਮੈਂ ਔਖਾ ਹੋ ਗਿਆ, ਮੈਂ ਬਲੱਡ ਪ੍ਰੈਸ਼ਰ ਦੀਆਂ ਸ਼ੂਗਰ ਦੀਆਂ ਗੋਲੀਆਂ ਖਾਂਦਾ, ਮੈਂ ਉੱਠਦਾ ਬਹਿੰਦਾ ਔਖਾ ਹੋ ਗਿਆ, ਕੰਮ 'ਚ ਮੈਨੂੰ ਤੰਗੀ ਹੁੰਦੀ ਹੈ। ਜੇ ਸਵੈ ਮੁਲਾਂਕਣ ਦੇ ਤੁਸੀਂ 0 to 10 ਪੁਆਇੰਟ ਦੇਣੇ ਹੋਣ, ਜੇ ਮੈਂ ਘਰੇ ਬਹਿ ਕੇ ਤੁਹਾਡੇ ਕੋਲ ਆਉਣ ਤੋਂ ਪਹਿਲਾਂ ਆਪਣੇ ਆਪ ਨੂੰ ਜਿਹੜਾ ਨਿਰੀਖਣ ਆਪਣਾ ਕਰਨਾ ਹੋਵੇ, ਉਹ ਕੀ ਗਾਈਡਲਾਈਨ ਦਊਂਗੇ ਜੀ, ਬੰਦਾ ਕਿਵੇਂ ਆਪਣੇ ਆਪ ਨੂੰ ਨਿਰਧਾਰਿਤ ਕਰੇ ਕਿ ਮੈਨੂੰ ਹੁਣ ਡਾਕਟਰ ਸਾਹਿਬ ਕੋਲ ਜਾਣ ਦੀ ਜ਼ਰੂਰਤ ਹੈ? ਗਿੱਲ ਸਾਹਿਬ, ਇਹਦੇ ਵਾਸਤੇ ਸੈੱਟ ਗਾਈਡਲਾਈਨਸ ਹੈ, ਉਹ ਇੰਟਰਨੈਸ਼ਨਲ ਗਾਈਡਲਾਈਨਸ ਹੈਗੀਆਂ, ਉਹਦੇ ਆਧਾਰ ਤੇ ਅਸੀਂ ਕਿਸੇ ਦੀ ਸਰਜਰੀ ਕਰਦੇ ਹਾਂ। ਕੋਈ ਵੀ ਪੇਸ਼ੈਂਟ ਜਿਹੜਾ ਕੋਈ 5-7-10 ਪਾਉਂਡ ਓਵਰਵੇਟ ਆ ਜਾਂ 5-7-10 ਕਿਲੋ ਓਵਰਵੇਟ ਆ, ਉਹਦੇ ਲਈ ਸਰਜਰੀ ਪਹਿਲੀ ਗੱਲ ਤਾਂ ਨਹੀਂ ਕੀਤੀ ਜਾਂਦੀ, ਉਹਨੂੰ ਅਸੀਂ ਸਰਜਰੀ ਮਨਾ ਕਰਦੇ ਹਾਂ ਜੀ। ਕਹਿਣ ਦਾ ਭਾਵ ਵੀ ਥੋੜੇ ਬਹੁਤੇ ਓਵਰਵੇਟ ਲਈ ਸਰਜਰੀ ਅਸੀਂ ਕਹਿੰਦੇ ਨਾ ਕਰੋ, ਤੁਸੀਂ ਆਪਣੀ ਕੰਟਰੋਲ ਕਰੋ, ਤੁਸੀਂ ਐਕਸਰਸਾਈਜ਼ ਕਰੋ, ਵਰਜਿਸ਼ ਕਰੋ ਤੇ ਆਪਣਾ ਭਾਰ ਕੰਟਰੋਲ ਕਰੋ। ਪਰ ਬਹੁਤ ਸਾਰੇ ਲੋਕੀ ਜਿਹੜੇ ਹੁੰਦੇ ਆ ਉਹ ਇੰਨੇ ਕੁ ਓਵਰਵੇਟ ਹੋ ਜਾਂਦੇ ਆ ਵੀ ਉਹ ਥੋੜੀ ਬਹੁਤੀ ਐਕਸਰਸਾਈਜ਼ ਤੇ ਡਾਇਟ ਕੰਟਰੋਲ ਨਾਲ ਬਹੁਤ ਥੋੜਾ ਭਾਰ ਘਟਾ ਸਕਦੇ ਆ, ਜਿਹੜਾ ਕਿ ਸਫੀਸ਼ੀਐਂਟ ਨਹੀਂ ਹੁੰਦਾ ਉਹਨਾਂ ਦੀ ਚੰਗੀ ਕੁਆਲਿਟੀ ਆਫ ਲਾਈਫ ਲਈ, ਕਿਉਂਕਿ ਭਾਰ ਇੰਨਾ ਕੁ ਵੱਧ ਗਿਆ ਹੁੰਦਾ ਕਈ ਕਾਰਨਾਂ ਕਰਕੇ ਵੀ ਆਪਣੇ ਨੋਰਮਲ ਭਾਰ ਨਾਲੋਂ 20 ਕਿਲੋ 30 ਕਿਲੋ 40 ਕਿਲੋ 100 ਕਿਲੋ ਤੱਕ ਇਸ ਤੋਂ ਉੱਪਰ ਵੀ ਓਵਰਵੇਟ ਹੋ ਜਾਂਦੇ ਆ, ਜੋ ਕਿ ਕਿਸੇ ਵੀ ਵਰਜਿਸ਼ ਨਾਲ ਕਿਸੇ ਵੀ ਡਾਇਟ ਕੰਟਰੋਲ ਨਾਲ ਪੋਸੀਬਲ ਨਹੀਂ ਹੈ। ਸੋ ਜਿਹੜੀ ਬਰੀਐਟ੍ਰਿਕ ਸਰਜਰੀ ਆ ਉਹ ਤੁਹਾਡੇ ਜੋ ਡਾਇਟ ਐਕਸਰਸਾਈਜ਼ ਫੇਲ ਹੋ ਜੇ ਉਦੋਂ ਅਸੀਂ ਕਿਸੇ ਨੂੰ ਕਹਿੰਦੇ ਵੀ ਤੁਸੀਂ ਇਹਦੀ ਹੈਲਪ ਲੈ ਸਕਦੇ ਹੋ। ਹੁਣ ਕਿੰਨਾ ਵੇਟ ਓਵਰ ਹੋਣਾ ਚਾਹੀਦਾ ਉਹਦੇ ਲਈ ਸਾਡੇ ਬਾਡੀ ਮਾਸ ਇੰਡੈਕਸ ਹੁੰਦਾ, ਜਿਹੜੇ ਸਾਡੇ ਹਾਈਟ ਤੇ ਵੇਟ ਦੀ ਰੇਸ਼ੋ ਹੁੰਦੀ ਹੈ। ਇੱਕ ਨੋਰਮਲ BMI ਜਿਹੜਾ ਹੁੰਦਾ ਤੁਸੀਂ 18 ਤੋਂ ਲੈ ਕੇ 23-24 ਤੱਕ ਕਹਿ ਸਕਦੇ ਵੀ ਨੋਰਮਲ BMI ਹੋ, ਤੁਹਾਡਾ ਭਾਰ ਜਿਹੜਾ ਹੈਗਾ ਉਹ ਨੋਰਮਲ ਕੰਟਰੋਲ ਚ ਹੈ, ਤੁਸੀਂ ਲੋੜ ਨਹੀਂ ਆ। ਪਰ ਜਦੋਂ 24-25 ਦੀ ਦਰ ਟੱਪ ਜਾਂਦਾ, ਇਟ ਮੀਨਸ ਤੁਸੀਂ ਆਪਣਾ ਭਾਰ ਨਾਲੋਂ 10-15 ਕਿਲੋ ਓਵਰਵੇਟ ਹੋਣੇ ਸ਼ੁਰੂ ਹੋ ਗਏ ਹੋ, ਤੇ ਜਦੋਂ 30 BMI ਦੇ ਦਰ ਟੱਪ ਜਾਂਦਾ ਵੀ ਤੁਸੀਂ 18-20 ਕਿਲੋ ਘੱਟੋ ਘੱਟ ਓਵਰਵੇਟ ਹੋ, ਤੇ ਤੁਸੀਂ ਸਰਜਰੀ ਹੈਲਪ ਲੈ ਕੇ ਆਪਣਾ ਜਿਹੜਾ ਵੇਟ ਆ ਉਹ ਲੂਜ਼ ਕਰ ਸਕਦੇ ਹੋ। ਇੰਟਰਨੈਸ਼ਨਲ ਗਾਈਡਲਾਈਨ ਤੇ ਆਧਾਰਿਤ ਹੈ, ਹਰ ਕੰਟਰੀ ਵਿੱਚ ਹਰ ਕੰਟੀਨੈਂਟ ਚ ਉਹੀ ਗਾਈਡਲਾਈਨ ਫੋਲੋ ਕੀਤੀਆਂ ਜਾਂਦੀਆਂ ਜੀ। ਵਪਾਰ ਸੰਦੇਸ਼ ਲੈ ਲਈਏ, ਡਾਕਟਰ ਜੰਮੂ ਮੇਰੇ ਨਾਲ ਨੇ, ਜੰਮੂ ਹਸਪੀਟਲ ਜਲੰਧਰ ਤੋਂ, 9841-70-870 ਉਹਨਾਂ ਦਾ ਨੰਬਰ ਹੈ, jammuhospital.com ਵੈਬਸਾਈਟ ਹੈ, ਤੇ ਅਸੀਂ ਤੁਹਾਨੂੰ ਇਨਫੋਰਮੇਸ਼ਨ ਦੇ ਰਹੇ ਹਾਂ, ਡਿਸੀਜ਼ਨ ਤੁਹਾਡੇ ਨੇ ਪਲੀਜ਼, ਕਿਉਂਕਿ ਸਾਡਾ ਕੰਮ ਹੈ ਇਨਫੋਰਮੇਸ਼ਨ ਦੇਣਾ, ਸਰਜਰੀ ਵਾਲੇ ਪਾਸੇ ਜਾਂ ਤੁਸੀਂ ਜਾਣਾ ਇਹ ਤੁਹਾਡਾ ਡਿਸੀਜ਼ਨ ਆ, ਡਾਕਟਰ ਸਾਹਿਬ ਨੂੰ ਪਰਸਨਲੀ ਜਾ ਕੇ ਮਿਲਣਾ ਜਾਂ ਉਹਨਾਂ ਨੂੰ ਫੋਨ ਕਰਨਾ, ਇਹਦੇ ਨਾਲ ਇਹ ਜੇ ਤੁਹਾਡੀ ਜ਼ਿੰਦਗੀ, ਤੁਹਾਨੂੰ ਪਤਾ ਕਿ ਮੈਨੂੰ ਮੇਰੇ ਵਜ਼ਨ ਨੇ ਤੰਗ ਕੀਤਾ ਪਿਆ, ਤੇ ਜ਼ਿੰਦਗੀ ਵਧੀਆ ਜਿੰਨੀ ਵੀ ਹੈ, ਕੁਆਲਿਟੀ ਤੇ ਕੁਆਂਟਿਟੀ ਦਾ ਬੜਾ ਫਰਕ ਹੈ, ਉਹ ਵਧੀਆ ਜ਼ਿੰਦਗੀ ਭਾਰੀ ਸਰੀਰ ਦੇ ਨਾਲ ਔਖਾ ਹੋ ਜਾਂਦਾ, ਇਹ ਤਾਂ ਗੱਲ ਪਤਾ, ਸ਼ਮਕ ਵਰਗਾ ਬੰਦਾ, ਗਾਜਰ ਵਰਗਾ ਬੰਦਾ ਵਧੀਆ ਲੱਗਦਾ, ਆਪਣੇ ਵਜ਼ਨ ਆਪਣਾ ਸਰੀਰ ਦੇ ਹਿਸਾਬ ਦੇ ਨਾਲ, ਤੁਹਾਡੇ ਹਾਈਟ ਦੇ ਹਿਸਾਬ ਦੇ ਨਾਲ। ਹੋਰ ਵੀ ਸਵਾਲ ਪੁੱਛਦੇ ਆ ਵਪਾਰਕ ਸੰਦੇਸ਼ਾਂ ਤੋਂ ਬਾਅਦ। 11:40 ਹੋ ਗਏ ਜੀ, ਵੇਟ ਲੋਸ ਸਰਜਰੀ ਬਰੀਐਟ੍ਰਿਕ ਸਰਜਰੀ ਦੇ ਮਾਹਰ ਡਾਕਟਰ ਜੰਮੂ ਜਲੰਧਰ ਤੋਂ ਗੱਲਬਾਤ ਕਰ ਰਹੇ ਨੇ ਮੇਰੇ ਨਾਲ। ਅੱਛਾ ਡਾਕਟਰ ਸਾਹਿਬ, ਹੁਣ ਇਸਦੇ ਪ੍ਰੋਸੈਸ ਬਾਰੇ, ਜਦ ਕੋਈ ਸਰਜਰੀ ਲਈ ਤੁਹਾਡੇ ਕੋਲ ਆ ਜਾਂਦਾ ਹੈ ਤੇ ਤੁਸੀਂ ਤੇ ਦੋਨੇ ਪੇਸ਼ੈਂਟ ਆਪਸ ਵਿੱਚ ਸੈੱਟ ਕਰ ਲੈਣ ਕਿ ਸਰਜਰੀ ਹੋਣੀ ਹੈ, ਤੇ ਕਿੰਨੇ ਦਿਨ ਲੱਗਦੇ ਆ, ਸਰਜਰੀ ਦਾ ਸਮਾਂ ਕਿੰਨਾ, ਤੇ ਕਿੰਨੇ ਦਿਨਾਂ ਬਾਅਦ ਉਹ ਡਿਸਚਾਰਜ ਹੋ ਜਾਂਦੇ ਆ ਹਸਪਤਾਲ? ਹਾਂਜੀ, ਜਦੋਂ ਕੋਈ ਵੀ ਪੇਸ਼ੈਂਟ ਸਾਡੇ ਕੋਲ ਵੇਟ ਲੋਸ ਸਰਜਰੀ ਲਈ ਜਾਂਦਾ, ਪਹਿਲੇ ਅਸੀਂ ਉਹਨਾਂ ਮਿਲ ਕੇ ਉਹਨਾਂ ਦੀ ਪੂਰੀ ਕਾਉਂਸਲਿੰਗ ਕਰਦੇ ਹਾਂ, ਸਾਰੇ ਪ੍ਰੋਸੀਜਰ ਸਮਝਾਏ ਜਾਂਦੇ, ਪੂਰੇ ਡਾਊਟਸ ਕਲੀਅਰ ਕੀਤੇ ਜਾਂਦੇ ਆ। ਓਪਰੇਸ਼ਨ ਸਾਰੇ ਦੇ ਸਾਰੇ ਅਸੀਂ ਆਪਣੇ ਜੰਮੂ ਹਸਪਤਾਲ ਜਲੰਧਰ ਵਿੱਚ ਅੱਜ ਕੱਲ੍ਹ ਦੂਰਬੀਨ ਨਾਲ, ਤਾਂ ਪਹਿਲੇ ਵੀ ਕਰਦੇ ਸੀ, ਅੱਜ ਕੱਲ੍ਹ 3D ਟੈਕਨੋਲੋਜੀ ਨਾਲ ਓਪਰੇਸ਼ਨ ਕਰਦੇ ਹਾਂ। 3D ਟੈਕਨੋਲੋਜੀ ਇੱਕ ਲੇਟੈਸਟ ਟੈਕਨੋਲੋਜੀ ਹੈ ਕੈਮਰੇ ਵਾਲੀ, ਜਿਹਦੇ ਨਾਲ ਓਪਰੇਸ਼ਨ ਬੜੀ ਸਰਲਤਾ ਨਾਲ, ਬੜੀ ਸਪੀਡ ਦੇ ਨਾਲ, ਬੜੀ ਸੇਫਟੀ ਨਾਲ ਕੀਤੇ ਜਾਂਦੇ ਆ। ਜਿਹੜਾ ਕੰਮ 1 ਘੰਟੇ 'ਚ ਹੁੰਦਾ ਸੀ ਉਹ 15-20 ਮਿੰਟਾਂ 'ਚ ਕੀਤਾ ਜਾਂਦਾ, ਤੇ ਜ਼ਿਆਦਾ ਸੇਫਟੀ ਨਾਲ ਕੀਤਾ ਜਾਂਦਾ, ਜ਼ਿਆਦਾ ਐਕਿਊਰੇਸੀ ਨਾਲ ਕੀਤਾ ਜਾਂਦਾ। ਸੋ ਕੋਈ ਵੀ ਓਪਰੇਸ਼ਨ ਅਸੀਂ ਜੇ ਵੇਟ ਲੋਸ ਦਾ ਤਕਰੀਬਨ 20-30 ਮਿੰਟ ਦੇ ਸਮੇਂ 'ਚ ਕਰ ਲੈਂਦੇ ਹਾਂ ਹੋਸਪਿਟਲ ਵਿੱਚ, ਤੇ 2 ਦਿਨ ਵਾਸਤੇ ਪੇਸ਼ੈਂਟ ਓਬਜ਼ਰਵੇਸ਼ਨ ਲਈ ਦਾਖਲ ਕੀਤਾ ਜਾਂਦਾ, ਜਿਹਦੇ ਦੌਰਾਨ ਪੇਸ਼ੈਂਟ ਚੱਲ ਫਿਰ ਵੀ ਸਕਦਾ, ਓਪਰੇਸ਼ਨ ਤੋਂ ਬਾਅਦ ਸ਼ਾਵਰ ਵੀ ਲੈ ਸਕਦਾ ਤੇ ਲਿਕੁਇਡ ਡਾਇਟ ਪੀਣ ਵਾਲੀਆਂ ਚੀਜ਼ਾਂ ਵੀ ਲੈ ਸਕਦਾ। 2 ਦਿਨ ਤੋਂ ਬਾਅਦ ਪੇਸ਼ੈਂਟ ਨੂੰ ਛੁੱਟੀ ਕਰ ਦਿੱਤੀ ਜਾਂਦੀ ਹੈ, ਉਹ ਚੱਲ ਕੇ ਡਰਾਈਵ ਕਰਕੇ ਆਪਣੇ ਘਰ ਜਾ ਸਕਦੇ ਆ, ਜਿੱਥੇ ਉਹ ਨਿੱਕੇ ਮੋਟੇ ਕੰਮ ਵੀ ਕਰ ਸਕਦੇ ਆ। ਮੁੜ ਕੇ ਹਫ਼ਤੇ ਬਾਅਦ ਇੱਕ ਵਿਜ਼ਿਟ ਕਰਕੇ ਉਹਨਾਂ ਨੂੰ ਅਸੀਂ ਜਿਹੜੇ ਡਾਇਟ ਕਾਉਂਸਲਿੰਗ ਆ ਉਹ ਕਰ ਦਿੰਦੇ ਹਾਂ, ਜਿਹੜੇ ਸਪਲੀਮੈਂਟਸ ਲੈਣੇ ਹੁੰਦੇ ਆ, ਵਿਟਾਮਿਨਸ ਪ੍ਰਿਸਕ੍ਰਾਈਬ ਕਰਨ ਨੂੰ ਕਰ ਦਿੰਦੇ ਹਾਂ, ਤੇ ਉਹ ਵਾਪਸ ਆਪਣੀ ਕੰਟਰੀ ਜਾ ਸਕਦੇ ਆ। ਸੋ ਕਹਿਣ ਦਾ ਭਾਵ ਜੇ ਤੁਸੀਂ ਇੰਡੀਆ ਆ ਕੇ ਸਰਜਰੀ ਕਰਾਉਣੀ ਹੈ
ਤੇ ਤੁਸੀਂ 10-12 ਦਿਨ ਦਾ ਟੋਟਲ ਸਮਾਂ ਕੱਢ ਕੇ ਆਓ, ਜਿਹਦੇ ਵਿੱਚ ਅਸੀਂ ਤੁਹਾਨੂੰ ਸਿਰਫ 2 ਦਿਨ ਵਾਸਤੇ ਹੋਸਪਿਟਲ ਰੱਖਾਂਗੇ ਤੇ ਦੂਰਬੀਨ ਦਾ ਆਪਰੇਸ਼ਨ ਕੀਤਾ ਜਾਏਗਾ। ਆਪਰੇਸ਼ਨ ਦੇ ਵਿੱਚ ਪੇਟ ਵਾਲੇ ਹਿੱਸੇ ਤੇ 1-1 ਸੈਂਟੀਮੀਟਰ ਦੇ 4 ਜਾਂ 5 ਕੱਟ ਆਉਂਦੇ ਆ, ਜਿੱਥੋਂ ਜਿਹੜਾ ਵੀ ਅਸੀਂ ਆਪਰੇਸ਼ਨ ਕਰਨਾ ਹੁੰਦਾ ਉਹ ਅਸੀਂ ਕਰ ਦਿੱਤਾ ਜਾਂਦਾ। ਤੇ ਹਫ਼ਤੇ ਬਾਅਦ ਤੁਸੀਂ ਫੋਲੋ ਅਪ ਤੋਂ ਬਾਅਦ ਮਤਲਬ ਵਾਪਸ ਤੁਸੀਂ ਆਪਣੀ ਕੰਟਰੀ ਤੁਸੀਂ ਜਾ ਸਕਦੇ ਹੋ ਆਪਰੇਸ਼ਨ ਤੋਂ ਬਾਅਦ। ਅੱਛਾ ਜੀ, ਉਮਰ ਦਾ ਵਰਗ ਤੇ ਵਿਆਹੇ ਜਾਂ ਅਣਵਿਆਹੇ ਕੋਈ ਸੀਮਾ, ਤੇ ਇਸ ਤੋਂ ਬਾਅਦ ਜੇ ਕੋਈ ਵਿਆਹਿਆ ਨਹੀਂ ਹੋਇਆ, ਬਾਲ ਬੱਚੇ ਹੋਣੇ ਨੇ, ਉਹਨੇ ਵਿਆਹ ਕਰਵਾਉਣਾ, ਇਹਦੇ 'ਚ ਕੁਛ ਜਿਹੜੀ ਇਹੋ ਜਿਹੀ ਕੋਈ ਕੰਪਲੀਕੇਸ਼ਨ ਤਾਂ ਨਹੀਂ ਸਰਜਰੀ ਤੋਂ ਬਾਅਦ ਆ ਸਕਦੀ? ਕਿਸੇ ਵੀ ਉਮਰ 'ਚ ਜੇ ਤੁਹਾਡਾ ਮੋਟਾਪਾ ਤੁਹਾਨੂੰ ਤੰਗ ਕਰ ਰਿਹਾ, ਕੁਆਲਿਟੀ ਆਫ ਲਾਈਫ ਖਰਾਬ ਕਰ ਰਿਹਾ, ਕਿਸੇ ਵੀ ਉਮਰ 'ਚ ਤੁਸੀਂ ਇਹਦੀ ਹੈਲਪ ਲੈ ਸਕਦੇ ਹੋ। ਇਸ ਲਈ ਕੋਈ ਵੀ ਰੋਕਥਾਮ ਨਹੀਂ ਹੈਗੀ। ਅਸੀਂ ਆਪਣੇ ਸੈਂਟਰ ਜਲੰਧਰ 'ਚ 11 ਸਾਲ ਤੋਂ ਬੱਚੇ ਤੋਂ ਲੈ ਕੇ 84 ਸਾਲ ਤੱਕ ਓਪਰੇਸ਼ਨ ਕਰ ਚੁੱਕੇ ਹਾਂ। ਜਿਹੜੀ ਤੁਸੀਂ ਕੀਤੀ ਗੱਲ ਕੀਤੀ ਵੀ ਯੰਗ ਜਿਹੜੇ ਲੜਕੇ ਲੜਕੀਆਂ ਜਾਂ ਮੈਰਿਜਬਲ ਏਜ ਗਰੁੱਪ ਦੇ ਜਾਂ ਜਿਹਨਾਂ ਦੀ ਮੈਰਿਜ ਹੋਣ ਵਾਲੀ ਆ ਜਾਂ ਹੋ ਗਈ ਹੈ, ਉਹ ਬੜਾ ਬਿਨਾਂ ਡਰ ਓਪਰੇਸ਼ਨ ਦੀ ਹੈਲਪ ਲੈ ਸਕਦੇ ਆ, ਕਿਉਂਕਿ ਇਸ ਓਪਰੇਸ਼ਨ ਤੋਂ ਬਾਅਦ ਬਹੁਤ ਸਾਰੇ ਫਾਇਦੇ ਜੁੜੇ ਹੁੰਦੇ ਆ। ਹਾਰਮੋਨ ਲੈਵਲ ਕਈ ਵਾਰ ਮੋਟਾਪੇ ਕਰਕੇ ਵਿਗੜ ਜਾਂਦੇ, ਜਿਹਦੇ ਕਰਕੇ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ, ਤੇ ਮੋਟਾਪੇ ਦੀ ਓਪਰੇਸ਼ਨ ਤੋਂ ਬਾਅਦ ਜਿਹੜੇ ਤੁਹਾਡੇ ਹਾਰਮੋਨ ਲੈਵਲ ਠੀਕ ਹੁੰਦੇ ਆ, ਜਿਵੇਂ ਜਿਵੇਂ ਤੁਹਾਡਾ ਮੋਟਾਪਾ ਠੀਕ ਹੁੰਦਾ, ਪ੍ਰੈਗਨੈਂਸੀ ਹੋਣ ਦੇ ਚਾਂਸਿਸ ਵੱਧ ਜਾਂਦੇ ਆ। ਮੇਲ ਜਾਂ ਫੀਮੇਲ ਨੂੰ ਕਿਸੇ ਤਰ੍ਹਾਂ ਦੇ ਵੀ ਕੋਈ ਸਾਈਡ ਇਫੈਕਟ ਓਪਰੇਸ਼ਨ ਕਰਕੇ ਨਹੀਂ ਹੁੰਦਾ। ਸੋ ਜਿਹਨਾਂ ਲੋਕਾਂ ਨੇ ਵੀ ਓਪਰੇਸ਼ਨ ਕਰਕੇ ਮੋਟਾਪਾ ਦੂਰ ਕੀਤਾ, ਉਹਨਾਂ ਦੀ ਫੈਮਿਲੀ ਲਾਈਫ, ਫਿਜ਼ੀਕਲ ਰਿਲੇਸ਼ਨਸ਼ਿਪ, ਹਸਬੈਂਡ ਵਾਈਫ ਦੇ ਰੀਪ੍ਰੋਡਕਟਿਵ ਹੈਲਥ ਵਿੱਚ ਕਾਫੀ ਇੰਪਰੂਵਮੈਂਟ ਦੇਖੀ ਜਾਂਦੀ ਹੈ, ਕਿਉਂਕਿ ਹਾਰਮੋਨ ਲੈਵਲ ਬਿਲਕੁਲ ਨੋਰਮਲਾਈਜ਼ ਹੁੰਦੇ ਆ। ਸੋ ਕਿਸੇ ਵੀ ਉਮਰ ਦੇ ਵਿੱਚ ਜੇ ਮੋਟਾਪਾ ਕੰਟਰੋਲ ਨਹੀਂ ਹੁੰਦਾ, ਕਿਸੇ ਵੀ ਏਜ ਦੇ ਵਿੱਚ ਤੁਸੀਂ ਬਿਨਾਂ ਡਰ ਮੇਲ ਜਾਂ ਫੀਮੇਲ ਆਪਣੇ ਓਪਰੇਸ਼ਨ ਦੀ ਹੈਲਪ ਲੈ ਕੇ ਆਪਣਾ ਜਿਹੜਾ ਓਵਰਵੇਟ ਹੈ ਉਹ ਠੀਕ ਕਰ ਸਕਦੇ। ਅੱਛਾ ਡਾਕਟਰ ਸਾਹਿਬ, ਇੱਕ ਗੱਲ ਭਾਈਚਾਰੇ 'ਚ ਬੜੀ ਚੱਲਦੀ ਹੈ ਇਸ ਗੱਲ ਦੀ ਕਿ ਜਦ ਇੱਕ ਵਾਰ ਵਜ਼ਨ ਘੱਟ ਗਿਆ, ਸਾਰਾ ਕੁਝ ਠੀਕ ਹੋ ਗਿਆ, ਕਿਉਂਕਿ ਫੇਰ ਉਹ ਕਹਿੰਦੇ ਵੀ ਆਪਾਂ ਇਹਦੀ ਗੰਢ ਖਿਲਾ ਵੀ ਸਕਦੇ ਹਾਂ, ਕਿਉਂਕਿ ਲੋਕ ਤਾਂ ਫਿਰ ਸਿੱਧੇ ਸ਼ਬਦਾਂ 'ਚ ਕਹਿੰਦੇ ਆ ਨਾ ਵੀ ਦੁਬਾਰਾ ਫੇਰ ਮੇਧਾ ਆਪਣਾ ਵੱਡਾ ਹੋਜੂ ਤੇ ਦੁਬਾਰਾ ਆਪਾਂ ਫੇਰ ਖਾ ਪੀ ਸਕਦੇ ਹਾਂ। ਸੋ ਰਿਵਰਸੇਬਲ ਕੋਈ ਇਹਦੇ ਵਿੱਚ ਹੈ ਅੱਜ ਤੱਕ ਆਪਾਂ ਕੀਤੀ ਵੀ ਆ ਜਾਂ ਕੋਈ ਕਰਾਉਣ ਆਇਆ ਹੀ ਨਹੀਂ, ਇਹ ਗੱਲ ਕਿੱਥੋਂ ਚੱਲਦੀ ਆ ਜੀ? ਫਿਰ ਜਿਹੜੇ ਤੁਸੀਂ ਰਿਵਰਸੇਬਲ ਵੇਟ ਲੋਸ ਸਰਜਰੀ ਕਹਿੰਦੇ ਹੋ, ਕੁਛ ਪ੍ਰੋਸੀਜਰ ਹੈਗੇ ਆ ਜਿਹਨਾਂ 'ਚ ਸਰੀਰ 'ਚ ਨਾ ਕੋਈ ਚੀਜ਼ ਕੱਢੀ ਜਾਂਦੀ ਹੈ ਨਾ ਕੋਈ ਪਾਈ ਜਾਂਦੀ ਹੈ, ਤੇ ਮੋਟਾਪੇ ਦੇ ਦੋਨੋਂ ਕਾਰਨ ਦੂਰ ਕੀਤੇ ਜਾਂਦੇ, ਜਿਹੜਾ ਕਿ ਇੱਕ ਓਵਰ ਈਟਿੰਗ ਵੀ ਤੇ ਓਵਰ ਅਬਜ਼ੋਰਪਸ਼ਨ ਵੀ ਜ਼ਿਆਦਾ ਪਾਚਣ ਵਾਲਾ ਵੀ, ਤੇ ਲੋੜ ਪੈਣ ਤੇ ਕਿਸੇ ਮੈਡੀਕਲ ਰੀਜ਼ਨ ਤੇ ਜੇ ਤੁਸੀਂ ਵੇਟ ਗੇਨ ਕਰਨਾ ਚਾਹੋ ਕੋਈ ਤੇ ਜ਼ਿਆਦਾ ਈਟਿੰਗ ਕਰਨਾ ਚਾਹੋ, ਜ਼ਿਆਦਾ ਖਾਣਾ ਚਾਹੋ, ਤੇ ਤੁਸੀਂ ਰਿਵਰਸ ਵੀ ਕਰਾ ਸਕਦੇ ਹੋ। ਉਹਨੂੰ ਅਸੀਂ ਮਿੰਨੀ ਗੈਸਟ੍ਰਿਕ ਬਾਈਪਾਸ ਓਪਰੇਸ਼ਨ ਕਹਿੰਦੇ ਹਾਂ, ਜਿਹੜਾ ਕਿ 20-25 ਮਿੰਟ ਦੇ ਸਮੇਂ 'ਚ ਕੀਤਾ ਜਾਂਦਾ ਤੇ ਰਿਵਰਸ ਕਰਨਾ ਹੋਵੇ 15 ਮਿੰਟ ਦੇ ਸਮੇਂ ਦੇ ਵਿੱਚ ਰਿਵਰਸ ਕੀਤਾ ਜਾ ਸਕਦਾ। ਰਿਵਰਸ ਕਰਨ ਦੇ ਉਹ ਹਾਲਾਤ ਹੁੰਦੇ ਜਦੋਂ ਸਾਨੂੰ ਕੋਈ ਮੈਡੀਕਲ ਪ੍ਰੋਬਲਮ ਲੱਗੇ ਵੀ ਪੇਸ਼ੈਂਟ ਰਿਵਰਸ ਕਰਨ ਦਾ ਕੋਈ ਫਾਇਦਾ ਹੋਏਗਾ। ਅਕਸਰ ਬਹੁਤ ਘੱਟ ਲੋਕੀ ਰਿਵਰਸ ਕਰਾਉਂਦੇ ਆ, ਕਿਉਂਕਿ ਰਿਵਰਸ ਕਰਾਉਣ ਦਾ ਜਿਹੜਾ ਨੁਕਸਾਨ ਹੈ ਵੀ ਤੁਹਾਡਾ ਭਾਰ ਜਿਹੜਾ ਦੁਬਾਰਾ ਵੱਧ ਸਕਦਾ, ਬਿਮਾਰੀਆਂ ਸ਼ੂਗਰ ਵਰਗੀਆਂ ਬਲੱਡ ਦੁਬਾਰਾ ਆ ਸਕਦੀਆਂ। ਸੋ ਇਸ ਕਰਕੇ ਲੋਕੀ ਰਿਵਰਸ ਨਹੀਂ ਕਰਾਉਂਦੇ। ਰਿਵਰਸਲ ਤੋਂ ਮਤਲਬ ਸਾਡਾ ਇਹ ਹੁੰਦਾ ਵੀ ਸਰੀਰ 'ਚ ਤੁਹਾਡੀ ਕੋਈ ਚੀਜ਼ ਕੱਢੀ ਨਹੀਂ, ਕੋਈ ਪਾਈ ਨਹੀਂ, ਤੁਹਾਡਾ ਸਾਰਾ ਸਿਸਟਮ ਉਦਾਂ ਹੈ, ਸਿਰਫ ਉਹਦੇ ਵਿੱਚ ਕੁਛ ਚੇਂਜਿਸ ਕੀਤੀਆਂ ਹੋਈਆਂ। ਕਿਸੇ ਮੈਡੀਕਲ ਰੀਜ਼ਨ ਕਰ, ਕੋਈ ਸਾਈਕੋਲੋਜੀਕਲ ਰੀਜ਼ਨ, ਕੋਈ ਸਾਈਕੈਟ੍ਰਿਕ ਰੀਜ਼ਨ ਹੈ, ਕੋਈ ਕਿਸੇ ਨੂੰ ਮੈਲ ਨਿਊਟ੍ਰੀਸ਼ਨ ਹੋ ਰਹੀ ਹੈ, ਤਾਂ ਅਸੀਂ ਰਿਵਰਸ ਕਰਦੇ ਹਾਂ। ਜੇ ਤੁਸੀਂ ਕਹਿ ਲਓ ਵੀ 500 ਓਪਰੇਸ਼ਨ ਹੋਣਗੇ ਜੇ ਹੁੰਦੇ ਆ, ਤੇ ਤਕਰੀਬਨ ਇੱਕ ਪੇਸ਼ੈਂਟ ਆ ਜਾਂ 2 ਪੇਸ਼ੈਂਟ ਆ, ਉਹ ਰਿਵਰਸਲ ਲਈ ਆਉਂਦੇ ਆ। ਆਮ ਤੌਰ ਤੇ ਕੋਈ ਵੀ ਰਿਵਰਸ ਨਹੀਂ ਕਰਵਾਉਂਦਾ। ਡਾਕਟਰ ਸਾਹਿਬ, ਸਾਈਡ ਇਫੈਕਟ, ਕਿਉਂਕਿ ਦੇਖੋ ਕੁਦਰਤ ਦੇ ਸਰੀਰ ਦੇ ਵਜ੍ਹਾ ਛੇੜਛਾੜ ਕਰਨੀਆਂ ਸਰਜਰੀਆਂ ਕੋਈ ਵੀ ਨੇ, ਉਹਦਾ ਕੁਛ ਨਾ ਕੁਛ ਤਾਂ ਸਾਈਡ ਇਫੈਕਟ ਹੋਣਾ, ਓਬਵੀਅਸਲੀ ਇਸ ਦਾ ਵੀ ਹੋਣਾ, ਤੇ ਕੋਈ ਸਾਈਡ ਇਫੈਕਟ ਹੈ ਜਿਹੜਾ ਤੁਸੀਂ ਦੱਸਣਾ ਚਾਹੁੰਦੇ ਹੋ? ਬਿਲਕੁਲ, ਮੈਂ ਡਿਟੇਲ 'ਚ ਦੱਸਾਂਗਾ ਜੀ ਵਿਸਥਾਰ ਵਿੱਚ। ਪਹਿਲਾਂ ਦੇਖੋ, ਓਪਰੇਸ਼ਨ ਉਹਨਾਂ ਲਈ ਕੀਤਾ ਜਾਂਦਾ ਜਿਹਨਾਂ ਭਾਰ ਬਹੁਤ ਜ਼ਿਆਦਾ ਵੱਧ ਜਾਂਦਾ, ਤੇ ਭਾਰ ਦੇ ਨਾਲ ਉਹਨਾਂ ਬਿਮਾਰੀਆਂ ਵੀ ਹੋ ਸਕਦੀਆਂ ਜਾਂ ਹੋ ਜਾਂਦੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟਰੋਲ। ਸੋ ਪਹਿਲਾਂ ਜੀ ਗੁੱਡ ਇਫੈਕਟ ਦੇਖੀਏ ਵੀ ਤੁਹਾਡਾ ਮੋਟਾਪਾ ਜਿਹੜਾ ਤੁਸੀਂ ਆਪਣੇ ਆਪ ਗਲੋਂ ਨਹੀਂ ਲਾ ਸਕਦੇ, ਤੁਸੀਂ 50 ਕਿਲੋ ਓਵਰਵੇਟ ਹੋ ਗਏ, 30 ਕਿਲੋ ਹੋ ਗਏ, 100 ਕਿਲੋ ਹੋ ਗਏ, ਇੱਕ ਤਾਂ ਉਹ ਤੁਹਾਡਾ ਜਾਂਦਾ, ਜਿਹ ਨਾਲ ਤੁਹਾਡੀ ਕੁਆਲਿਟੀ ਆਫ ਲਾਈਫ ਇੰਪਰੂਵ ਹੁੰਦੀ ਹੈ, ਤੁਸੀਂ ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ 'ਚ ਇੰਪਰੂਵਮੈਂਟ ਹੁੰਦੀ ਹੈ, ਕੰਮ ਕਾਜ ਆਪੇ ਕਰ ਸਕਦੇ ਹੋ, ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟਰੋਲ, ਘਰਾੜਿਆਂ ਵਰਗੀ ਪ੍ਰੋਬਲਮ ਤੋਂ ਛੁਟਕਾਰਾ ਮਿਲ ਜਾਂਦਾ। ਜੇ ਆਪਾਂ ਸਾਈਡ ਇਫੈਕਟ ਵੱਲ ਚੱਲੀਏ, ਕਿਉਂਕਿ ਅਸੀਂ ਤੁਹਾਡੀ ਫੂਡ ਦੀ ਮਾਤਰਾ ਘਟਾਈ ਹੈ ਤੇ ਫੂਡ ਦੀ ਪਾਚਨ ਘਟਾਈ ਹੈ, ਸੋ ਉਹਦੇ ਕਰਕੇ ਕੁਛ ਵਿਟਾਮਿਨ ਦੀ ਜਾਂ ਕੋਈ ਕੈਲਸ਼ੀਅਮ ਜਾਂ ਕੋਈ ਮਿਨਰਲ ਦੀ ਪਾਚਨ ਵੀ ਕਰ ਸਕਦੀ ਹੈ, ਬੋਡੀ 'ਚ ਉਹਦੀ ਡੈਫੀਸ਼ੀਐਂਸੀ ਹੋ ਸਕਦੀ ਹੈ। ਸੋ ਉਹ ਡੈਫੀਸ਼ੀਐਂਸੀ ਕਰਕੇ ਤੁਹਾਡੇ ਬੋਡੀ 'ਚ ਕੋਈ ਪ੍ਰੋਬਲਮ ਨਾ ਆਵੇ, ਤਾਂ ਅਸੀਂ ਤੁਹਾਨੂੰ
ਮਲਟੀ ਵਿਟਾਮਿਨ ਦੀ ਡੋਜ਼ ਹੈ ਜਾਂ ਕੈਲਸ਼ੀਅਮ ਆਇਰਨ ਦੀ ਉਹ ਰੈਗੂਲਰ ਬੇਸਿਸ ਤੇ ਅਸੀਂ ਪ੍ਰੈਸਕ੍ਰਾਈਬ ਕਰਦੇ ਹਾਂ, ਜਿਹੜੀ ਤੁਸੀਂ ਇੰਡੀਆ 'ਚ ਲਿਜਾ ਸਕਦੇ ਹੋ ਜਾਂ ਕੈਨੇਡਾ ਤੋਂ ਲੈ ਸਕਦੇ ਹੋ, ਓਵਰ ਦਾ ਕਾਊਂਟਰ ਮੈਡੀਸਨ ਵੀ ਹੁੰਦੀਆਂ ਉਹ ਤੁਸੀਂ ਲੈਣੀਆਂ ਹੁੰਦੀਆਂ। ਜਿਹੜੇ ਲੋਕ ਰੈਗੂਲਰਲੀ ਲੈਂਦੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੇ, ਜੇ ਤੁਸੀਂ ਮਿਸ ਕਰਦੇ ਹੋ ਲੰਬੇ ਚਿਰ ਲਈ ਤਾਂ ਜੋ ਵਿਟਾਮਿਨ ਦੀ ਡੈਫੀਸ਼ੀਐਂਸੀਆਂ ਹੁੰਦੀਆਂ, ਕੋਈ ਵੀਕਨੈਸ ਆ ਗਈ ਜਾਂ ਕੋਈ ਹੇਅਰ ਫਾਲ ਹੋ ਗਿਆ, ਉਹ ਤੁਹਾਨੂੰ ਜ਼ਰੂਰ ਆ ਸਕਦੀ ਹੈ ਜੇ ਤੁਸੀਂ ਆਪਣੇ ਡਾਕਟਰ ਦੀ ਸਲਾਹ ਨਾਲ ਨਹੀਂ ਚੱਲਦੇ, ਆਪਣੇ ਲੰਬੇ ਚਿਰ ਲਈ ਵਿਟਾਮਿਨ ਸਪਲੀਮੈਂਟ ਮਿਸ ਕਰਦੇ ਹੋ। ਬਾਕੀ ਇਹ ਸਰਦੀ ਜਿਹੜੀ ਹੈਗੀ ਦੁਨੀਆਂ ਦੇ ਸਾਰੇ ਕੰਟੀਨੈਂਟ 'ਚ ਸਾਰੀਆਂ ਗੌਰਮੈਂਟਸ ਇਹਨੂੰ ਲਾਈਫ ਸੇਵਿੰਗ ਸਰਜਰੀ ਦਾ ਦਰਜਾ ਦਿੰਦੇ ਆ, ਕੋਈ ਕੋਸਮੈਟਿਕ ਸਰਜਰੀ ਨਹੀਂ ਕਿਹਾ ਜਾਂਦਾ। ਲਾਈਫ ਸੇਵਿੰਗ ਇਸ ਕਰਕੇ ਕਿਹਾ ਜਾਂਦਾ ਵੀ ਤੁਹਾਡੀ ਲਾਈਫ ਇੰਪਰੂਵ ਕਰਦੀ ਹੈ, ਜੀਵਨ ਸ਼ੈਲੀ ਵਧਾਉਂਦੀ ਹੈ, ਬਿਮਾਰੀਆਂ ਤੋਂ ਛੁਟਕਾਰਾ ਦਵਾਉਂਦੀ ਹੈ। ਅਖੀਰ ਦੇ ਵਿੱਚ ਕੁਛ ਹੋਰ ਡਾਕਟਰ ਸਾਹਿਬ ਐਡ ਕਰਨਾ ਚਾਹੋ ਇਸ ਦੇ ਵਿੱਚ, ਜੇ ਕੁਛ ਨਾਮ ਮੈਂ ਪੁੱਛਿਆ ਹੋਵੇ ਜੀ? ਵੈਸੇ ਤਾਂ ਆਪਾਂ ਸਾਰੀ ਗੱਲ ਬਾਤ ਪੂਰੀ ਕਰ ਲਈ ਹੈ, ਤੇ ਇੱਕ ਲੋਕਾਂ ਦੇ ਵਿਸ਼ਵਾਸ ਵਾਸਤੇ ਅਸੀਂ ਜੰਮੂ ਹੋਸਪਿਟਲ ਅੰਦਰ ਵਿੱਚ ਨਿਤ ਆਪਣੇ ਆਪ ਨੂੰ ਹੋਰ ਇੰਪਰੂਵ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਤੇ ਉਹਦਾ ਸਦਕਾ ਵੀ ਇਸ ਵੇਲੇ ਜੰਮੂ ਹੋਸਪਿਟਲ ਪੰਜਾਬ ਦਾ ਜਾਂ ਨੌਰਥ ਇੰਡੀਆ ਦਾ ਉਹ ਪਹਿਲਾ ਸੈਂਟਰ ਹੈ ਜਿਹਨੂੰ ਸੈਂਟਰ ਆਫ ਐਕਸੀਲੈਂਸ ਓਬੈਸਟੀ ਸਰਜਰੀ ਸੋਸਾਇਟੀ ਆਫ ਇੰਡੀਆ ਵੱਲੋਂ ਮਿਲਿਆ, ਜਿਹਦੇ ਅਧੀਨ ਸਾਡੀਆਂ ਸੇਵਾਵਾਂ ਜਿਹੜੀਆਂ ਤੇ ਸਾਡੇ ਜਿਹੜੇ ਨਤੀਜੇ ਆ ਉਹ ਦੁਨੀਆਂ ਦੇ ਬੈਸਟ ਸੈਂਟਰ ਨਾਲ ਕੰਪੈਰੇਟਿਵ ਹੈਗੇ ਆ। ਉਸ ਤੋਂ ਇਲਾਵਾ ਸਾਡੇ ਹੋਸਪਿਟਲ ਦੇ ਜਿਹੜਾ ਮਾਨਤਾ ਪ੍ਰਾਪਤ ਹੈ ਉਹ ਇੰਡੀਆ ਦੀ ਹਾਈਐਸਟ ਹੈਲਥ ਕੇਅਰ ਏਜੰਸੀ NABH ਜਿਹੜੀ ਹੈਗੀ ਆ ਉਹਦੇ ਨਾਲ ਹੈ। ਸੋ ਲੋਕੀ ਟਰੱਸਟ ਕਰ ਸਕਦੇ ਆ ਵੀ ਜਿਹੜੀ ਜਾ ਤੇ ਥਾਂ ਤੇ ਉਹ ਜਾ ਰਹੇ ਆ ਉਹ ਬਿਲਕੁਲ ਇਨਫੈਕਸ਼ਨ ਫਰੀ ਤੇ ਕੁਆਲਿਟੀ ਦਾ ਕੰਮ ਉੱਥੇ ਕੀਤਾ ਜਾਂਦਾ ਹੈ। 9814-70-870 ਡਾਕਟਰ ਜੰਮੂ ਉਹਨਾਂ ਦਾ ਨੰਬਰ ਹੈ, jammuhospital.com ਉਹਨਾਂ ਦੀ ਵੈਬਸਾਈਟ ਹੈ। ਡਾਕਟਰ ਸਾਹਿਬ ਤੁਹਾਡਾ ਧੰਨਵਾਦ ਜੀ, ਦੇਰ ਰਾਤ ਗਏ ਤੁਸੀਂ ਉਡੀਕਦੇ ਰਹੇ ਤੇ ਗੱਲਬਾਤ ਹੋਈ ਹੈ, ਥੈਂਕ ਯੂ ਸੋ ਵੈਰੀ ਮੱਚ। ਥੈਂਕ ਯੂ ਜੀ ਗਿੱਲ ਸਾਹਿਬ। ਇੱਕ ਨੰਬਰ ਸਾਡਾ ਕੈਨੇਡੀ ਨੇ ਵੀ ਹੈ ਜਿਹੜਾ ਅਸੀਂ ਜਲੰਧਰ ਚਲਾਉਂਦੇ ਹਾਂ, ਮੈਂ ਉਹ ਵੀ ਦੱਸਣਾ ਚਾਹੁੰਦਾ, ਉਹ 647-44-44-44 647-728-4444 ਤੇ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ। ਥੈਂਕ ਯੂ ਡਾਕਟਰ ਸਾਹਿਬ, ਵੈਲਕਮ ਜੀ। ਸੋ ਡਾਕਟਰ ਜੰਮੂ ਗੱਲਬਾਤ ਕਰ ਰਹੇ ਸੀ ਵੇਟ ਲਾਸ ਸਰਜਰੀ ਦੀ, ਇਹਦੇ ਵਿੱਚ ਤੁਹਾਡਾ ਆਪਣਾ ਓਪੀਨੀਅਨ ਹੈ, ਇਸ ਸਰਜਰੀ ਤੋਂ ਪਹਿਲਾਂ ਆਪਣੇ ਫੈਮਿਲੀ ਡਾਕਟਰ ਨੂੰ ਜ਼ਰੂਰ ਪੁੱਛਿਓ ਕਿ ਇਹ ਕੀ ਇਸ਼ੂ ਨੇ, ਕੋਈ ਕੰਪਲੀਕੇਸ਼ਨ ਪਹਿਲੇ ਮਰੀਜ਼ਾਂ 'ਚ ਜਾਂ ਹੁਣ, ਸੋ ਇਸ ਤੋਂ ਬਾਅਦ ਤੁਹਾਡਾ ਆਪਣਾ ਡਿਸੀਜ਼ਨ ਹੈ। ਵਜ਼ਨ ਜੇ ਤੁਹਾਡਾ ਇੰਨਾ ਵੱਧ ਗਿਆ ਅਤੇ ਘੱਟ ਹੀ ਨਹੀਂ ਰਿਹਾ ਤਾਂ ਫਿਰ ਇਸ ਨੂੰ ਤੁਸੀਂ ਇਸਦੇ ਲਈ ਸ਼ੁਰੂ ਕਰ ਸਕਦੇ ਹੋ, ਇਹ ਆਪਣਾ ਨਵਾਂ ਜੀਵਨ। ਲੋਕਾਂ ਨੇ ਘਟਾਈਆਂ ਵਜ਼ਨ, ਲੋਕਾਂ ਦੇ ਘੱਟ ਗਏ ਆ, ਸਾਹਮਣੇ ਆ ਕਹਾਣੀ, ਪਰ ਸਰਜਰੀ ਇਹ ਹਰ ਇੱਕ ਲਈ ਨਹੀਂ, ਔਰ ਸਰਜਰੀ ਤੋਂ ਪਹਿਲਾਂ ਜ਼ਰੂਰ ਆਪਣੇ ਫੈਮਿਲੀ ਡਾਕਟਰ ਨੂੰ ਪੁੱਛੋ, ਇਹ ਜ਼ਰੂਰੀ ਹੈ। ਖਬਰਾਂ ਦੀ ਸ਼ੁਰੂਆਤ ਜਿਹੜੀ ਉਹਦੇ ਵਿੱਚ ਐਮਾਜ਼ੋਨ ਨੂੰ ਸ਼ੁਰੂ ਕਰਨ ਵਾਲਾ ਜੋੜਾ ਬੈਜ਼ੋਸ ਜਿਹੜੇ ਨੇ, ਦੋਨਾਂ ਦਾ ਤਲਾਕ ਫਾਈਨਲ ਹੋ ਗਿਆ। 25% ਜਿਹੜੇ ਸ਼ੇਅਰ ਨੇ ਉਹ ਰੱਖੇ ਨੇ ਮਕੈਂਜ਼ੀ ਬੈਜ਼ੋਸ ਨੇ, ਤੇ ਜਿਹਦੇ ਵਿੱਚ 75% ਉਹਦੇ ਘਰ ਵਾਲਿਆਂ ਨੇ ਰੱਖੇ ਨੇ, ਜੈਫ ਬੈਜ਼ੋਸ ਨੇ। ਬਾਕੀ ਦੂਸਰੀਆਂ ਕੰਪਨੀਆਂ ਵਾਸ਼ਿੰਗਟਨ ਪੋਸਟ ਅਖਬਾਰ ਤੇ ਬਲੂ ਓਰੀਜਨ ਸਪੇਸ ਟਰੈਵਲ ਦੀ ਕੰਪਨੀ, ਉਹ ਬੈਜ਼ੋਸ ਜੈਫ ਬੈਜ਼ੋਸ ਕੋਲ ਰਹਿਣੀ ਹੈ। ਬਹੁਤ ਮਹਿੰਗਾ ਇਹ ਇੱਕ ਜਿਹੜਾ ਉਹ ਡਿਵੋਰਸ ਸੀ, ਲੋਕ ਤਾਂ 50-50 ਦੀ ਸੋਚ ਰਹੇ ਸੀ, ਤੇ ਸਭ ਤੋਂ ਦੁਨੀਆਂ ਦਾ ਅਮੀਰ ਬੰਦੇ ਨੇ ਇਹ ਜੋੜਾ ਸੀ, 150 billion ਅਮਰੀਕਨ ਡਾਲਰ, 150 ਅਰਬ ਅਮਰੀਕਨ ਡਾਲਰ ਇਹਨਾਂ ਦੇ ਅਸਾਸੇ, ਤੇ ਅਬਾਊਟ $36 billion ਜਿਹੜਾ ਉਹ ਕ੍ਰਿਸਟੀਨ ਬੈਜ਼ੋਸ ਨੂੰ ਮਿਲ ਰਿਹਾ, ਸੋਰੀ ਮਕੈਂਜੀ ਬੈਜ਼ੋਸ ਨੂੰ ਮਿਲ ਰਿਹਾ। ਇਹ ਕੋਈ ਵੀ ਕਾਰਨ ਹੋ ਸਕਦਾ 20 ਸਾਲਾਂ ਦੇ ਇਸ
ਵਿਆਹ ਤੋਂ ਬਾਅਦ, ਪਰ ਇੰਨਾ ਕੁ ਸਿਆਣਪ ਦੇ ਨਾਲ ਉਹਨਾਂ ਨੇ ਇਹ ਤਲਾਕ ਦਾ ਕੰਮ ਨਿਬੇੜਿਆ, ਨਹੀਂ ਤਾਂ ਇਹ ਬਰਨੋਂ ਉੱਡਣੀ ਸੀ ਬਹੁਤ। ਇੱਕ ਗਰਾਜ ਦੇ ਵਿੱਚੋਂ ਜ਼ਿੰਦਗੀ ਇਹ ਸਫ਼ਰ ਜਿਹੜਾ ਔਨਲਾਈਨ ਸ਼ੋਪਿੰਗ ਦਾ, ਬੁੱਕਸ ਜਿਹੜੀਆਂ ਕਿਤਾਬਾਂ ਵੇਚਣੀਆਂ ਸ਼ੁਰੂ ਕਰੀਆਂ, ਬੁੱਕਸ ਔਨਲਾਈਨ ਵਿਕਣੀਆਂ ਸ਼ੁਰੂ ਕੀਤੀਆਂ। ਨਿਊ ਮੈਕਸੀਕੋ ਦਾ ਐਗਜ਼ਾਮਪਲ, ਅਤੇ ਟੈਕਸਸ ਦੇ ਵਿੱਚ ਉਸਨੇ ਪੜ੍ਹਾਈ ਕੀਤੀ, ਨਿਊਯਾਰਕ ਤੋਂ ਸਿਆਟਲ ਦੇ ਟ੍ਰਿਪ ਦੇ ਵਿੱਚ ਉਸਨੇ ਇਸ ਨੂੰ ਫਾਈਨਲਾਈਜ਼ ਕੀਤਾ। ਹੁਣ ਇਹ ਦੋਨੇ ਅਲੱਗ ਅਲੱਗ ਹੋ ਗਏ। ਇਹਦੇ ਨਾਲ ਹੀ ਜਿਹੜਾ ਡੋਨਲਡ ਟਰੰਪ ਵੱਲੋਂ ਅੱਜ ਮੈਕਸੀਕੋ ਨੂੰ ਧਮਕੀ ਦਿੱਤੀ ਹੈ ਕਿ ਜੇ ਤੁਸੀਂ ਡਰੱਗਸ ਅਤੇ ਮਾਈਗ੍ਰੈਂਟਸ ਦਾ ਫਲੋ ਨਾ ਰੋਕਿਆ ਤਾਂ ਟੈਰਿਫ ਲਈ ਤਿਆਰ ਹੋ ਜਾਓ, ਲਾਊਂ ਫਿਰ ਬੰਦੇ ਸਵਾਰ ਕੇ। ਅਤੇ ਇਹੀ ਇੱਕ ਬਹੁਤ, ਕਿਉਂਕਿ ਬਹੁਤ ਵੱਡੇ ਗੱਲ ਹੈ, ਵੱਡਿਆਂ ਦੇਸ਼ਾਂ ਨਾਲ ਜਿਹੜੇ ਵਪਾਰ ਕਰਦੇ ਆ, ਮਾੜਾ ਜਿਹਾ ਝਟਕਾ ਨਹੀਂ ਉਹਨਾਂ ਨੇ ਸਹਾਰਨਾ। ਅਤੇ ਇਸ ਦੇ ਲਈ ਅੱਜ ਸਿੱਧੀ ਗੱਲ ਇਸ 'ਤੇ ਹੋਈ ਹੈ ਕਿ ਇਸ ਨੂੰ ਬੰਦ ਕਰੋ, ਜੇ ਤੁਸੀਂ ਨਹੀਂ ਬੰਦ ਕਰਦੇ ਤਾਂ ਤਿਆਰੀ ਕਰ ਲਓ ਕਿ ਟੈਰਫ ਲੱਗਣ ਵਾਲਾ ਤੁਹਾਡੀਆਂ ਚੀਜ਼ਾਂ 'ਤੇ। ਅਮਰੀਕਾ ਦੇ ਹਾਊਸ ਦੇ ਵਿੱਚ ਅੱਜ, ਹਾਊਸ ਆਫ ਰਿਪ੍ਰੈਜੈਂਟੇਟਿਵ ਦੇ ਵਿੱਚ ਵੋਟਾਂ ਪੈ ਰਹੀਆਂ ਕਿ ਯਮਨ ਵਾਰ ਜਿਹੜੀ ਐਂਡ ਕੀਤੀ ਜਾਵੇ। ਹਜ਼ਾਰਾਂ ਹੀ ਲੋਕ ਵਰਗੇ ਅਤੇ ਸਾਊਦੀ ਅਰਬ ਨੇ ਪਹਿਲ ਕੀਤੀ, ਸ਼ੀਆ ਜਿਹੜੇ ਬਾਗੀ ਸੀ ਉਹਨਾਂ ਨੂੰ ਦੱਬਣ ਦੀ, ਅਤੇ ਭੁੱਖਮਰੀ ਦਾ ਸ਼ਿਕਾਰ ਨੇ ਬਹੁਤ ਜ਼ਿਆਦਾ, ਅਤੇ ਕੋਈ ਵੀ ਇਸਦਾ ਜਿੰਮਾ ਨਹੀਂ ਓੜਦਾ। ਹੈਜ਼ਾ ਜਿਹੜਾ ਫੈਲ ਰਿਹਾ, ਅਤੇ ਹਸਪਤਾਲ ਢਾ ਦਿੱਤੇ ਨੇ, ਅਤੇ ਪੁੱਛੋ ਨਾ ਕੁਛ। ਭੁੱਗ ਵਸਦਾ ਇਹ ਦੇਸ਼ ਸੀ 97-96 'ਚ, ਇਸਨੂੰ ਵੇਖਿਆ ਮੈਂ, ਵਿਜ਼ਿਟ ਕੀਤਾ। ਇੱਕ ਬਾਰਡਰ ਪ੍ਰੋਜੈਕਟ ਸੀ ਇਹਨਾਂ ਦਾ, ਰੋਡ ਦਾ, ਮਸਕਟ ਓਮਾਨ ਦਾ ਅਤੇ ਯਮਨ ਦਾ, ਸਲਾਲਾ ਦੇ ਕੋਲ। ਇਹ ਕੁਛ ਤੰਗੀ ਨਹੀਂ ਸੀ, ਸੁਰਖੀਆਂ ਦੇ ਵਿੱਚ ਆਏ ਜਾਂ ਸਮੁੰਦਰੀ ਲੁਟੇਰੇ ਜਿਹੜੇ ਨੇ ਸ਼ਿਪਾਂ ਨੂੰ ਲੁੱਟਣ ਲੱਗੇ, ਤਾਂ ਗਲਫ ਆਫ ਏਡਨ ਤੋਂ ਅੱਗੇ ਉਸ ਖਿੱਤੇ ਦੇ ਵਿੱਚ ਜਦ ਜਹਾਜ਼ਾਂ ਨੇ ਗੁਜ਼ਰਨਾ, ਔਰ ਫਿਰ ਉੱਥੇ ਪੈਟਰੋਲਿੰਗ ਬਦਲੀ, ਕੰਟਰੋਲ ਕਰ ਦਿੱਤੇ, ਫਿਲਮਾਂ ਵੀ ਬਣੀਆਂ ਉਹਦੇ 'ਤੇ। ਅਤੇ ਹੁਣ ਦੇਸ਼ ਉੱਜੜ ਚੁੱਕਿਆ, ਸੀਰੀਆ ਵੀ, ਇਰਾਕ ਵੀ, ਕੀ ਕੱਢਣਾ ਪਾਉਣਾ ਹੈ? ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਵੱਡਿਆਂ ਜਿਹੜਾ ਵੱਡਿਆਂ ਦੇ ਸੰਨ ਦੇ ਵਿੱਚ ਛੋਟੇ ਮਾਰੇ ਜਾਂਦੇ ਆ। ਜੇ ਹੁਣ ਦੇਖਿਆ ਜਾਵੇ, ਬਾਗੀਆਂ ਨੂੰ ਭਜਾ ਦਿੱਤਾ ਅਸਾਦ ਨੇ, ਅਸਾਦ ਕੋਲ ਕੀ ਬਚਿਆ? ਉਹ ਦੇਸ਼ ਬਣੂਗਾ ਕਿਵੇਂ? ਹੁਣ ਬਾਹਰਲੇ ਆਉਣਗੇ, ਬਣਾਉਣਗੇ ਸੜਕਾਂ, ਘਰ ਬਾਰ ਬਣਾਉਣਗੇ, ਪਤਾ ਨਹੀਂ ਕਿੰਨੇ ਸਾਲ ਲੱਗਣਗੇ। ਇਰਾਕ ਵੀ ਇੰਨਾ ਸੋਹਣਾ ਸੀ, ਬਗਦਾਦ ਦੇ ਵਿੱਚ ਟਾਈਗਰਸ ਦਰਿਆ ਲੰਘਦਾ, ਬਹੁਤ ਨੌਕਰੀਆਂ ਦਿੱਤੀਆਂ। ਸ਼ਮੀਜ਼ੋ ਕੰਪਨੀ ਜਪਾਨ ਦੀ ਬਹੁਤ ਵੱਡੇ ਪ੍ਰੋਜੈਕਟ ਕਰਦੀ ਹੈ ਇਰਾਕ 'ਚ, 10-10, 12-12 ਹਜ਼ਾਰ ਭਾਰਤੀ ਪੰਜਾਬੀ ਖਾਸ ਤੌਰ 'ਤੇ ਲੋਕ ਕੰਮ ਕਰਦੇ, ਅਤੇ ਸਭ ਕੁਛ ਖਤਮ ਹੋ ਗਿਆ। ਇਸ ਤਰ੍ਹਾਂ ਹੀ ਲਿਬੀਆ ਦੇ ਵਿੱਚ, ਲਿਬੀਆ ਦੇ ਵਿੱਚ ਹੁਣ ਵੱਡੀ ਲੜਾਈ ਜਿਹੜੀ ਤ੍ਰਿਪੋਲੀ ਦੇ ਨੇੜੇ ਉਸਨੂੰ ਟੇਕ ਓਵਰ ਕਰਨ ਦੀ, ਉਹ ਸ਼ੁਰੂ ਹੋਣ ਜਾ ਰਹੀ ਹੈ। ਖਲੀਫਾ ਹਿਫਤਰ ਜਿਹੜਾ ਬਾਗੀਆਂ ਦਾ ਕਮਾਂਡਰ ਹੈ, ਉਸਨੇ ਫੌਜਾਂ ਨੂੰ ਆਪਣੀਆਂ ਨੂੰ ਕਹਿ ਦਿੱਤਾ ਕਿ ਕੂਚ ਕਰੋ। ਤ੍ਰਿਪੋਲੀ ਜਿਹੜੀ ਅਲੱਗ ਅਲੱਗ ਗਰੋਹਾਂ ਦੇ ਥੱਲੇ ਆ, ਉਸਨੂੰ ਹੁਣ ਸਰ ਕਰਨ ਦੀ ਕਹਾਣੀ ਹੈ। ਇਸ ਨੂੰ ਸਾਊਦੀ ਅਰਬ ਅਤੇ ਦੁਬਈ, ਇਜਿਪਟ ਬੈਕਅਪ ਕਰਦੇ ਆ। ਯੂ ਐਨ ਓ ਵਾਲੇ ਡਰ ਰਹੇ ਆ, ਕਹਿੰਦੇ ਬਹੁਤ ਬੜੀ ਜਿਹੜੀ ਖੂਨੀ ਜੰਗ ਉੱਥੇ ਹੋਣੀ ਆ। ਗਲਫ ਦੀਆਂ ਕੰਟਰੀਆਂ ਅਤੇ ਯੂਨਾਈਟਡ ਐਮੀਰੇਟਸ ਇਸ ਨੂੰ, ਦੁਬਈ ਹੁਣ ਲਿਬਰੇਟ ਕਰਨ ਦੀ ਟ੍ਰਿਪੋਲੀ ਨੂੰ ਗੱਲ ਕਰ ਰਿਹਾ। ਵੱਡੀ ਲੜਾਈ ਜਿਹੜੀ ਆਉਣ ਵਾਲੇ ਦਿਨਾਂ 'ਚ ਲੱਗਣ ਜਾ ਰਹੀ ਹੈ। ਸ਼ਾਸਕ ਗਦਾਫੀ ਨੇ ਧੱਕਾ ਕੀਤਾ, ਲੋਕ ਦੱਬੇ, 40 ਸਾਲ ਦਾ ਰਾਜ ਖੂਹ 'ਚ ਪੈ ਗਿਆ। 80 ਤੋਂ ਪਹਿਲਾਂ ਜ਼ਿਆਦਾ ਉਹਨੇ ਤੇਜ਼, ਅਤੇ ਮੌਤ ਕਿਵੇਂ ਹੋਈ? ਇੱਕ ਪੁਲੀ ਦੇ ਥੱਲੇ ਲੁਕਿਆ ਹੋਇਆ, ਕੱਢ ਕੇ ਬੰਦਿਆਂ ਨੇ ਧੂਕੇ ਮਾਰਤਾ। ਇਹ ਬਾਦਸ਼ਾਹੀਆਂ, ਇਹ ਸਰਦਾਰੀਆਂ, ਇਹ ਬੜੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਲਈ ਪੱਲੇ ਵੱਡੇ ਚਾਹੀਦੇ ਆ। ਲੋਕ ਖਿੱਚ ਲਿਆਉਂਦੇ ਸੜਕਾਂ 'ਤੇ, ਫਿਰ ਗੱਲਾਂ ਗੁੱਲਾਂ ਖੂਹ 'ਚ ਰਹਿ ਜਾਂਦੀਆਂ ਨੇ।
ਤਾਕਤਾਂ ਜਿਹੜੀਆਂ ਬੜੀਆਂ, ਜੇ ਜਦ ਤੱਕ ਤਾਕਤਾਂ ਦਾ ਸਦ ਉਪਯੋਗ ਹੁੰਦਾ ਰਹਿੰਦਾ, ਪਰ ਤਾਕਤਾਂ ਦਾ ਜਿਹੜਾ ਗਰਾਸ ਰੂਟ ਹੈ, ਜਿਹੜਾ ਪਿਛਲਾ ਘਰ ਹੈ, ਉਹ ਇਹ ਹੈ ਵੀ ਜਿਹਨਾਂ ਨੇ ਇਹ ਤਾਕਤਾਂ ਬਖਸ਼ੀਆਂ ਜਾਂ ਉਹਨਾਂ ਤੋਂ ਬੰਦੇ ਪਿੱਠ ਮੋੜ ਲੈਂਦੇ ਆ, ਤੇ ਫਿਰ ਅਖੀਰ ਮੁੱਧੇ ਮੂੰਹ ਗਿਰਨਾ ਹੁੰਦਾ, ਚਿਹਰੇ ਮੋਹਰਿਆਂ ਨਾਲ, ਸੂਟਾਂ ਨਾਲ, ਜੇਬ ਤੇ ਟੰਗੇ ਰੁਮਾਲਾਂ ਦੇ ਨਾਲ ਤੇ ਟਾਈਆਂ ਦੇ ਨਾਲ ਲੋਕ ਨਹੀਂ ਜਿਤਾਉਂਦੇ, ਤੇ ਮਨ ਚ ਮਹਿਸੂਸ ਹੁੰਦਾ ਮੈਂ 500-800 ਹਜ਼ਾਰ ਦਾ ਸੂਟ ਪਾਇਆ, ਕਿਹੜਾ ਕਿਸੇ ਨੂੰ ਪਤਾ ਲੱਗਾ, ਚਾਰ ਖਾਨੇ ਦਾ ਜਿਹਨੇ ਪਰਨਾ ਬੰਨਿਆ, ਜਦ ਉਹ ਠੀਕਾ ਲਾ ਕੇ ਆਉਂਦਾ ਨਾ ਬੋਰਡ ਤੇ ਪਤਾ ਜਦ ਲੱਗਦਾ। ਤੇ ਬੋਲਣਾ ਨਾ, ਘੁੰਗੜੀਆਂ ਪਾਉਣੀਆਂ ਹੁੰਦੇ ਧੱਕੇ ਦੇ ਖਿਲਾਫ, ਬੋਲਣਾ ਨਾ, ਜਿਹੜੇ ਵੀ ਲੈਵਲ ਦੇ ਤੁਸੀਂ ਮਰਜ਼ੀ ਹੋਵੋ, ਇਹ ਜ਼ਮੀਰਾਂ ਵਿਕਣ ਵਾਲਿਆਂ ਦੀਆਂ ਗੱਲਾਂ ਨੇ, ਜਿਹਨਾਂ ਨੇ ਕੁਰਸੀਆਂ ਨੂੰ ਜੱਫੀਆਂ ਪਾਈਆਂ ਤੇ ਉੱਪਰੋਂ ਢੂਹ ਫੜੀ ਤੇ ਪੈਰਾਂ ਨਾਲ ਥੱਲਿਓਂ ਲੱਤਾਂ ਫੜੀਆਂ ਤੇ ਨਾਲ ਹੀ ਜਾਣੀ ਹੈ ਤੇ ਕੁਰਸੀ ਘਰ ਨੂੰ ਲੈ ਕੇ ਜਾਣੀ ਹੈ, ਗਾਂਹ ਟੱਬਰ ਨੂੰ ਦੇਣੀ ਹੈ, ਗੱਲਾਂ ਮੁੱਕ ਜਾਂਦੀਆਂ। ਇਸ ਤਰ੍ਹਾਂ ਹੀ ਗਦਾਫੀ ਦਾ ਜਿਹੜਾ ਅੰਤ ਕਿਸੇ ਨੇ, ਸਾਰਿਆਂ ਨੇ ਦੇਖਿਆ, ਕਿਹੋ ਜਿਹਾ ਮਾੜਾ ਅੰਤ ਸੀ। ਸਾਊਦੀ ਅਰਬ ਦੇ ਵਿੱਚ ਪਹਿਲਾ ਨਿਊਕਲੀਅਰ ਰਿਐਕਟਰ ਬਣ ਕੇ ਤਿਆਰ ਹੈ, ਗੂਗਲ ਨੇ ਫੋਟੋ ਖਿੱਚੀ ਹੈ, ਗੂਗਲ ਅਰਥ ਨੇ, ਤੇ ਇਹ ਰਿਸਰਚ ਫੈਸਿਲਿਟੀ ਬਹੁਤ ਵੱਡੀ ਹੈ ਜਿਹੜੀ ਉਹ ਕਿੰਗ ਅਬਦੁਲ ਅਜ਼ੀਜ਼ ਸਿਟੀ ਆਫ ਸਾਇੰਸ ਤੇ ਟੈਕਨੋਲੋਜੀ ਰਿਆਦ ਦੇ ਵਿੱਚ। ਤੇ ਗੂਗਲ ਅਰਥ ਨੇ ਦੱਸਿਆ ਕਿ ਬਿਲਡਿੰਗ ਤੋਂ ਇਹ ਲੱਗਦਾ ਕਿ ਇਹ ਪਹਿਲਾ ਨਿਊਕਲੀਅਰ ਰਿਐਕਟਰ ਜਿਹੜਾ ਸਾਊਦੀ ਅਰਬ ਨੇ ਤਿਆਰ ਕਰ ਲਿਆ, ਜਿਹੜਾ ਕਿ ਕਿਸੇ ਸਮੇਂ ਵੀ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਦੀ ਪਕੜ ਜਿਹੜੀ ਵੱਧ ਰਹੀ ਹੈ। ਤੇ ਸਾਊਦੀ ਪ੍ਰਿੰਸ ਨੇ ਹਲੇ ਇਹ ਨਹੀਂ ਕਿਹਾ ਕਿ ਅਸੀਂ ਨਿਊਕਲੀਅਰ ਵੈਪਨ ਬਣਾਉਣਾ, ਜਾਂ ਰਿਐਕਟਰ ਬਣ ਗਏ ਤਾਂ ਨੈਕਸਟ ਲੈਵਲ ਉਹਦਾ ਇਹੀ ਹੁੰਦਾ। ਪਹਿਲਾਂ ਸਾਰੇ ਐਨਰਜੀ ਲਈ ਉਹ ਕਹਿੰਦੇ, ਐਨਰਜੀ ਲਈ ਜ਼ਰੂਰਤ ਹੈ, ਐਨਰਜੀ ਲਈ ਜ਼ਰੂਰਤ ਹੈ। ਤੇ ਇਹ ਗੱਲਾਂ ਚੱਲ ਰਹੀਆਂ ਨੇ। ਕਾਲਰ ਨੇ ਸਰਦਾਰ ਦਿਲਬਾਗ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬਾਈ ਜੀ, ਸੁਜੀਤ ਸਿੰਘ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਭਾਜੀ ਮੈਂ ਥੋੜੀ ਇਸ ਗੱਲ ਸਹਿਮਤ ਨਾ ਜੀ ਵੀ ਗਰਾਫ ਇਹਨੂੰ ਲੋਕਾਂ ਨੇ ਖਿੱਚਿਆ, ਉਹ ਜਿਹੜੇ ਬਾਹਰਲੀਆਂ ਤਾਕਤਾਂ ਉਹਨਾਂ ਨੇ, ਉਹ ਜਿਹੜਾ ਬੰਦਾ ਆਪਦੇ ਲੋਕਾਂ ਨੂੰ ਇੰਨੀਆਂ ਸਹੂਲਤਾਂ ਦੇ ਰਿਹਾ, ਫਰੀ ਪੜ੍ਹਾਈ, ਫਰੀ ਸਿਹਤ ਸਿੱਖਿਆ, ਤੇ ਏਦੋ ਵੱਡਾ ਫਿਰ ਰਾਜਾ ਤਾਂ ਕੋਈ ਹੋ ਨਹੀਂ ਸਕਦਾ ਦੁਨੀਆਂ 'ਚ। ਬੰਦੇ ਵੀ ਮਾਰੇ ਨਾ ਜੀ, ਧੱਕਾ ਵੀ ਕਰਦਾ ਰਿਹਾ, ਗੱਲ ਤਾਂ ਕਿਤੋਂ ਸ਼ੁਰੂ ਹੋਊ ਜੇ ਘੁੱਗ ਵਾਸਤੇ। ਸੁਣੋ ਸੁਣੋ ਗੱਲ, ਹੁਣ ਆਪਣੀ ਗੱਲ ਕਹਿ ਲਈ, ਮੇਰੀ ਸੁਣ ਲਿਆ ਕਰੋ ਪਲੀਜ਼, ਹਰ ਇੱਕ ਗੱਲ ਤੇ ਗੱਲ ਸੁਣ ਲਿਆ ਕਰੋ, ਮੈਂ ਤੁਹਾਡੀ ਗੱਲ ਸੁਣ ਲਈ, ਮੇਰੀ ਵੀ ਸੁਣ ਲਓ। ਜੇ ਦੇਸ਼ ਦੀ ਪਰਜਾ ਘੁੱਗ ਵਸਦੀ ਹੋਵੇ, ਉਹ ਪਰਜਾ ਦੇ ਵਿੱਚ ਕੋਈ ਘੁਸਪੈਠ ਨਹੀਂ ਕਰ ਸਕਦਾ, ਬਾਹਰਲੀਆਂ ਤਾਕਤਾਂ ਕੋਈ ਹੋਣ। ਮੇਰੇ ਟੱਬਰ ਦੇ 10 ਜੀਆਂ ਨੂੰ ਮੈਂ ਖਿਆਲ ਰੱਖਦਾ ਵਾਂ, ਬਾਹਰਲਾ ਬੰਦਾ ਸ਼ਰੀਕ ਮੇਰੇ ਟੱਬਰ ਨੂੰ ਕਿਵੇਂ ਕਹਿ ਦੂ ਵੀ ਤੇਰੇ ਤੁਹਾਡੇ ਘਰ ਦਾ ਮਾਲਕ ਆ ਜਿਹੜਾ ਲਾਣੇਦਾਰ ਆ ਉਹ ਵਧੀਆ ਨਹੀਂ ਕਰਦਾ, ਉਹ ਤੁਹਾਨੂੰ ਨਹੀਂ ਫੜਨਗੇ? ਤੁਸੀਂ ਰਾਖ ਨਿਧਾਰਨ ਦਿੱਤੀ ਹੋਈ, ਰਾਖ ਦੀ ਗੱਲ ਮੈਂ ਨੈਕਸਟ ਗੱਲ ਕਰਦਾ ਮੈਂ ਰਾਖ ਦੀ, ਪਰ ਜੇ ਉਹਨੇ ਬਿਲਕੁਲ ਤਰੱਕੀਆਂ ਦਿੱਤੀਆਂ, ਉਹਨੇ ਪਾਣੀ ਇੱਕ ਖੂੰਜਿਓਂ ਲਿਆ ਕੇ ਦੂਜੇ ਖੂੰਜੇ ਵਾੜਤਾ, ਉਹਦੇ ਲੋਕ ਘੁੱਗ ਵਸਦੇ ਸੀ ਔਰ ਉੱਜੜ ਗਿਆ, ਪਰ ਕਿਤੇ ਨਾ ਕਿਤੇ ਕੁੱਝ ਨਾ ਕੁੱਝ ਅਜਿਹਾ ਜ਼ਰੂਰ ਹੋਇਆ ਕਿ ਲੋਕ ਉਹਦੇ ਤੋਂ ਤੰਗ ਹੋ ਕੇ ਬਾਹਰਲੀਆਂ ਪੋਰਸਾਂ ਦੇ ਹੱਥ 'ਚ ਹੋ ਗਏ। ਜੇ ਉਹ ਸਾਰੇ ਲੋਕ ਚੰਗੇ ਹੁੰਦੇ ਦਿਲਬਾਗ ਸਿੰਘ ਜੀ, ਤਾਂ ਅਪੋਜੀਸ਼ਨ ਨਹੀਂ ਸੀ ਕਦੇ ਵੀ, ਕੌਣ ਕਰਦਾ ਅਪੋਜੀਸ਼ਨ? ਤੇ ਦੂਸਰੀ ਗੱਲ ਇਰਾਕ ਦੀ ਤਾਂ ਮੈਂ ਵੈਸੇ ਗੱਲ ਕਰ ਰਿਹਾ ਵੀ ਜਿਹੜੇ ਦੇਸ਼ ਉੱਜੜ ਗਏ, ਮੈਂ ਉਹਦੇ ਨਾਲ ਉਹਨੂੰ ਕੰਪੈਰੀਜ਼ਨ ਨਹੀਂ ਕਰ ਰਿਹਾ ਤ੍ਰਿਪੋਲੀ ਦੇ ਨਾਲ, ਜਾਂ ਉਹ ਤਾਂ ਮੈਂ ਖਬਰ ਦੇ ਰਿਹਾ, ਪਰ ਮੈਂ ਰਾਜਿਆਂ ਦੀ ਗੱਲ ਕੀਤੀ। ਅਸਾਦ ਨੇ ਆਪਣਾ ਦੇਸ਼ ਉਜਾੜਿਆ ਨਾ ਸਾਹਮਣੇ, ਲੜਾਈ 'ਚ ਕੀ ਰਹਿ ਗਿਆ ਉੱਥੇ? ਇਰਾਕ ਦੇ ਵਿੱਚ ਤਾਂ ਚਲੋ ਧਿੰਗੋਜ਼ੋਰੀ ਹੋਈ ਪੂਰੀ ਜਾ ਕੇ, ਪਰ ਉਹ ਧਿੰਗੋਜ਼ੋਰੀ ਦੇ ਪਿੱਛੇ ਪਿੱਛੇ ਕਾਰਨ ਸੀ ਵੀ ਕੁਰਦਾਂ ਨੂੰ ਜ਼ਹਿਰੀਲੀ ਗੈਸ ਛੱਡ ਕੇ ਸਦਾਮ ਨੇ ਵੀ ਮਾਰਿਆ ਨਾ। ਜਾਂ ਤਾਕਤ ਮਿਲਦੀ ਹੈ ਨਾ, ਤਾਕਤ ਲੋਕ, ਤਾਕਤਵਰ ਲੋਕ ਆਪਣੇ ਧੁਰੇ ਤੋਂ ਟੁੱਟ ਜਾਂਦੇ ਨੇ, ਬਸ ਰੌਲਾ ਇਹ ਹੈ। ਹੁਣ ਸ਼ੀਆ ਮੁਸਲਮਾਨ ਤੇ ਸੁੰਨੀ ਮੁਸਲਮਾਨ ਰਲ ਕੇ ਯਮਨ 'ਚ ਰਹਿੰਦੇ ਆ, ਗੁਆਂਢੀ ਦੇਸ਼ ਨੂੰ ਕੀ ਤੰਗੀ ਆ? ਸਾਊਦੀ ਅਰਬ 'ਚ ਸੁੰਨੀ ਮੁਸਲਮਾਨਾਂ ਦਾ ਵੱਡਾ ਇਕੱਠ ਹੈ ਤੇ ਰੋਇਲ ਫੈਮਿਲੀ ਹੈ ਤੇ ਸਭ ਤੋਂ ਦੁਨੀਆਂ ਦੇ ਮੁਕੱਦਸ ਸਥਾਨ ਨੇ ਉੱਥੇ, ਤੇ ਉਹਨਾਂ ਨੇ ਟਿਕੇ ਹੋਇਆਂ ਨੇ, ਉਹਨਾਂ ਨੂੰ ਡਰ ਲੱਗ ਗਿਆ ਕਿ ਬਾਰਡਰ ਸਾਡਾ ਬਹੁਤ ਲੰਬਾ ਤੇ ਇਹ ਤਾਂ ਜੇ ਜ਼ੋਰ ਫੜ ਗਏ ਸ਼ੀਆ ਵਾਲੇ ਤਾਂ ਸਾਡੇ ਵੱਲ ਨੂੰ ਆ ਜਾਣਗੇ। ਯਾਰਵਿੰਦਰ ਸਿੰਘ ਬਰਾੜ ਜੀ, ਲਾਈਨ ਨੰਬਰ 3। ਹਾਂਜੀ ਜਲਸਾ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਵੀਰ ਜੀ। ਹਾਂਜੀ, ਇਹ ਲੜਾਈਆਂ ਜੇ ਪੈਸੇ ਦੀ ਖੇਡ ਨਹੀਂ ਮੁੱਕਣੀਆਂ। ਤੁਸੀਂ ਵੇਖੋ ਵੀ ਜਿਹੜਾ ਅਮੈਰੀਕਾ ਦਾ ਡਾਲਰ ਆ, ਇਹਨੂੰ ਤੁਹਾਨੂੰ ਪਤਾ ਹੀ ਹੋਣਾ, ਇਹਨੂੰ ਅਮੈਰੀਕਾ ਉਹ ਨਹੀਂ ਕਰਦਾ, ਇਹਨੂੰ ਫੈਡਰਲ ਰਿਜ਼ਰਵ ਕਹਿੰਦੇ ਆ। ਇਹ ਦੁਨੀਆਂ ਦੇ ਕਹਿ ਲਓ ਬਈ 10-15 ਕੁ ਬੰਦੇ ਜਿਹੜੇ ਵੱਡੇ ਕਾਰਪੋਰੇਟ ਹਾਊਸਿਸ ਆ,
ਜਿਨ੍ਹਾਂ ਚ ਸਭ ਤੋਂ ਪੁਰਾਣਾ ਬੰਦਾ ਸੀਗਾ ਇੱਕ ਯਹੂਦੀ ਰੋਥਸਚਾਈਲਡ, ਉਹ ਇਸ ਵੇਲੇ ਦੁਨੀਆਂ ਦਾ ਸਭ ਤੋਂ ਅਮੀਰ ਬੰਦਾ, ਉਹਨੂੰ ਦੁਨੀਆਂ ਕੋਈ ਨੀ ਜਾਣ। ਉਹਦੇ ਪੰਜ ਪੁੱਤ ਸੀ, ਉਹਨੇ ਪੰਜ ਪੁੱਤ ਯੂਰਪ ਦੇ ਵਿੱਚ ਉਹਨੇ ਬੈਂਕਿੰਗ ਸਿਸਟਮ ਸਟਾਰਟ ਕੀਤਾ ਸੀ 17ਵੀਂ ਸਦੀ ਚ। ਇਸ ਡਾਲਰ ਦੇ ਉੱਤੇ ਕੰਟਰੋਲ ਕਰਨ ਲਈ ਅਮਰੀਕਾ ਵਾਲਿਆਂ ਨੇ ਵੀ ਜ਼ੋਰ ਲਾਇਆ ਸੀਗਾ। ਪਹਿਲੀ ਵਾਰੀ ਕਹਿੰਦੇ ਆਪਣੇ ਅਬਰਾਹਿਮ ਲਿੰਕਨ ਨੇ ਕੀਤਾ ਸੀ ਹੀ ਵਾਜ਼ ਸ਼ੋਰਟ ਡੈਟ, ਦੂਸਰੀ ਦਫਾ 1961 ਵਿੱਚ ਕੈਨੇਡੀ ਨੇ ਕੀਤਾ ਸੀ ਵਾਜ਼ ਸ਼ੋਰਟ ਡੈਟ। ਅਗਰ ਤੁਸੀਂ ਡਿਟੇਲ ਦੇ ਵਿੱਚ ਜਾਓ ਤਾਂ ਇਹ ਕਹਿ ਲਓ ਕਹਿੰਦੇ ਫਸਟ ਵਾਰਡ ਚ ਜੋ ਡਿਪਰੈਸ਼ਨ ਆਇਆ ਸੀ ਉਹ ਵੀ ਇਹਨਾਂ ਕਰਕੇ ਕਹਿ ਲਓ ਵੀ ਇਹਨਾਂ ਦੀ ਇੱਕ ਚਾਲ ਸੀਗੀ। ਪਰ ਇਹਨਾਂ ਲੋਕਾਂ ਦੀ ਜਿਹੜੀ ਕਹਿ ਲਓ ਵੀ ਜੈਫ ਕਨੇਡੀ ਉਦੋਂ ਹੁੰਦਾ ਸੀ ਉਹਦੇ ਕੋਲ 4 ਮਿਲੀਅਨ ਸੀ ਤੇ 1928 ਦੇ ਵਿੱਚ 1933 ਚ ਉਹਦੀ ਪ੍ਰੋਪਰਟੀ 100 ਮਿਲੀਅਨ ਹੋ ਗਈ। ਸੋ ਇਹ ਜਿਹੜੇ ਹੈਗੀਆਂ ਵਾਰਸ ਕੰਟਰੀਜ਼ ਦੀਆਂ ਇਹ ਕਹਿ ਲਓ ਵੀ ਰੁਕ ਨਹੀਂ ਸਕਦੀਆਂ, ਇਹਨਾਂ ਦਾ ਇੱਕ ਕੰਟਰੋਲ ਹੈ, ਇੱਥੋਂ ਨੇ ਸਟਾਰ ਬੰਦ ਹੋਊ ਤਾਂ ਕਿਤੇ ਹੋਰ ਕਰ ਦੇਣੀ। ਹੁਣ ਤੁਸੀਂ ਦੱਸਿਆ ਇਰਾਕ ਵਾਜ਼ ਏ ਵੈਰੀ ਰਿਚ ਕੰਟਰੀ, ਹਾਂ ਇਹਨਾਂ ਨੂੰ ਉਹੀ ਚੀਜ਼ ਇਰਾਨ ਵਾਜ਼ ਵੈਰੀ ਕੰਟਰੀ, ਜਦੋਂ ਸ਼ਾਹ ਨਿਕਲ ਗਿਆ ਉਦੋਂ ਇਹਨਾਂ ਨੂੰ ਇਹਨਾਂ ਦੀ ਸੁਰਤ ਇਹ ਕਹਿ ਲਓ ਇਹ ਗੱਲ। ਹੁਣ ਸਾਊਦੀ ਅਰੇਬੀਆ ਦੇ ਵਿੱਚ ਵੁਮੈਨਸ ਦਾ ਸਭ ਤੋਂ ਵੱਧ ਕਾਰਨ ਹੁੰਦਾ ਹੈਗਾ ਹਿਊਮਨ ਰਾਈਟਸ ਦਾ ਤੇ ਲੇਡੀਜ਼ ਦਾ, ਅਮੈਰੀਕਾ ਬੋਲਦਾ ਨਹੀਂ ਕਿਉਂਕਿ ਪੈਸੇ ਦੀ ਗੱਲ ਆ ਗਈ ਹੈਗੀ ਆ। ਇਹ ਜਿਹੜੀਆਂ ਕੰਪਨੀਆਂ ਅਮੈਰੀਕਾ ਦੀਆਂ ਹੈਗੀਆਂ 5 ਮੇਨ ਡਿਫੈਂਸ ਕੰਪਨੀਆਂ ਜਿਹਦੇ ਵਿੱਚ ਚਲੋ ਬੋਇੰਗ ਤਾਂ ਕਮਰਸ਼ੀਅਲ ਦਿੰਦੀ, ਜਿਹੜੀਆਂ ਚਾਰਾਂ ਬਾਰੇ ਮੈਂ ਡਿਟੇਲ ਇਹ ਪੜ੍ਹੀ ਹੈਗੀ ਆ, ਮਾਰਟਿਨ ਲੋਕ ਹੀਡ ਹੋ ਗਈ ਜਾਂ ਕਹਿ ਲਓ ਵੀ ਨੌਰਥ ਥੋਰਪ ਜਿਹੜੀ ਹੈਗੀ ਆ ਗਰੂਮੈਨ, ਉਹ ਲੇਟੈਸਟ ਇਹੋ ਜਿਹੀਆਂ ਚੀਜ਼ਾਂ ਬਣਾ ਰਹੀ ਆ, ਉਹ ਤੀਸਰੀ ਆ ਗਈ ਰੇਥਿਓਨ, ਜਿੰਨੀ ਦੁਨੀਆਂ ਦੇ ਵਿੱਚ ਇਸ ਵੇਲੇ ਟੈਕਨੋਲੋਜੀ ਲੇਟੈਸਟ ਆ ਰਹੀ ਆ ਰੇਥਿਓਨ ਤੇ ਇਹ ਬਣਾ ਰਹੀ ਆ। ਆਟੋਨੋਮਸ ਇਹਨਾਂ ਨੇ ਜਹਾਜ਼ ਵੀ ਬਣਾ ਲਿਆ ਹੈਗਾ ਕਿ ਤੁਸੀਂ ਮੰਨੋਗੇ ਜਿਹਦੇ ਵਿੱਚ ਦੈਟ ਇਜ਼ ਨੋਟ ਕੰਟਰੋਲਡ ਬਾਈ ਰੇਥਿਓਨ ਵਾਲਿਆਂ ਨੇ ਬਣਾਇਆ ਹੈਗਾ, ਇਟ ਇਜ਼ ਨੋਟ ਕੰਟਰੋਲਡ ਬਾਈ, ਯਾਨੀ ਜਿਵੇਂ ਡਰੋਨ ਤਾਂ ਕੰਟਰੋਲ ਕਰਦੇ ਹੈਗੇ ਆ ਲੈਂਡ ਦੇ ਉੱਤੋਂ, ਹਾਂ ਉਹ ਜਹਾਜ਼ ਆਟੋਮੈਟਿਕਲੀ ਉਹਦੇ ਵਿੱਚ ਇਹਨਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਪਾਤੀ, ਉਹ ਜਹਾਜ਼ ਆਪੇ ਹੀ ਆਪਦਾ ਕੰਮ ਕਰਕੇ ਤੇ ਆਪੇ ਹੀ ਉਹ ਲੈਂਡ ਕਰੂਗਾ, ਨੋ ਬੋਡੀ ਉਹਦੇ ਵਿੱਚ ਇਨਵੋਲਵ ਨਹੀਂ ਹੋਏਗਾ ਵੀ ਇਹਨਾਂ ਦੇ ਟਕਨੋ। ਸੋ ਇਹਨਾਂ ਨੇ ਉਹਦੇ ਲਈ ਪੈਸੇ ਬਣਾਉਣ ਲਈ ਇਹਨਾਂ ਨੇ ਆਪਣੇ ਮੁਲਕਾਂ ਨੂੰ ਪਹੁੰਚ, ਜਿਵੇਂ ਇੰਡੀਆ ਲੈ ਲਓ, ਹੋਰ ਲੈ ਲਓ, ਵੀ ਉਹਨੇ ਉਹ ਵੀ ਉੱਥੋਂ ਦੇ ਉਹਨਾਂ ਦੀ ਵੀ ਅਕਲ ਵੇਖ ਲਓ, 1986 ਦਾ ਜਹਾਜ਼ ਆ ਰਫਾਲ, ਅੱਜ ਉਹਦੀ ਕੋਈ ਵੈਲਿਊ ਨਹੀਂ ਹੈਗੀ। ਸੇਮ ਚੀਜ਼ ਆ ਗਈ ਆ 76 ਦਾ ਹੈਗਾ F-16 ਜਿਹੜਾ ਜਹਾਜ਼ ਬਣਿਆ ਸੀ ਅਮੈਰੀਕਨ ਨੇ ਵੈਟਨਾਮ ਵਾਰ ਤੋਂ ਬਾਅਦ ਬਣਾਇਆ, ਬਟ ਉਹ ਲੋਕ ਅਜੇ ਤੱਕ ਉਹਨੇ ਵੀ ਸਰਕਾਰਾਂ, ਮੇਰਾ ਕਹਿਣ ਦਾ ਭਾਵ ਅਰਥ ਆ ਉਹ 40 ਸਾਲ ਪੁਰਾਣੀ ਟੈਕਨੋਲੋਜੀ ਤੇ ਤੁਰੀਆਂ ਫਿਰਦੇ। ਮੈਂ ਰੇਥਿਓਨ ਵਾਲੀ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੱਤੀ ਆ, ਸੇਮ ਚੀਜ਼ ਜਿੰਨੀਆਂ ਇਹਨਾਂ ਦੀਆਂ ਮਿਜ਼ਾਈਲਾਂ, ਇਹ 3 ਕੰਪਨੀਆਂ US ਜਿਹੜਾ ਡਿਫੈਂਸ ਹੈ ਪੈਂਟਾਗੋਨ ਤੋਂ ਬਿਨਾਂ ਕੋਈ ਇਹਨਾਂ ਨੂੰ ਚੀਜ਼ ਲੈ ਨਹੀਂ ਸਕਦਾ ਜਿੰਨੇ ਚਿਰ ਉਹ ਆਰਡਰ ਨਹੀਂ ਕਰਦੇ ਹੈਗੇ। ਸੋ ਇਹਨਾਂ ਦਾ ਚੱਕਰ ਤਾਂ ਇਹੀ ਚੱਲਣਾ, ਇਹ ਗਰੀਬ ਮੁਲਕਾਂ ਨੂੰ, ਬਾਕੀ ਉਹਨਾਂ ਦੇ ਆਪਣੇ ਵਰਗੇ ਉੱਥੇ ਲੀਡਰ ਹੈਗੇ ਆ, ਜੇ ਸਮਝ ਤੁਸੀਂ ਕਿੰਨੇ ਵੀ ਰਿਖਿਆ ਹੈਗਾ ਆਪਣੇ ਸਰਦਾਰਾਂ ਨੂੰ ਨਹੀਂ ਆਈ, ਹੈ ਹੋਰਾਂ ਲੋਕਾਂ ਨੂੰ ਕੀ ਆਉਣੀ ਸੀ, ਕੰਮ ਚੱਲੀ ਜਾਣਾ ਹੈ। ਥੈਂਕ ਯੂ ਜੀ, ਧੰਨਵਾਦ ਜੀ, ਬਿਲਕੁਲ ਠੀਕ ਹੈ ਜੀ। ਜਿਹੜੇ ਅਮੀਰ ਦੇਸ਼ ਨੇ, ਮੈਂ ਸ਼ੁਰੂ ਚ ਵੀ ਗੱਲ ਕੀਤੀ ਸੀ ਕਿ ਅਮਰੀਕਾ ਮੋਸਟਲੀ, ਕੱਲਾ ਅਮਰੀਕਾ ਨਹੀਂ ਬਾਕੀ ਵੀ ਜਿਹੜੇ ਅਮੀਰ ਨੇ G7 ਵਾਲੇ ਨੇ, ਉਹ ਵੀ ਹਾਂ ਦੇ ਵਿੱਚ ਹਾਂ ਹੀ ਹੁੰਦੀ ਹੈ ਤੇ ਇੱਕ ਦੂਜੇ ਦੀ ਪਿੱਠ ਪੂਰਦੇ, ਲੋਕਾਂ ਨੂੰ ਲੜਦੇ। ਹੁਣ ਵਲਾਦਿਮੀਰ ਪੁਤਿਨ ਨੂੰ ਕਦੇ ਤੁਸੀਂ ਗੱਲ ਕਰਦੇ ਦੇਖੋ ਜਾਂ ਕਨਫਲਿਕਟ ਤੇ ਗੱਲ ਕਰਦੇ, ਫਿਰ ਲੋਕ ਕਹਿੰਦੇ ਨੇ ਬਸ ਲੜੇ ਕਿ ਹੁਣ ਲੜੇ, ਉਹਨਾਂ ਨੂੰ ਪਤਾ ਲੜਨਾ ਲੁੜਨਾ ਕਿਹਨਾਂ ਹੈ, ਬਾਕੀ ਦੁਨੀਆਂ ਸਾਰੀ ਪਈ ਹੈ ਕੰਟਰੋਲ ਕਰਨ ਨੂੰ। ਲੜਨਾ ਕਹਿੰਦੇ ਇੱਕ ਨੇ ਫੌਜਾਂ ਭੇਜਤੀਆਂ, ਦੂਜੇ ਨੇ ਫੌਜਾਂ ਉਹਨਾਂ ਤੋਂ ਬਚਾਉਣ ਲਈ ਉਸ ਦੇਸ਼ ਨੂੰ ਸੈਂਕਚੁਰੀ ਚ ਲੈ ਲਿਆ। ਦੇਖ ਲਓ ਹੁਣ ਤੁਹਾਡੇ ਸਾਹਮਣੇ ਸਭ ਹੋਇਆ ਹੀ ਹੈ ਇਹਦੇ ਚ, ਸੀਰੀਆ ਚ ਅਮਰੀਕਾ ਨੇ ਉੱਥੇ ਦੱਬਣ ਲਈ ਆਈਸਿਸ ਨੂੰ, ਤੇ ਆਈਸਿਸ ਤੋਂ ਬਚਾਉਣ ਲਈ ਵਲਾਦਿਮੀਰ ਪੁਤਿਨ ਬੈਠਾ ਅਸਾਦ ਦੇ ਨਾਲ, ਪਿੱਛੇ ਆਈਸਿਸ ਨਾਲ ਲੜ ਰਹੇ ਹਾਂ, ਆਈਸਿਸ ਅਸਾਦ ਨਾਲ ਲੜ ਰਿਹਾ, ਅਮਰੀਕਾ ਕਹਿ ਰਿਹਾ ਅਸਾਦ ਦੇ ਅਸੀਂ ਖਿਲਾਫ ਹਾਂ, ਨਾਲ ਆਈਸਿਸ ਦੇ ਖਿਲਾਫ ਹਾਂ, ਕਿਉਂਕਿ ਆਈਸਿਸ ਜ਼ੁਲਮ ਕਰ ਰਹੀ ਸੀ, ਵਾਧਾ ਕਰ ਰਿਹਾ ਸੀ। ਤੇ ਉਧਰੋਂ ਕੁਰਦ ਵਿਚਾਰੇ ਲੜਦੇ ਰਹੇ, ਕੁਰਦਾਂ ਨੂੰ ਵਿੱਚ ਵਿਚਾਲੇ ਛੱਡ ਕੇ ਉਹ ਕਹਿੰਦੇ ਆਪਾਂ ਚੱਲੇ, ਜਦੋਂ ਡੋਨਲਡ ਟਰੰਪ ਨੇ ਕਿਹਾ ਵੀ ਮੇਰੀਆਂ ਫੌਜਾਂ ਚੱਲੀਆਂ, ਕੁਰਦ ਰਹਿ ਗਏ ਵਿੱਚ ਵਿਚਾਲੇ। ਫਰੀ ਸੀਰੀਆ ਆਰਮੀ ਜਿਸ ਨੇ ਸ਼ੁਰੂ ਕੀਤੀ ਸੀ ਉਹ ਵੀ ਵਿੱਚ ਵਿਚਾਲੇ ਰਹਿ ਗਏ, 5 ਮਿਲੀਅਨ ਦੇ ਕਰੀਬ ਲੋਕ ਖਾਨਾ ਬਦੋਸ਼ ਹੋ ਗਏ, ਕਿਸਮ ਦੇ ਰਿਫਿਊਜੀ ਕਹਿ ਲਓ, ਤੇ ਮਰ ਗਏ 5-7 ਲੱਖ ਮਰ ਗਏ। ਇੱਕ ਜਗ੍ਹਾ ਨਹੀਂ ਹੈ ਇਹ, ਲੋਕ ਬਚ ਕੇ ਰਹਿੰਦੇ ਨੇ, ਆਪਣੇ ਆਪ ਨੂੰ ਬਚਾ ਕੇ ਰੱਖਦੇ ਆ ਕੁਛ ਦੇਸ਼, ਤੇ ਨਹੀਂ ਤਾਂ ਜਿੱਥੇ ਜ਼ੋਰ ਚੜ੍ਹਦਾ ਹੈ ਵੱਡਿਆਂ ਦਾ ਉਹ ਤਾਂ ਬਿੰਦ ਲਾਉਂਦੇ ਆ। ਇਹ ਠੀਕ ਹੈ ਕਿ ਗਦਾਫੀ ਨੇ ਆਪਣੇ ਲੋਕਾਂ ਲਈ ਕੰਮ ਕੀਤਾ, ਪਰ ਕਿਤੇ ਨਾ ਕਿਤੇ ਉਹਨੇ ਨਾ ਕੋਈ ਲੜ ਪੱਲਾ ਫੜਾਇਆ ਵੀ ਹੈ, ਜਿਹਦੇ ਕਰਕੇ ਉਹਦੇ 'ਤੇ ਚੜ੍ਹ ਕੇ ਗਏ ਨਾ ਲੋਕ, ਮਦਦ ਕੀਤੀ ਜਦ
ਖਿਲਾਫ ਉਹਨਾਂ ਦੇ ਸ਼ੁਰੂਆਤ ਹੋਈ, ਉਹ ਗਰੁੱਪ ਨੇ ਕਿਤੇ ਨਾ ਕਿਤੇ ਸ਼ੁਰੂਆਤ ਉਸਦੀ ਹੋਈ ਨਾ, ਤੇ ਇਸ ਗਰੁੱਪ ਨੇ ਹੁਣ ਉਹਨਾਂ ਦੀ ਆਖਰੀ ਜਿਹੜੀ ਇਸਦੀ ਮਾਰਸ਼ਲ ਖਲੀਫਾ ਹਿਫਤਰ ਦੀ ਉਸਦਾ ਹੁਣ ਆਖਰੀ ਗੇੜਾ ਜਿਹੜਾ ਤ੍ਰਿਪੋਲੀ 'ਚ ਬਣਨਾ ਚਾਹੁੰਦਾ। ਫਿਰ ਕਠਪੁਤਲੀ ਇੱਕ ਸਰਕਾਰ ਬਣੂਗੀ ਜਿਸ ਨੂੰ ਉਹ ਟੇਕ ਓਵਰ ਕਰੂਗਾ ਅਤੇ ਬਣਾਊਗਾ, ਅਤੇ ਉਸ 'ਤੇ ਫਿਰ ਨਿਗਾਹਸਾਨੀ ਰੱਖਣਗੇ ਵੱਡੇ ਦੇਸ਼ ਜਿਹੜੇ ਉਹਦੇ ਪਿੱਛੇ ਨੇ। ਇਵੈਂਚੁਲੀ ਇੱਕ ਦਿਨ ਜਦ ਉਹ ਹਿਸਾਬ ਨਾਲ ਨਹੀਂ ਚੱਲੂ ਤਾਂ ਇੱਕ ਦਿਨ ਉਹਦਾ ਕੰਮ ਹੋ ਜਾਣਾ। ਬਸ ਇਸ ਤਰ੍ਹਾਂ ਇਹ ਗੱਲਾਂ ਚੱਲਦੀਆਂ ਆਈਆਂ। ਬੜਾ ਕੁਛ ਉਸਨੇ ਜਿਹੜਾ ਰੇਤਿਆਂ ਦੇ ਵਿੱਚ ਰਹਿ ਕੇ ਕੰਮ ਤਾਂ ਬਹੁਤ ਕੀਤਾ, ਵੱਡੇ ਵੱਡਿਆਂ ਨੇ ਜਿਨ੍ਹਾਂ ਨੇ ਉਹਨਾਂ 'ਤੇ ਉਹਦੇ 'ਤੇ ਬੰਦਿਸ਼ਾਂ ਲਾਈਆਂ ਗਦਾਫੀ ਦੇ, ਫਿਰ ਉਹਦੇ ਤੰਬੂ 'ਚ ਜਾ ਕੇ ਮਿਲਦੇ ਰਹੇ। ਕੌਂਡੋਲੀਸ ਰਾਈਸ ਵੀ ਗਈ, ਟੋਨੀ ਬਲੇਅਰ ਵੀ ਗਿਆ, ਅਤੇ ਫਿਰ ਸਾਰੀ ਉਹ ਗੱਲ ਉਹਨਾਂ ਨਾਲ ਠੀਕ ਹੋ ਗਈ। ਇਵੈਂਚੁਲੀ ਫਿਰ ਕਿਤੋਂ ਨਾ ਕਿਤੋਂ ਚੰਗਿਆੜੀ ਫਿਰ ਨਿਕਲੇ, ਅਤੇ ਕੀ ਹਾਲ ਹੋਇਆ ਜਿਹਦਾ ਸਾਰਾ ਹੀ ਕੰਟਰੋਲ ਸੀ, ਪਰ ਵਿੱਚੋਂ ਬਾਗੀ ਹੋ ਗਏ ਇੱਕ ਇੱਕ ਏਰੀਏ ਦੇ ਵਿੱਚੋਂ ਨਿਕਲ ਕੇ ਉਹ ਆ ਬੜੇ ਲੋਕ। ਅਗਲੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਸਾਹਿਬ ਬੀਸਲਾ ਜੀ, ਤੁਸੀਂ ਏਅਰ ਤੇ ਆਨਲਾਈਨ ਨੰਬਰ 2। ਹਾਂਜੀ ਹਰਜੀਤ ਸਿੰਘ ਗਿੱਲ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਪਹਿਲਾਂ ਤਾਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬੀਸਲਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਰੋਥਸਚਾਈਲਡ ਫੈਮਿਲੀ ਦੀ ਜੇ ਗੱਲ ਚੱਲ ਪਈ ਆ ਤੇ ਮੈਨੂੰ ਤੁਸੀਂ 2 ਮਿੰਟ ਲਾਓਗੇ ਬੋਲਣ ਲਈ? ਹਾਂਜੀ ਲੈ ਲਓ ਜੀ, ਲੈ ਲਓ। ਮੈਂ ਕਿਹਾ ਸਾਨੂੰ ਵੀ ਇਹਨਾਂ ਗੱਲਾਂ ਦਾ ਹਨਾ ਬਿਲਕੁਲ ਨਹੀਂ ਪਤਾ, ਡਾਕਟਰ ਦਲਜੀਤ ਸਿੰਘ ਜਿਹੜੇ ਬਹੁਤ ਅੱਖਾਂ ਦੇ ਮਾਹਰ ਡਾਕਟਰ ਅੰਮ੍ਰਿਤਸਰ, ਉਹਨਾਂ ਦੀਆਂ ਪੰਜਾਬੀ ਦੇ ਵਿੱਚ ਹਨਾ 2 ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਗਿਆ। ਸੱਚ ਦੀ ਭਾਲ ਇੱਕ ਉਹਨਾਂ ਦੀ ਪਹਿਲੀ ਕਿਤਾਬ, ਤੇ ਪਹਿਲੀ ਵਾਰ ਰੋਥਸਚਾਈਲਡ ਫੈਮਿਲੀ ਦਾ ਨਾਂ ਉਹ ਪੰਜਾਬੀ ਦੀ ਕਿਤਾਬ 'ਚ ਉਹ ਸੁਣਿਆ ਜੀ। ਉਦੋਂ ਬਾਅਦ ਪਤਾ ਲੱਗਾ ਵੀ ਜਿਹੜੇ ਅਮੈਰੀਕਾ 'ਚ ਅਸੀਂ ਰਹਿੰਦੇ ਹਾਂ, ਅਮੈਰੀਕਾ ਦਾ ਜਿਹੜਾ ਡਾਲਰ ਹੈ ਤਾਂ ਸਰਕਾਰੀ ਕਰੰਸੀ ਹੈ ਹੀ ਨਹੀਂ। ਔਰ ਮੈਂ ਆਪਣੇ ਬੇਟੇ ਨੂੰ ਜਦ ਕਿਹਾ ਵੀ ਕਾਕਾ ਮੈਨੂੰ ਤਾਂ ਕੱਢਣਾ ਨਹੀਂ ਆਉਂਦਾ ਇਹ ਕੱਖ ਵੀ, ਤੇ ਤੂੰ ਕੱਢ ਕੇ ਦੇਖ ਤੇ ਸਰਕਾਰੀ ਕਰੰਸੀ ਆ ਕਿ ਨਹੀਂ ਸਰਕਾਰੀ, ਰੋਇਸ ਜਿਹੜਾ ਫੈਡਰਲ ਰਿਜ਼ਰਵ ਬੈਂਕ ਹੈ ਇਹ ਸਰਕਾਰੀ ਹੈ ਕਿ ਨਹੀਂ ਹੈਗਾ, ਤਾਂ ਉਹ ਮੈਨੂੰ ਕੁੱਦ ਕੇ ਪੈ ਗਿਆ। ਤੇ ਬਾਅਦ ਚ ਜਦ ਇੰਟਰਨੈਟ ਕੇ ਕੱਢ ਕੇ ਹਟਿਆ ਕਿ ਤੇਰੇ ਬਾਪੂ ਕਿੱਥੋਂ ਪੜਿਆ, ਇਹ ਗੱਲ ਸੱਚੀ ਆ, ਨਾ ਉਹ ਬੈਂਕ ਸਰਕਾਰੀ ਆ ਤੇ ਨਾ ਰੁਪਈਆ ਸਰਕਾਰੀ ਆ, ਪੱਕੀ ਗੱਲ ਆ। ਇਹ ਤੁਸੀਂ ਵੀ ਕੱਢ ਕੇ ਦੇਖ ਲਓ, ਤੁਸੀਂ ਤਾਂ ਬਹੁਤ ਪੜ੍ਹੇ ਲਿਖੇ ਬੰਦੇ ਆ। ਔਰ ਇਸ ਗੱਲ ਨੂੰ ਮਤਲਬ ਤੁਸੀਂ ਇਹ ਦੇਖੋ ਵੀ ਇਹ 5 ਸਾਲ ਹੋ ਗਿਆ ਐਗਰੀਮੈਂਟ ਮੁੱਕੇ ਨੂੰ, ਆ ਜਿਹਨੂੰ ਤੁਸੀਂ ਨਾ ਦੁਨੀਆਂ ਦਾ ਕਹਿੰਦੇ ਆ ਸਰਪੰਚ, ਇਹਦੀ ਹਿੰਮਤ ਨਹੀਂ ਪੈਂਦੀ ਮੁੜ ਕੇ ਉਸ ਬੈਂਕ ਦੇ ਨਾਲ ਦੁਬਾਰਾ ਐਗਰੀਮੈਂਟ ਕਰੇ। ਇਹ ਫੈਕਟ ਆ। ਔਰ ਇਹ ਪੰਜਾਬੀ ਦੇ ਵਿੱਚੋਂ ਪੜ੍ਹਿਆ ਮੈਂ ਅੰਗਰੇਜ਼ੀ ਚੋਂ ਨਹੀਂ। ਠੀਕ ਹੈ ਜੀ। ਇਹ ਉਹ ਕਿਤਾਬਾਂ ਅਸਲ ਦੇ ਵਿੱਚ ਗਿੱਲ ਸਾਹਿਬ ਜਿੱਥੋਂ ਨੌਲੇਜ ਮਿਲਦੇ ਉਹ ਲੈਣੀ ਚਾਹੀਦੀ ਆ, ਔਰ ਉਹਨੂੰ ਪਰਖਣਾ ਚਾਹੀਦਾ। ਠੀਕ, ਪਰਖੇ ਬਿਨਾਂ ਉਹਨੂੰ ਬੋਲਣਾ ਨਹੀਂ ਚਾਹੀਦਾ। ਬਹੁਤ ਧੰਨਵਾਦ ਜੀ। ਧੰਨਵਾਦ ਜੀ ਬਿਸਲਾ ਜੀ। ਬਿਲਕੁਲ ਜੀ, ਇਹ ਬੜੀ ਕਨਫਲਿਕਟ ਸਦਾ ਹੀ ਰਹੀ ਹੈ ਕਿ ਰੋਥਸਚਾਈਲਡ ਫੈਮਿਲੀ ਜਿਹਦਾ ਨੈੱਟਵਰਥ 500-600 ਟ੍ਰਿਲੀਅਨ ਡਾਲਰ ਦੱਸ ਰਹੇ ਨੇ, 80% ਦੁਨੀਆ ਦਾ ਧਨ ਉਹਨਾਂ ਦੇ ਕੋਲ ਹੈ ਤੇ ਮਨੀ ਉਹ ਸਪਲਾਈ ਕਰਦੇ ਆ। ਇਹ ਇਸ ਤੇ ਬਹੁਤ ਡਿਬੇਟ ਰਹੀ ਕਿ ਵਾਕਈ ਇਹ ਠੀਕ ਹੈ ਗੱਲ ਜਾਂ ਫਿਰ ਅਮਰੀਕਾ ਜਿਹੜਾ ਉਹ ਖੁਦ ਪਾਵਰਫੁਲ ਹੈ। ਯਹੂਦੀ ਪਰਿਵਾਰ ਆ ਇਹ ਜਿਹੜਾ ਝੁੱਗੀਆਂ ਦੇ ਵਿੱਚ 1770 ਦੇ ਵਿੱਚ ਇਹਨਾਂ ਦਾ ਪੁਰਖਾ ਜੰਮਿਆ ਫਰੈਂਕਫਰਟ ਦੇ ਨੇੜੇ, ਤੇ ਇਹ ਵੀ ਸ਼ਿਕਾਰ ਨਸਲਕੁਸ਼ੀ ਦਾ ਹੋਏ ਨੇ। ਕਈ ਵਾਰ ਇਸ ਜੇ ਪ੍ਰੈਸੀਡੈਂਟ ਸਾਹਮਣੇ ਨੇ ਸਾਡੇ, ਜਿਸ ਤਰ੍ਹਾਂ ਯਹੂਦੀਆਂ 'ਤੇ ਹੋਇਆ ਤਾਂ ਕਈ ਉੱਘੇ ਸਿੱਖ ਚਿੰਤਕ ਇਸ ਗੱਲ 'ਤੇ ਕਹਿੰਦੇ ਕਿ ਸਿੱਖਾਂ ਨਾਲ ਬਹੁਤ ਘੱਟ ਹੋਇਆ ਜਾਂ ਹੋਰ ਮਨਿਓਰਟੀ ਨਾਲ ਬਹੁਤ ਘੱਟ ਹੋਇਆ। 60 ਲੱਖ ਬੰਦਾ ਹਿਟਲਰ ਨੇ ਧੂ ਕੇ ਮਾਰਤਾ ਅਤੇ ਗੈਸ ਦੇ ਚੈਂਬਰਾਂ ਦੇ ਵਿੱਚ, ਅਤੇ ਬਹੁਤ ਬੁਰੇ ਹਾਲ 'ਤੇ ਖੋਤੇ ਘੋੜੇ ਬਸ ਇੰਨਾ ਹੀ ਕੁਛ ਰਹਿ ਗਿਆ।
ਪਰ ਇੱਕ ਹੀ ਗੱਲ ਫਿਰ ਉਹਨਾਂ ਨੇ ਦੇਖ ਲਈ, ਕਹਿੰਦੇ ਹੋਰ ਕੁਛ ਨਹੀਂ, ਹੁਣ ਜਵਾਕਾਂ ਨੂੰ ਪੜ੍ਹਾ ਲਓ ਤੇ ਹਿਬਰੂ ਚ ਬੋਲਣਾ ਬਸ, ਬਾਹਰ ਅੰਗਰੇਜ਼ੀ ਬੋਲੋ। ਅਸੀਂ ਤਾਂ ਦੋਨੇ ਛੱਡਤੀਆਂ, ਨਸਲ ਕੁਛ ਤਾਂ ਸਾਡੀ ਹੋ ਗਈ, ਪੜ੍ਹਾਈ ਅਸੀਂ ਛੱਡਤੀ, ਪੰਜਾਬੀ ਅਸੀਂ ਛੱਡਤੀ, ਬਸ ਸਾਨੂੰ ਤਾਂ ਹੁਣ ਮਾਰਨ ਦੀ ਵੀ ਲੋੜ ਨਹੀਂ ਹੈ, ਹੁਣ ਤਾਂ ਸਾਡਾ ਅਸੀਂ ਤਾਂ ਆਪੇ ਪਤਨ ਵੱਲ ਜਾ ਰਹੇ ਹਾਂ, ਖਤਮ ਹੋ ਰਹੀ ਕਹਾਣੀ। ਤੇ ਫਿਰ ਕਿਤੇ ਪੋਜ਼ਿਟਿਵ ਥਿੰਕਰ ਇਹ ਗੱਲ ਕਹਿੰਦਾ ਕਿ ਇਸ ਨੂੰ ਸਾਜਣ ਵਾਲਾ ਬੜਾ ਬੇਅੰਤ ਹੈ, ਉਹ ਇਸ ਨੂੰ ਜਿਉਂਦੀ ਰੱਖੂ। ਪਰ ਗੁਰੂ ਨੇ ਆਪੇ ਵੀ ਕਿਹਾ ਵੀ ਸਾਰਾ ਕੁਛ ਨਹੀਂ ਹੋਣਾ, ਇਹ ਜੇ ਪੱਥਰਾਂ ਦੇ ਵਿੱਚ ਰਹਿ ਕੇ ਹੁੰਦਾ ਤਾਂ ਫਿਰ ਸਿੱਧਾ ਨਾਲ ਗੋਸ਼ਟ ਕਰਨ ਦੀ ਲੋੜ ਨਹੀਂ ਸੀ, ਉਹਨੂੰ ਧਿਆਇਆ ਤੇ ਸਾਰਾ ਕੁਛ ਨਹੀਂ ਹੁੰਦਾ, ਕੰਮ ਆਪਣੇ ਹੱਥੀ ਉਹ ਕਰਨੇ ਪੈਂਦੇ। ਅਗਲੀ ਜਿਹੜੀ ਗੱਲ ਇੱਕ ਬਹੁਤ ਵੱਡੀ ਅੱਜ ਰਾਈਜ ਕਰ ਰਹੀ ਹੈ ਰੂਸ ਦੇ ਵਿੱਚ ਨਾ, ਉਹਨਾਂ ਦੇ ਇੱਕ ਤੱਟ ਤੇ ਜਿੱਥੇ ਦੋ ਉਹਨਾਂ ਦੇ ਤੱਟੀ ਸ਼ਹਿਰ ਨੇ ਜਪਾਨ ਵਾਲੇ ਪਾਸਿਓਂ, ਸਾਊਥ ਕੋਰੀਆ ਨੌਰਥ ਕੋਰੀਆ ਵਾਲੇ ਪਾਸਿਓਂ, ਨਖੋਦਕਾ ਤੇ ਲੈਡਵੋਸਟੋਕ, ਉੱਥੇ ਨਾ ਉਹਨਾਂ ਨੇ 100 ਦੇ ਕਰੀਬ ਬਲੂਗਾ ਤੇ 11 ਦੇ ਕਰੀਬ ਜਿਹੜੀਆਂ ਔਰਕਾਜ ਕਿਲਰ ਵੇਲਸ ਨੇ ਉਹ ਜੇਲ ਕੀਤੀਆਂ ਹੋਈਆਂ ਨੇ, ਬੜੇ ਬੜੇ ਪੈਨ ਬਣਾ ਕੇ ਉੱਥੇ 100 ਦੇ ਕਰੀਬ ਇਹ ਅੱਜ ਫੋਟੋਆਂ ਦਿਖਾ ਰਹੇ ਸੀ। ਕਿਤੋਂ ਗੱਲ ਨਿਕਲ ਗਈ, ਪਰਮ ਪਾਣੀ ਉੱਪਰ ਜੰਮਿਆ ਪਿਆ, ਤੇ ਉਸ ਤਰ੍ਹਾਂ ਹੀ 10 ਦੇ ਕਰੀਬ ਵੱਡੇ ਪੈਨ ਨੇ ਜਿਵੇਂ ਫਿਸ਼ਿੰਗ ਵਾਲਿਆਂ ਦੇ ਹੁੰਦੇ ਆ, ਇੱਥੇ ਜਿਹੜੀ ਸੈਮਨ ਜਿਹੜੀ ਆਪ ਸੈਮਨ ਫਾਰਮਿੰਗ ਤੋਂ ਲੈ ਕੇ ਆਉਂਦੇ ਆ, ਰੱਖਦੇ ਸਮੁੰਦਰ 'ਚ ਆ ਉਹਨੂੰ ਵੀ, ਤੇ ਉਸ ਨੂੰ ਪਾਲਦੇ ਹੋਰ ਤਰੀਕੇ ਨਾਲ। ਹੁਣ ਜਿਹੜੇ ਇਹਨਾਂ ਮੈਮਲਸ ਦੇ ਹੱਕ 'ਚ ਬੋਲਣ ਵਾਲੇ ਲੋਕ ਨੇ, ਵਰਲਡ ਦੇ ਟੌਪ ਮਰੀਨ ਬਾਇਓਲੋਜਿਸਟ ਨੇ, ਉਹ ਮੋਸਕੋ 'ਚ ਬੈਠੇ ਆ, ਕਹਿੰਦੇ ਇਹ ਤੁਸੀਂ 100 ਫੜੀ ਬੈਠੇ ਹੋ। ਹੁਣ ਇਹ ਰਸ਼ੀਆ ਨੇ ਚੀਨ ਦੇ ਵਿੱਚ ਜਿਹੜੇ ਵਾਟਰ ਪਾਰਕਸ ਨੇ, ਕਿਉਂਕਿ ਇੱਥੇ ਤਾਂ ਗੱਲ ਅਵੇਅਰਨੈਸ ਦੇ ਵਿੱਚ ਫੇਲ ਹੋ ਰਹੀ ਹੈ, ਵਾਟਰ ਪਾਰਕ ਫੇਲ ਹੋ ਰਹੇ ਨੇ, ਲੋਕ ਇਹਨਾਂ ਦੀ ਕੈਪਟੀਵਿਟੀ ਨੂੰ ਤੰਗ ਕਰਕੇ ਲੋਕ ਦੇਖ ਰਹੇ ਨੇ ਵੀ ਭੁੱਖੀਆਂ ਰੱਖ ਕੇ ਵੇਲ ਮੱਛੀਆਂ ਤੋਂ ਛਾਲਾਂ ਲਵਾਉਣੀਆਂ, ਜਾ ਕੇ ਨਿਆਗਰਾ ਫਾਲ ਜਾਂ ਸੈਂਡੀਆਗੋ ਪੈਸੇ ਦੇ ਕੇ ਜਾਂ ਫਲੋਰੀਡਾ ਲੋਕ ਦੇਖਣੇ, ਲੋਕ ਜਾਣੋ ਹਟ ਗਏ ਵੀ ਯਾਰ ਭੁੱਖੇ ਮਾਰਦੇ ਹੋ ਤੁਸੀਂ। ਸੈਂਡੀਆਗੋ ਵਾਲੇ ਇਸ ਸਿਸਟਮ ਜਿਹਦੇ ਵਿੱਚ ਜਿਹੜਾ ਪੋਲਰ ਬੀਅਰ, ਉੱਥੇ ਦੇਖਿਓ ਕਿਵੇਂ ਉਹ ਭੱਜਿਆ, ਕਿਵੇਂ ਉਹ ਤੜਫਦਾ, ਕਦੇ ਖੱਬੇ ਇੱਕ ਮਿੰਟ ਵੀ ਟਿਕ ਕੇ ਨਹੀਂ ਬਹਿੰਦਾ, ਜਾਂ ਉਹ ਭੁੱਖਾ ਹੈ ਜਾਂ ਉਹ ਜੇਲ੍ਹ 'ਚ ਹੈ, ਜਿਹਨੇ ਹਜ਼ਾਰਾਂ ਹੀ ਕਿਲੋਮੀਟਰ ਦੇ ਏਰੀਏ 'ਚ ਤੁਰੇ ਫਿਰਨਾ ਤੇ ਉਹਨੂੰ ਬੰਨ ਲਿਆ। ਇਸ ਤਰ੍ਹਾਂ ਓਸ਼ਨ ਦੇ ਵਿੱਚ ਰਹਿਣ ਵਾਲੇ ਮੈਮਲ ਜਿਹੜੇ ਨੇ ਇਹ ਬੰਦੀ ਬਣਾਏ ਹੋਏ ਨੇ। ਹੁਣ ਇਹ ਜਿਹੜੀਆਂ ਹਾਲੀਵੁੱਡ ਦੀਆਂ ਸੈਲਬ੍ਰਿਟੀਜ਼ ਨੇ, ਪਮੈਲਾ ਐਂਡਰਸਨ ਵਰਗੀਆਂ, ਗਵਰਨਮੈਂਟ ਦਾ ਰੌਲਾ ਉਹ ਪਾ ਰਹੇ, ਕਹਿੰਦੇ ਤੁਸੀਂ ਇਹਨਾਂ ਨੂੰ ਫੜ ਕੇ ਰੱਖਿਆ ਹੋਇਆ, ਹੁਣ ਉਹ ਵੇਚਣੀ ਹੈ। ਇੱਕ ਔਰਕਾ ਜਿਹੜੀ ਹੈ 5 ਮਿਲੀਅਨ ਅਮਰੀਕਾ ਦੀ ਅਮਰੀਕਨ ਡਾਲਰਾਂ ਦੀ ਉਹ ਵੇਚ ਰਹੇ ਨੇ, ਚਾਈਨਾ ਦੇ ਜਿਹੜੇ ਮਰੀਨ ਪਾਰਕਸ ਨੇ ਉਹਨਾਂ ਨੂੰ ਵੇਚ ਰਿਹਾ। ਇਹ ਐਜੂਕੇਸ਼ਨਲ ਰੀਜ਼ਨ ਆ ਜੀ, ਇਹ ਅਤੇ ਉਹ ਹੈ। ਪਹਿਲਾਂ ਜਦ ਇੱਥੇ ਸ਼ੁਰੂ ਹੋਈਆਂ, ਪਹਿਲਾਂ ਵੀ 13 ਦੇ ਕਰੀਬ ਇਹ ਕਿਲਰ ਵੇਲਸ 2013 ਤੋਂ 16 ਦੇ ਵਿੱਚ ਉਹਨਾਂ ਨੇ ਵੇਚਤੀਆਂ, ਉਹਨਾਂ ਦੇ ਪਾਣੀਆਂ 'ਚੋਂ ਫੜ ਲੈਂਦੇ ਆ ਤੇ ਵੇਚ ਦਿੰਦੇ ਆ। ਹੁਣ ਇਹ ਜਾਨਵਰ ਜਿੰਨੇ ਨੇ ਇਹ ਮੈਮਲਸ ਨੇ ਜਿਹੜੇ ਇਹ ਖਾਣੇ ਦੀ ਭਾਲ ਦੇ ਵਿੱਚ ਕੁਦਰਤੀ ਵਾਤਾਵਰਨ ਤੇ ਜਿਹੜਾ ਸਿਸਟਮ ਚੇਂਜ ਹੋ ਰਿਹਾ, ਹੁਣ ਸਾਡੀਆਂ ਔਰਕਾ ਜਿਹੜੀਆਂ ਨੇ, ਜਿਹੜੀਆਂ ਕਿਲਰ, ਜਿਹੜੀਆਂ ਰੈਜੀਡੈਂਟ ਕਿਲਰ ਵੇਲਸ ਨੇ ਸਾਡੀਆਂ, ਵਾਸ਼ਿੰਗਟਨ ਤੇ ਬੀਸੀ ਦੇ ਪਾਣੀਆਂ 'ਚ ਰਹਿੰਦੀਆਂ, ਉਹਨਾਂ ਨੇ ਅਲੱਗ ਅਲੱਗ ਪੌਡ ਬਣਾਏ ਹੋਏ ਨੇ, ਉਹ ਹੁਣ ਕੈਲੀਫੋਰਨੀਆ ਦੇ ਤੱਟ ਤੇ ਵੇਖੀਆਂ ਗਈਆਂ ਸੈਮਨ ਦੀ ਭਾਲ ਦੇ ਵਿੱਚ, ਉਹ ਐਡੀ ਦੂਰ ਚਲ ਗਈਆਂ। ਤੁਸੀਂ ਇਹ ਦੇਖੋ ਕੁਦਰਤ ਕੀ ਕਰ ਰਹੀ, ਉਹਨਾਂ ਨੂੰ ਬਿੱਲ ਲਿਆਂਦੇ ਜਾ ਰਹੇ ਨੇ ਉਹਨਾਂ ਨੂੰ ਰੋਕਣ, ਉਹਨਾਂ ਨੂੰ ਸਾਂਭਣ ਲਈ ਕਿ ਸੈਮਨ ਘੱਟ ਰਹੀ ਹੈ, ਜਿਹੜਾ ਸਮੁੰਦਰੀ ਜਹਾਜ਼ਾਂ ਦੀ ਟ੍ਰੈਫਿਕ ਹੈ, ਫੈਰੀ ਦੀ ਟ੍ਰੈਫਿਕ ਹੈ, ਉਹਨਾਂ ਨੂੰ ਤੰਗ ਕਰ ਰਹੀ ਹੈ, ਉਹਨਾਂ ਦੀ ਕਮਿਊਨੀਕੇਸ਼ਨ ਨਹੀਂ ਹੋ ਰਹੀ। ਉਹਨਾਂ ਨੂੰ ਕੈਲੀਫੋਰਨੀਆ ਦੇ ਤੱਟ ਤੇ ਇਸ ਵਾਰ ਵੇਖਿਆ ਗਿਆ, ਕਿਉਂਕਿ ਉਹਨਾਂ ਦੀ ਆਈਡੈਂਟੀਫਿਕੇਸ਼ਨ ਆ, ਉਹਨਾਂ ਦੇ ਟਰੈਕਰ ਲਾਏ ਹੋਏ ਨੇ, ਉੱਥੇ ਗਈਆਂ ਹੋਈਆਂ ਨੇ, ਕਿਉਂਕਿ ਸੈਮਨ ਉਸ ਏਰੀਏ 'ਚ ਬਹੁਤ ਹੈ। ਦੇਖੋ ਇਹ ਅੱਜ ਵੀਡੀਓਜ਼ ਦਿਖਾਈਆਂ ਨੇ ਵੱਡੇ ਟੀਵੀਜ਼ ਨੇ, ਟੀਵੀ ਸਟੇਸ਼ਨਾਂ ਤੇ ਵੱਡੇ ਅਖਬਾਰਾਂ ਨੇ, 100 ਦੇ ਕਰੀਬ ਇਹ ਵੇਲਸ ਜਿਹੜੀਆਂ ਨੇ ਉਹ ਬਲੂਗਾ ਨੇ ਤੇ ਉਹ ਫੜੀਆਂ ਹੋਈਆਂ ਨੇ। ਹੁਣ ਵਲਾਦਿਮੀਰ ਪੁੱਤਰ ਨੂੰ ਕੌਣ ਕਹੂਗਾ, ਹੁਣ ਕਿਹਨੇ ਕਹਿਣਾ ਵੀ ਤੂੰ ਆਹ ਨਾ ਕਰ, ਐਜੂਕੇਸ਼ਨਲ ਰੀਜਨ ਆ ਜੀ ਇਹ, ਚਾਈਨਾ ਨੂੰ ਉਹ ਚਾਈਨਾ ਦੇ ਮਰੀਨ ਪਾਰਕਸ ਨੂੰ ਵੇਚ ਰਿਹਾ। ਇਸ ਖਬਰ ਨੇ ਜਿੰਨੇ ਵੀ ਵਾਤਾਵਰਨ ਪ੍ਰੇਮੀ ਨੇ, ਜਿੰਨੇ ਵੀ ਇਹਨਾਂ ਨੂੰ ਜਾਨਵਰਾਂ ਨੂੰ ਪਿਆਰ ਕਰਨ ਵਾਲੇ ਨੇ, ਉਹ ਦੁਖੀ ਹੋ ਗਏ।
ਤੇ ਠੀਕ ਹੈ ਕੁਛ ਇੰਡੀਜਨਸ ਲੋਕ ਜਿਹੜੀਆਂ ਨੇ ਜਿਹੜੀਆਂ ਕਮਿਊਨਿਟੀਜ਼ ਨੇ ਉਹ ਇਹਨਾਂ ਨੂੰ ਹੰਟ ਵੀ ਕਰਦੀਆਂ ਨੇ, ਉਹ ਆਪਣਾ ਹੱਕ ਮੰਗਦੀਆਂ ਨੇ ਵੀ ਸਾਡਾ ਹੱਕ ਹੈ। ਹੁਣ ਇਹ ਇਹਨਾਂ ਨੂੰ ਇਹਨਾਂ ਦਾ ਪਾਣੀ ਉੱਪਰਲਾ ਜੰਮ ਰਿਹਾ, ਖਾਣਾ ਪ੍ਰੋਪਰ ਨਹੀਂ ਇਹਨਾਂ ਨੂੰ ਮਿਲ ਰਿਹਾ, ਬਸ ਇੱਥੋਂ ਚੱਕ ਕੇ ਵੇਚ ਦੇਣੀਆਂ। 100 ਵੇਲਜ਼ ਨੇ ਇਕੱਠੀਆਂ, ਤੇ ਉਹਦੀ ਵੀਡੀਓ ਤੁਸੀਂ ਵੇਖੋਗੇ CBC ਤੇ ਜਾ ਕੇ ਦੇਖੋ ਕਿੰਨਾ ਉਹ ਦਿਲ ਨੂੰ ਤੰਗ ਕਰਦੀ ਆ ਯਾਰ, ਵੀ ਇਨਸਾਨ ਹੋ ਕੇ ਜਾਨਵਰਾਂ ਦੇ ਵਿੱਚੋਂ ਪੈਸੇ ਲੋਕ ਕਮਾਉਂਦੇ ਨੇ ਤੇ ਜਾਨਵਰਾਂ ਦਾ ਵਪਾਰ ਕਰਦੇ ਨੇ, ਕਿੱਡੀ ਵੱਡੀ ਗੱਲ ਹੈ, ਉਹ ਵੀ ਗੈਰ ਕੁਦਰਤ। ਵਪਾਰਕ ਸੰਦੇਸ਼ ਮੁੜ ਕੇ ਆ ਕੇ ਗੱਲ ਤੋਰਦੇ ਆ ਜੀ ਇੱਕ ਨਵੀਂ। 12:45 ਹੋਏ ਆ ਜੀ, ਧਾਰਮਿਕ ਸਹਿਣਸ਼ੀਲਤਾ ਦੀ ਗੱਲ ਮੈਂ ਅੱਜ ਤੁਹਾਡੇ ਨਾਲ ਕਰਨੀ ਚਾਹੁੰਦਾ, 15-20 ਮਿੰਟ ਜਿਹੜਾ ਰਹਿੰਦਾ ਹੈ ਸਮਾਂ ਅਗਲੇ ਕੁਛ 1:20 ਤੱਕ। ਦੁਨੀਆਂ ਦੇ ਵਿੱਚ ਜਿੱਥੇ ਵੱਧ ਗਿਣਤੀ ਕਿਸੇ ਵੀ ਧਰਮ ਦੀ ਹੈ, ਉਹ ਧਰਮ ਦੀ ਆਪਣੇ ਦੀ ਪ੍ਰੈਕਟਿਸ ਕਰਨਾ ਚਾਹੁੰਦਾ। ਇਹ ਮੈਂ ਦੁਨੀਆਂ ਦੇ ਵਿੱਚ ਉਹਨਾਂ ਲੋਕਾਂ ਦੀ ਗੱਲ ਕਰਦਾ ਜਿਹੜੇ ਪ੍ਰਵਾਸ ਕਰਕੇ ਕਿਤੇ ਆ ਕੇ ਵਸੇ, ਤੇ ਉਹਨਾਂ ਦੇ ਸਲਾਨਾ ਜਿਹੜੇ ਫੰਕਸ਼ਨਸ ਹੁੰਦੇ ਆ ਉਹਨਾਂ ਦੇ ਵਿੱਚ ਵੱਡੀ ਗਿਣਤੀ 'ਚ ਸ਼ਾਮਿਲ ਹੁੰਦੇ ਆ। ਹਰ ਇੱਕ ਧਰਮ ਦਾ ਆਪਣਾ ਆਪਣਾ ਦਿਨ ਹੈ ਕੋਈ ਨਾ ਕੋਈ ਵੱਡਾ ਜਿਹਨੂੰ ਉਹ ਮਨਾਉਂਦੇ ਆ, ਜਿਵੇਂ ਈਦ ਹੈ, ਈਦ ਤੋਂ ਬਾਅਦ ਜਨਮਅਸ਼ਟਮੀ ਤੇ ਸ਼ਿਵਰਾਤਰੀ ਹੈ ਹਿੰਦੂ ਵੀਰਾਂ ਦੀ, ਤੇ ਖਾਲਸਾ ਸਿੱਖ ਕੌਮ ਆਪਣਾ ਵਿਸਾਖੀ ਕੰਮ ਖਾਲਸਾ ਸਾਜਨਾ ਦਿਵਸ ਮਨਾਉਂਦੀ ਹੈ। ਅਸਲ ਖਾਲਸਾ ਸਾਜਨਾ ਦਿਵਸ ਹੈ, ਖਾਲਸਾ ਪਰੇਡ ਇਹਦਾ ਨੈਕਸਟ ਅਸੀਂ ਲੈਵਲ ਉਸ ਨੂੰ ਲੈ ਗਏ ਕਿ ਲੋਕ ਸਮਝ ਲੈਣ। ਕੈਨੇਡਾ ਅਮਰੀਕਾ ਦੇ ਵਿੱਚ ਜਾਂ ਯੂਰਪ ਦੇ ਵਿੱਚ ਨਗਰ ਕੀਰਤਨਾਂ ਦਾ ਸਿਲਸਿਲਾ ਜਿਹੜਾ, ਕਿਉਂਕਿ ਪਹਿਲੀ ਭੁੱਖ ਹੈ ਕਿ ਗੁਰੂ ਅਸਥਾਨ ਬਣਨ, ਸਾਡੇ ਬਹੁਤ ਔਖੇ ਹੋ ਕੇ ਗੁਰੂ ਮਹਾਰਾਜ ਦੇ ਸਰੂਪ ਇਹਨਾਂ ਧਰਤੀਆਂ ਤੇ ਪਹੁੰਚੇ, ਤੇ ਫਿਰ ਜਦ ਅਸੀਂ ਗਿਣਤੀ 'ਚ ਵੱਧ ਗਏ ਤਾਂ ਸਾਡੀਆਂ ਜਿਹੜੀਆਂ ਹੋਰ ਧਾਰਮਿਕ ਰੋ ਰੀਤਾਂ ਤੇ ਜਾਂ ਧਾਰਮਿਕ ਸਾਡੇ ਦਿਨ ਨੇ ਉਹਨਾਂ ਨੂੰ ਅਸੀਂ ਮਨਾਉਣਾ ਸ਼ੁਰੂ ਕਰ ਦਿੱਤਾ, ਤੇ ਉਸਦੇ ਲਈ ਫਿਰ ਇਕੱਠ ਜੁੜਨੇ ਲੱਗੇ ਤੇ ਵੱਡੇ ਜਿਹੜੇ ਸਮਾਗਮ ਹੋ ਗਏ, ਜਿਵੇਂ ਖਾਸ ਤੌਰ ਤੇ ਅਮਰੀਕਾ ਦੇ ਵਿੱਚ ਯੂਬਾ ਸਿਟੀ ਦਾ ਨਗਰ ਕੀਰਤਨ ਹੈ, ਤੇ ਪਹਿਲਾਂ ਬ੍ਰੈਂਪਟਨ ਦੇ ਵਿੱਚ ਜਾਂ ਟੋਰਾਂਟੋ ਦੇ ਆਲੇ ਦੁਆਲੇ ਦੇ ਨਗਰ ਕੀਰਤਨ ਬੜੇ ਮਸ਼ਹੂਰ ਸੀ। ਇਸ ਤਰ੍ਹਾਂ ਹੀ 1999 ਤੋਂ ਬਾਅਦ ਸਾਡੇ ਸਰੀ ਦਾ ਜਿਹੜੀ ਨਗਰ ਕੀਰਤਨ ਹੈ ਉਹ ਬਹੁਤ ਵੱਡੀ ਗਿਣਤੀ 'ਚ ਆਲਮੋਸਟ ਸਭ ਤੋਂ ਵੱਡਾ ਇਕੱਠ ਉਹ ਹੋਰ ਨਿਬੜਦਾ ਹਰੇਕ ਸਾਲ, ਤੇ ਉਹਦਾ ਰੰਗ ਬਹੁਤ ਅਲੱਗ ਹੁੰਦਾ, ਉਸਦੀਆਂ ਗੱਲਾਂ ਬਹੁਤ ਚਿਰ ਸਾਰਾ ਸਾਲ ਇਹ ਚੱਲਦੀਆਂ ਰਹਿੰਦੀਆਂ। ਉਸ ਇਕੱਠ ਨੂੰ ਜਾਂ ਡਰੋਨ ਰਾਹੀਂ ਉੱਪਰੋਂ ਵੇਖਦੇ ਨੇ ਲੋਕ, ਉਹ ਕਹਿੰਦੇ ਹੜ ਆਇਆ ਪਿਆ ਕੇਸਰੀ, ਐਡਾ ਇਕੱਠ, ਮਿਲੀਅਨਸ ਆਫ ਡਾਲਰ ਆ ਕੇ ਬਿਜ਼ਨਸ 'ਚ ਇਨਵੈਸਟ ਹੁੰਦੇ ਨੇ, ਖਰਚ ਹੁੰਦੇ ਨੇ, ਕਿੰਨੀਆਂ ਜਿਹੜੀਆਂ ਸਟਾਲ ਨੇ ਉਹਦਾ ਸਾਰਾ ਸਮਾਨ ਸ਼ਹਿਰ ਦੇ ਵਿੱਚੋਂ ਖਰੀਦਿਆ ਜਾਂਦਾ, ਕੋਸਕੋ ਵਰਗੇ ਸਟੋਰਾਂ ਦੇ ਉੱਪਰੋਂ ਚੀਜ਼ਾਂ ਮੁੱਕ ਜਾਂਦੀਆਂ ਨੇ ਜਿਹੜੇ ਲੋਕ ਸੇਵਾ ਦੇ ਵਿੱਚ, ਅਲੱਗ ਅਲੱਗ ਵੰਨਗੀਆਂ ਉਹਦੇ ਵਿੱਚ ਹੁੰਦੀਆਂ ਨੇ, ਹਾਲਾਂਕਿ ਟੈਂਟ ਦੇ ਨਾਲ ਹੀ ਟੈਂਟ ਹੈ, ਪਰ ਇੰਨੀ ਸੰਗਤ ਦੇ ਸੇਵਾ ਦਾ ਜਿਹੜਾ ਕੋਨਸੈਪਟ ਹੈ ਧਰਮ ਦੇ ਵਿੱਚ ਉਹ ਬਹੁਤ ਵੱਡਾ। ਤੇ ਇਸ ਦੀ ਸਹਿਣਸ਼ੀਲਤਾ ਜਿਹੜੀ, ਐਕਸੈਪਟੈਂਸ ਆ ਜਿਹੜੀ, ਉਹ ਬਹੁਤਾਤ ਦੇ ਵਿੱਚ ਉਸ ਦੇਸ਼ 'ਚ ਰਹਿੰਦੇ ਪਹਿਲੇ ਜਿਹੜੇ ਲੋਕ ਨੇ ਉਹਨਾਂ ਨੂੰ, ਜਿਹਨਾਂ ਨੂੰ ਗਿਣਿਆ ਜਾਂਦਾ ਕਿ ਉਹਨਾਂ ਦੇ ਦੇਸ਼ ਹੈ, ਉਹਨਾਂ ਨੇ ਐਕਸੈਪਟ ਵੀ ਕਰ ਲਿਆ। ਪਰ ਕਿਤੇ ਨਾ ਕਿਤੇ ਕੁਝ ਪਰਸੈਂਟੇਜ ਆ ਜਿਹੜੀ ਇਸ ਚੀਜ਼ ਤੋਂ ਖਫਾ ਹੈ, ਜਿਸ ਨੂੰ ਆਪਾਂ ਬਹੁਤ ਵਾਰ ਅਲੱਗ ਅਲੱਗ ਘਟਨਾਵਾਂ 'ਚ ਵੇਖ ਰਿਹਾ। ਪਬਲਿਕ ਗੈਦਰਿੰਗ ਦੇ ਵਿੱਚ ਕਿਸੇ ਵੀ ਕਮਿਊਨਿਟੀ ਦਾ ਨੁਕਸਾਨ ਪਹੁੰਚਾਉਣਾ, ਚਾਹੇ ਉਹ ਕਿਸੇ ਡੰਪ ਟਰੱਕ ਨੂੰ, ਗਾਰਬੇਜ ਟਰੱਕ ਨੂੰ ਲੋਕਾਂ ਦੇ ਚੜਾ ਦੇਣਾ, ਜਾਂ ਵੈਨ ਨੂੰ ਲੋਕਾਂ ਦੇ ਵਿੱਚ ਵਾੜ ਦੇਣਾ, ਜਾਂ ਫਿਰ ਸ਼ੁੱਕਰਵਾਰ ਵਾਲੇ ਦਿਨ ਨਮਾਜ਼ ਪੜ੍ਹਨ ਗਏ ਲੋਕਾਂ 'ਤੇ ਲਾਈਵ ਹੋ ਕੇ ਸਿਰ ਫਿਰੇ ਵੱਲੋਂ, ਇੱਕ ਵੱਲੋਂ ਬਦਮਗਜ਼ ਬੰਦੇ ਵੱਲੋਂ ਵੀਡੀਓ ਬਣਾ ਕੇ ਦੁਨੀਆਂ ਨੂੰ ਨਾਲ ਨਾਲ ਦਿਖਾਉਣੀ, ਤੇ ਬੰਦੇ ਮਰ ਰਹੇ ਨੇ, ਉਹਦਾ ਵੀਡੀਓ ਦਾ ਵਾਇਰਲ ਹੋ ਜਾਣਾ, ਦੇਖਣਾ
ਵੱਡੀ ਗਨ ਨਾਲ ਪਹਿਲਾਂ ਦਰਵਾਜ਼ਾ ਤੋੜਦਾ, ਫਿਰ ਛੋਟੀ ਮਿਲਟਰੀ ਸਟਾਈਲ ਗਨ ਦੇ ਨਾਲ ਉਹ ਬੰਦੇ ਮਾਰ ਰਿਹਾ, ਡਿੱਗੇ ਪਏ ਬੰਦਿਆਂ ਨੂੰ ਮਾਰ ਰਿਹਾ। ਸੋ ਇਹ ਜਿਹੜੀ ਹਰ ਸਾਲ ਸਾਡੇ ਵੱਡੇ ਇਸੇ ਇਕੱਠ ਦੇ ਵਿੱਚ ਸੁਰੱਖਿਅਤ ਜਿਹੜੀ ਹੈ ਉਹਦੀ ਸੁਰੱਖਿਆ ਦੀ ਗੱਲ ਬਹੁਤ ਚੱਲਦੀ ਕਿ ਯਾਰ ਸੁਰੱਖਿਆ ਵੱਧ ਹੋਣੀ ਚਾਹੀਦੀ। ਹੁਣ ਇਹ ਕੰਟਰੋਲਡ ਪੈਰੀਮੀਟਰ ਨਹੀਂ ਹੈ, ਕੰਟਰੋਲਡ ਚਾਰ ਦੁਆਰੀ ਨਹੀਂ ਹੈ, ਖੁੱਲੀਆਂ ਸੜਕਾਂ ਜਿਹਨਾਂ ਨੂੰ RCMP ਆ ਕੇ ਰੋਕ ਲੈਂਦੀ ਹੈ, ਬਸ ਇਦੋਂ ਵੱਧ ਤਾਂ ਉਹ ਕੁਛ ਨਹੀਂ ਕਰਦੀ। ਸਿਕਿਉਰਿਟੀ ਤਾਂ ਨਹੀਂ ਉਹ ਕਰ ਰਹੀ, ਉਹ ਤਾਂ ਟ੍ਰੈਫਿਕ ਕੰਟਰੋਲ ਕਰ ਰਹੀ ਹੈ, ਜਾਂ ਔਨ ਰੋਡ ਪਰੇਡ ਦੇ ਉਹ ਟ੍ਰੈਫਿਕ ਹੀ ਕੰਟਰੋਲ ਕਰ ਰਹੀ ਹੈ ਬਸ, ਅੱਗੇ ਅੱਗੇ ਉਹਨਾਂ ਦੀ ਗੱਡੀ ਚੱਲ ਰਹੀ ਹੈ, ਲਾਈਟਾਂ ਲਾ ਕੇ ਜਾਂ ਪਹਿਲਾਂ ਸੜਕਾਂ ਰੋਕਣ ਦੇ ਲਈ ਉਹ ਖੜੇ ਨੇ, ਬਸ ਇੰਨਾ ਹੀ ਕੰਮ ਹੈ। ਉਹਦੇ ਲਈ ਸ਼ਹਿਰ ਨੂੰ ਪੈਸੇ ਦਿੱਤੇ ਜਾਂਦੇ ਆ, ਡਾਲਰ ਦਿੱਤੇ ਜਾਂਦੇ ਆ ਕਿ ਤੁਸੀਂ ਇਸ ਵੰਧ ਜਿਹੜੇ ਪ੍ਰਬੰਧ ਲਾ ਰਹੇ ਹੋ ਤਾਂ ਆਹ ਲਓ ਮਨੀ। ਇਹ ਹਰ ਵਾਰ ਇਹ ਵਿਸ਼ੇ ਤੇ ਗੱਲ ਹੁੰਦੀ ਹੈ, ਹਰ ਸਾਲ ਆਪਾਂ ਇਸ ਤੇ ਗੱਲ ਕਰਦੇ ਹਾਂ ਕਿ ਸੁਰੱਖਿਆ ਜਿਹੜੀ ਹੈ ਇਹ ਉਹ ਜ਼ਰੂਰੀ ਕਿਵੇਂ ਬਣਾਈ ਜਾਵੇ, ਕਿਵੇਂ ਇਸ ਨੂੰ ਸਿਕਿਓਰ ਕੀਤਾ ਜਾਵੇ ਏਰੀਏ ਨੂੰ ਜਿੱਥੇ ਅਸੀਂ ਵੱਡੀ ਗਿਣਤੀ 'ਚ ਇਕੱਠੇ ਹੁੰਦੇ ਹਾਂ। ਉਹਦਾ ਕੋਈ ਵੀ ਮਾਪਦੰਡ ਨਹੀਂ। ਸਿਕਿਉਰਿਟੀ ਦੇ ਵਿੱਚ ਸਿਕਿਉਰਿਟੀ ਕੰਪਨੀਆਂ ਵੱਧ ਨੰਬਰਾਂ ਦੇ ਵਿੱਚ ਲੋਕ ਰੂਟ ਤੇ ਸਿਕਿਉਰਿਟੀ ਕੰਪਨੀਆਂ ਦੇ ਖੜਨ, 50-100 ਬੰਦਾ ਖੜਾ ਹੋਵੇ 20-20, 30-30, 40-40, 20-20 ਮੀਟਰ ਤੇ, ਜਿਹੜੇ ਐਕਸਪਰਟ ਹੋਣ, ਜਾਂ ਪੁਲਿਸ ਨੂੰ ਇਸ ਦੀ ਸਿਕਿਉਰਿਟੀ ਬਾਰੇ ਹੋਰ ਜਿਹੜਾ ਫੰਡਿੰਗ ਕਰਕੇ ਤੇ ਵੱਧ ਲੋਕ ਇਸ ਪਰੇਡ ਦੇ ਆਲੇ ਦੁਆਲੇ ਹੋਣ, ਚਾਹੇ ਉਹ ਰੌਸ ਗੁਰੂ ਘਰ ਦੀ ਹੈ, ਚਾਹੇ ਉਹ ਸਰੀ ਗੁਰੂ ਘਰ ਦੀ ਹੈ, ਚਾਹੇ ਉਹ ਕੈਲਗਰੀ ਦੀ ਹੈ, ਚਾਹੇ ਉਹ ਐਡਮਿੰਟਨ ਦੀ ਹੈ, ਜਾਂ ਵੱਡੇ ਮਾਲਟਨ ਗੁਰਦੁਆਰਾ ਸਾਹਿਬ ਦੇ ਵੱਡੇ ਨਗਰ ਕੀਰਤਨ ਨੇ ਉੱਥੇ, ਅਮਰੀਕਾ ਦੇ ਵਿੱਚ ਨਿਊਯਾਰਕ, ਜਿੱਥੇ ਵੀ ਸਾਡੀ ਇਹ ਲੱਖ ਤੋਂ ਉੱਪਰ ਇਕੱਠ ਹੁੰਦਾ, ਜਾਂ ਲੱਖ ਤੋਂ 20-50 ਹਜ਼ਾਰ ਦਾ ਵੀ ਇਕੱਠ ਹੁੰਦਾ ਕਿਸੇ ਵੀ ਨਗਰ ਕੀਰਤਨ, ਪਰਟੀਕੁਲਰਲੀ ਨਹੀਂ ਮੈਂ ਗੱਲ ਕਰਨੀ ਚਾਹੁੰਦਾ, ਪਰ ਹੁਣ ਸਰੀ ਦਾ ਨਗਰ ਕੀਰਤਨ ਵੱਡਾ ਏਡਾ ਹੋ ਗਿਆ, 3-4 ਲੱਖ ਬੰਦਾ, 88 ਤੋਂ ਲੈ ਕੇ ਲਾ ਲਓ 72 ਤੱਕ 16 ਬਲਾਕ, 128 ਤੋਂ ਲੈ ਕੇ 124 ਦੇ ਸੰਨ 'ਚ 4 ਲੱਖ ਦੇ ਕਰੀਬ ਸੰਗਤ ਹੈ ਜਿਹੜੀ ਉਹ ਤੁਰੀ ਫਿਰਦੀ ਹੈ, ਕੋਈ ਕਿਸੇ ਪਾਸੇ ਨੂੰ ਜਾ ਰਿਹਾ, ਕੋਈ ਕਿਸੇ ਪਾਸੇ ਨੂੰ, ਜਵਾਕ ਨੇ, ਸਟਰੋਲਰ ਨੇ, ਬਜ਼ੁਰਗ ਨੇ, ਵੀਲਚੇਅਰਸ ਨੇ। ਕੋਈ ਅਣਸਖਾਵੀ ਘਟਨਾ ਕਿਉਂ ਜਾ ਉੱਥੇ ਕਿਸ ਤਰ੍ਹਾਂ ਦਾ ਹਾਲ ਕਰ ਸਕਦੀ, ਇਸ ਨੂੰ ਸੋਚ ਕੇ ਵੀ ਡਰ ਲੱਗਦਾ। ਇਹ ਗੱਲ ਠੀਕ ਹੈ, ਸਰਵ ਸ਼ਕਤੀਮਾਨ ਦਾਤੇ ਦਾ ਉਹ ਦਿਨ ਹੈ, ਉਹ ਅੰਗ ਸੰਗ ਵਸਦੇ ਹੈ, ਇਹਦੇ ਵਿੱਚੋਂ ਦੋ ਰਾਏ ਨਹੀਂ ਹੈ, ਹੈ ਤਾਂ ਖੇਲ ਉਹਨਾਂ ਦੀ ਹੈ, ਸਾਰਾ ਕੁਛ ਉਹਨਾਂ ਨੇ ਕਰਨਾ, ਪਰ ਮੇਰੇ ਖਿਆਲ 'ਚ ਕਿਤੇ ਨਾ ਕਿਤੇ ਆਮ ਇਹ ਗਰੁੱਪ ਡਿਸਕਸ਼ਨ ਦੇ ਵਿੱਚ ਗੱਲ ਹੁੰਦੀ ਹੈ ਕਿ ਸਿਕਿਓਰ ਕਿਵੇਂ ਕੀਤਾ ਜਾਵੇ ਏਰੀਆ, ਕਿ ਬਹੁਤ ਜ਼ਿਆਦਾ ਨਾਜ਼ੁਕ ਸਮਾਂ, ਆਲੇ ਦੁਆਲੇ ਗਾਰਬੇਜ ਦੇ ਬਿਨ ਪਏ ਨੇ, ਆਲੇ ਦੁਆਲੇ ਘਰ ਨੇ, ਘਰਾਂ ਦੇ ਵਿੱਚ ਕੋਈ ਸ਼ਰਾਰਤ ਬੰਦਾ ਬੈਠ ਕੇ ਕਰ ਸਕਦਾ, ਇੱਧਰ ਉੱਧਰ ਬੈਠ ਕੇ ਕਰ ਸਕਦਾ, ਜਾਂ ਉਈਓ ਭਗਦੜ ਮਚਾ ਦੇਵੇ ਕੋਈ, ਫਾਇਰ ਏ ਕਰ ਦੇਵੇ ਇੱਕ, ਬਸ ਉੱਥੇ ਹੀਲਾ ਹੀ ਕੋਈ ਨਹੀਂ ਹੈ ਕੁਛ ਹੋਰ, ਕਿਉਂਕਿ ਜਾਨ ਜਦ ਨਿਕਲਦੀ ਆ, ਜਾਨ ਜਦ ਬਚਾਉਣੀ ਆ ਨਾ, ਉਹਦਾ ਕੋਈ ਕਿਸੇ ਦਾ ਕੁਛ ਨਹੀਂ ਲੱਗਦਾ। ਰੈਂਪੇਜ ਦੇਖ ਲਓ ਦੁਨੀਆਂ 'ਚ, ਭਗਦੜ ਜਿਹੜੀ ਮੱਛੀ ਅੱਜ ਤੱਕ ਪਰਿਵਾਰ ਦੇ ਜੀ ਆਲੇ ਦੁਆਲੇ ਹੁੰਦੇ ਨੇ, ਉਹਨਾਂ 'ਚੋਂ ਅੱਧੇ ਵਾਪਸ ਆਉਂਦੇ। ਸੋ ਇਹਨੂੰ ਇੱਕ ਇਹ ਮੁੱਦਾ ਜਿਹਨੂੰ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹੜੀਆਂ ਵੀ ਨਗਰ ਕੀਰਤਨ ਸਜਾਉਂਦੀਆਂ, ਉਸਨੂੰ ਸੋਚਣਾ ਚਾਹੀਦਾ, ਤੇ ਕਿਸੇ ਨਾ ਕਿਸੇ ਪਾਸੇ ਤੇ ਆ ਕੇ ਕੋਈ ਡਿਸੀਜ਼ਨ ਜ਼ਰੂਰ ਹੋਣਾ ਚਾਹੀਦਾ ਕਿ ਕਿਵੇਂ ਸਿਕਿਓਰ ਕੀਤਾ ਜਾਵੇ ਆਪਣੇ ਆਪ। ਲਾਲਜੋਤ ਸਿੰਘ ਜੀ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਭਾਈ ਹਰਜੀਤ ਸਿੰਘ ਜੀ, ਆਪ ਤੇ ਸਰੋਤੇ ਸਤਿਕਾਰ, ਸਤਿ ਸ੍ਰੀ ਅਕਾਲ। ਤੇ ਆਪ ਜੀ ਦਾ ਜਿਹੜਾ ਤੁਸੀਂ ਆਗਾਹ ਕਰ ਰਹੇ ਆ, ਇਹ ਜਿਹੜਾ ਮਾਮਲਾ ਉਠਾ ਰਹੇ ਆ, ਇਹ ਵਾਜਬ ਆ, ਕਿਉਂਕਿ ਇਹ ਸਾਡੇ ਸਾਰਿਆਂ ਨਾਲ ਜੁੜਿਆ, ਕਿਉਂਕਿ ਉਦੋਂ ਸੰਗਤ ਦਾ ਜਿਹੜਾ ਇਕੱਠ ਵਾ ਉਹ ਬਹੁਤ ਤਾਦਾਦ ਦੇ ਵਿੱਚ, ਸੰਗਤ ਆਸਰੀ ਗੁਰੂ ਗ੍ਰੰਥ ਸਾਹਿਬ ਦੀ ਰਹਿਬ ਨਾਈ ਥੱਲੇ ਹੁੰਦਾ, ਤੇ ਉਹਦੇ ਵਾਸਤੇ ਸੇਫਟੀ ਸਿਕਿਉਰਿਟੀ ਦੀਆਂ ਸਹੂਲਤਾਂ ਸਾਨੂੰ ਲਾਜ਼ਮੀ ਚਾਹੀਦੀਆਂ, ਜੋ ਹਾਲਾਤ ਬਣ ਗਏ ਆ। ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਨਾ, ਜਿਹੜੀ ਧਰਮਾਂ ਦੀ ਸਹਿਣਸ਼ੀਲਤਾ ਵਾ, ਅਸਹਿਣਸ਼ੀਲਤਾ ਵਾ, ਇਹਦੀ ਜਿਹੜੀ ਇੰਟਰਪ੍ਰੀਟੇਸ਼ਨ ਆ, ਜਿਹੜੇ ਸਾਡੇ ਕਹਿ ਲਓ ਪ੍ਰਚਾਰਕ ਕਹਿ ਲਓ, ਜਾਂ ਆਪਣੇ ਮੌਲਵੀ ਸਾਹਿਬਾਨ ਕਹਿ ਲਓ, ਜਾਂ ਮੰਦਰਾਂ ਦੇ ਪੁਜਾਰੀ ਸਾਹਿਬਾਨ ਕਹਿ ਲਓ, ਜਾਂ ਹੋਰ ਧਰਮਾਂ ਦੇ ਜਿਹੜੇ
ਜੀ ਦੀ ਵਿਆਖਿਆ ਕਰਦੇ ਆ, ਉਹਨਾਂ ਦੇ ਵਿੱਚ ਮੈਂ ਦੇਖਿਆ ਬਹੁਤ ਵੱਡੀ ਘਾਟ ਵਾ ਕਿ ਜਿਹੜੀ ਉਸਤਾਦ ਪੈਦਾ ਕਰਦੀ ਆ ਇੱਕ ਮਨੁੱਖਤਾ ਦੇ ਇੱਕ ਦੂਜੇ ਧਰਮ ਦੇ ਖਿਲਾਫ਼, ਉਹਦੇ ਤੋਂ ਸਾਨੂੰ ਥੋੜਾ ਜਿਹਾ ਕਰਨਾ ਚਾਹੀਦਾ। ਹੁਣ ਮੈਂ ਜੇ ਗੱਲਾਂ ਕਰਾਂ, ਹੁਣ ਜੇ ਇੱਕ ਇੱਕ ਧਰਮ ਕਹਿੰਦਾ ਵਾ ਕਿ ਜਿਹੜਾ ਕੋਈ ਵੀ ਆਕਸਾਲ ਵਿਅਕਤੀ ਆ ਉਹ ਇੱਕ ਧਰਮ ਦੇ ਵਿੱਚ ਹੀ ਆ, ਸਾਡੇ ਧਰਮ ਦੀ ਆ, ਬਾਕੀ ਸਾਰੇ ਕਾਫ਼ਰ ਵਾ। ਦੂਜਾ ਕਹਿ ਦਿੰਦਾ ਕਿ ਵੀ ਜਿਹੜਾ ਦਾਤ ਨੀ ਲੈਂਦਾ, ਪੋਲ ਨੀ ਲੈਂਦਾ, ਉਹ ਵੀ ਸਰਵਾਰ ਵਾ ਤੇ ਦੂਜਾ ਹੈ ਨਹੀਂ। ਔਰ ਤੀਜਾ ਕਹਿ ਦਿੰਦਾ ਵਾ ਕਿ ਪਹਿਲਾਂ ਧਰਮ ਹੀ ਸਾਡਾ ਸੀਗਾ ਤੇ ਇਹ ਤਾਂ ਸਾਡੇ ਵਿੱਚੋਂ ਨਿਕਲੇ, ਇਹਨਾਂ ਦਾ ਕੋਈ ਧਰਮ ਹੀ ਨਹੀਂ। ਹੁਣ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਕਰਨਾ, ਜਿਸ ਤਰ੍ਹਾਂ ਹੁਣ ਖਾਲਸਾ ਸੋਈ ਕਰੇ ਨਿੱਤ ਜੰਗ, ਹੁਣ ਇਹਦੀ ਵਿਆਖਿਆ ਇਹ ਇਹ ਤਾਂ ਨੀ ਵੀ ਖਾਲਸਾ ਤੁਰਿਆ ਫਿਰ ਰੋਡ ਤੇ ਜਾਂਦਾ ਤੇ ਜਿਹੜਾ ਵੀ ਕੋਈ ਮਾੜਾ ਮੋਟਾ ਉਸ ਤਰ੍ਹਾਂ ਕੋਈ ਬਸਲੂਕੀ ਜਾਂ ਕੋਈ ਸਿਰ ਭਰਿਆ ਉਹਦੇ ਨਾਲ ਲੜਾਈ ਕਰ ਲਓ, ਕਹਿੰਦੇ ਵੀ ਤੂੰ ਤੂੰ ਜੰਗ ਕਰ ਆਪਣੇ ਔਗਣਾਂ ਦੇ ਨਾਲ, ਆਪਣੇ ਕਾਮ ਗੁਰੂ ਲੋਕ ਹੰਕਾਰ ਦਾ ਸਵੇਰ ਨੂੰ ਉੱਠ ਕੇ ਨਿਤਨੇਮ ਦੀ ਸ਼ੁਰੂਆਤ ਜੰਗ ਕਰਕੇ ਸ਼ਹਿਰ ਵਿੱਚ ਆ, ਆਪਣਾ ਵੀ ਭਲਾ, ਲੋਕਾਂ ਦਾ ਭਲਾ ਮਨਾ ਤੇ ਆਪਣਾ ਭਲਾ। ਹੁਣ ਏਦਾਂ ਦੀ ਚੀਜ਼ਾਂ ਜਿਹੜਾ ਕਾਫ਼ਰ ਜਾਂ ਕਹਿ ਲਓ ਵੀ ਜਿਹੜਾ ਲੋਕ ਆ ਇਹ ਸਿਰ ਫਿਰੇ ਆ, ਇਹ ਤਾਂ ਜੀ ਉਹ ਸਾਡਾ ਸੀਗਾ, ਉਹ ਐ ਹੋਇਆ, ਇਹ ਜਿਹੜੀਆਂ ਗੱਲਾਂ ਵਾ ਇਹ ਸਾਰੀਆਂ ਤਤਕਾਲ ਕਰਦੀਆਂ। ਇਹ ਸਹਿਣਸ਼ੀਲਤਾ ਦੇ ਥੱਲੇ, ਇਹ ਜਿੱਦਾਂ ਪਾਣੀ ਸਹਿਣਸ਼ੀਲਤਾ ਹੋ ਤੇ ਥੱਲੇ ਅੱਗ ਬਾਲੋ ਤੋਂ ਤੱਤਾ ਹੁੰਦਾ ਤੇ ਸਾੜਦਾ, ਏਦਾਂ ਧਰਮਾਂ ਦੇ ਥੱਲੇ ਇਹ ਅੱਗ ਬਾਲਣ ਲੋਕ ਆ, ਇਹਨਾਂ ਤੋਂ ਨਜਾਕਤ ਸਾਨੂੰ ਲੈਣੀ ਚਾਹੀਦੀ ਹੈ। ਜਾਂ ਜਿਹੜੇ ਪ੍ਰਬੰਧਕ ਆ ਜਾਂ ਜਿਹੜੇ ਏਦਾਂ ਦੇ ਹੈਗੇ ਆ ਥੋੜੇ ਬਾਲੇ, ਉਹਨਾਂ ਨੂੰ ਵਰਜਣਾ ਚਾਹੀਦਾ। ਦੂਸਰੀ ਗੱਲ ਜਿਹੜੀ ਨਗਰ ਕੀਰਤਨ ਦੀ ਤੇ ਸੇਫਟੀ ਸਿਕਿਉਰਿਟੀ ਦੀ ਗੱਲ, ਦੇਖੋ ਭਾਈ ਅਰਜੀਤ ਸਿੰਘ ਜੀ, ਮੈਂ ਇੱਕ ਗੱਲ ਨੋਟ ਕੀਤੀ ਆ, ਪਹਿਲਾਂ ਤਾਂ ਸਾਨੂੰ ਨਗਰ ਕੀਰਤਨ ਦੇ ਵਿੱਚ ਮਰਿਆਦਾ ਚ ਰਹਿਣਾ ਪਊਗਾ ਕਿ ਜਿੱਦਾਂ ਇਹ ਲੋਕ ਕਦੇ ਬੱਸ ਸਟੈਂਡ ਦੇ ਉੱਤੇ ਵੀ ਨਾ ਦੋ ਚਾਰ ਪੰਜ ਬੰਦੇ ਇਕੱਠੇ ਹੋ ਜਾਂਦੇ ਆ ਤੇ ਇੱਕਦਮ ਲਾਈਨ ਬਣਾ ਲੈਂਦੇ ਆ ਕਿ ਇੱਕ ਦੂਜੇ ਅੱਗੜ ਪਿੱਛੜ। ਹੁਣ ਸਾਡਾ ਉੱਥੇ ਆ ਕਿ ਜਿੱਧਰੋਂ ਗੁਰੂ ਸਾਹਿਬ ਦਾ ਫਲੋਟ ਆਉਂਦਾ ਉੱਧਰੋਂ ਵੀ ਸੰਗਤ ਗਾਹ ਨੂੰ ਆਉਂਦੀ ਆ ਤੇ ਦੂਜੇ ਪਾਸੇ ਉਹ ਫਲੋਟ ਨੂੰ ਕ੍ਰੋਸ ਕਰਕੇ ਪਿੱਛੇ ਨੂੰ ਵੀ ਸੰਗਤ ਉਸੇ ਰਸਤੇ ਜਾਂਦੀ, ਜਿੱਦਾਂ ਆਪਣੇ ਪੰਜਾਬ ਦੇ ਵਿੱਚ ਰੇਲਵੇ ਟਰੈਕਾਂ ਦੇ ਉੱਤੇ ਟਰੈਫਿਕ ਖੜੀ ਹੁੰਦੀ ਆ, ਜਿੱਧਰੋਂ ਆਉਂਦੇ ਉੱਧਰੋਂ ਇੱਕ ਦੂਜੇ ਵਿੱਚ ਲੱਗਦੇ ਆ ਕਿ ਇਹਦਾ ਆਹ ਹੋ ਗਿਆ। ਏਦਾਂ ਹੀ ਇੱਥੇ ਨਗਰ ਕੀਰਤਨ ਚ ਬੀਬੀਆਂ ਦੇ ਸਟੋਲੇ, ਬਜ਼ੁਰਗਾਂ ਦੀਆਂ ਹੋਰਨਾਂ, ਬਹੁਤ ਕੁਛ। ਜੇ ਅਸੀਂ ਇੱਕ ਧਾਰਨਾ ਬਣਾ ਲਈਏ ਕਿ ਅਸੀਂ ਜੇ ਫਲੋਟ ਦੇ ਪਿੱਛੇ ਤੁਰਨਾ ਜਾਂ ਜਿਹੜੇ ਪਾਸੇ ਨੂੰ ਫਲੋਟ ਜਾ ਰਿਹਾ ਉਸੇ ਸਾਈਡ ਨੂੰ ਗਾਹ ਨੂੰ ਤੁਰਨਾ ਤੇ ਦੂਜੀ ਸੰਗਤ ਦੂਜੀ ਸਾਈਡ ਦੇ ਉੱਤੇ, ਜਿੱਦਾਂ ਆਪਾਂ ਇੱਥੇ ਸੱਜੇ ਤੌਰ ਤੇ ਵੀ ਆਉਣ ਵਾਲੀ ਟਰੈਫਿਕ ਇੱਕ ਪਾਸੇ, ਜਾਣ ਵਾਲੀ ਇੱਕ ਟਰੈਫਿਕ ਇੱਕ ਪਾਸੇ, ਵਨ ਵੇ ਵਾਲਾ, ਉਹ ਤਰੀਕੇ ਸਾਨੂੰ ਅਪਣਾਉਣੇ ਚਾਹੀਦੇ। ਪਰ ਉਹ ਤਰੀਕੇ ਅਸੀਂ ਅਪਣਾਉਣੇ ਨਹੀਂ, ਸਾਡੀ ਸੇਫਟੀ ਸਿਕਿਉਰਿਟੀ ਤਾਂ ਹੀ ਰਹਿਣੀ ਹੈ ਜੇ ਅਸੀਂ ਮਰਿਆਦਾ 'ਚ ਰਹਿ ਕੇ ਤੇ ਇੱਕ ਪਾਸੇ ਰਹਿ ਗਏ ਤਾਂ ਇੱਕ ਪਾਸੇ ਸਾਰਾ ਸਾਡੇ ਟਾਵੇਂ ਟਾਵੇਂ ਜਿਹੜੇ ਲੋਕ ਦਾ ਧਿਆਨ ਰੱਖਣ ਵਾਲੇ ਜਿਹੜੇ ਵਿਚਾਰ ਪਾ ਕੇ ਖੜੇ ਹੋਣ ਤੇ ਤਾਂ ਕਾਫ਼ੀ ਹੱਦ ਤੱਕ ਇਹਨੂੰ ਕਾਬੂ ਕੀਤਾ ਜਾਊ, ਨਹੀਂ ਤਾਂ ਉਹਦੇ ਤਾਂ ਫਿਰ ਆਪ ਜੀ ਨੂੰ ਪਤਾ ਹੀ ਹੈ ਜਦੋਂ ਰੌਲਾ ਪੈਂਦਾ ਭਾਈਦੜ ਮੱਚਦੀ ਆ ਤੇ ਉਦੋਂ ਕੋਈ ਨੀ ਕਿਸੇ ਨੂੰ ਪਛਾਣਦਾ। ਧੰਨਵਾਦ ਜੀ। ਧੰਨਵਾਦ ਜੀ। ਸਰ ਹਰਦੀਪ ਸਿੰਘ ਦੀ ਲਾਈਨ 3। ਹਾਂਜੀ ਬਾਈ ਜੀ, ਡਿਸਕਸ਼ਨ ਤੁਹਾਡੀ ਬਹੁਤ ਵਧੀਆ ਹੈ। ਮੇਰੇ ਹਿਸਾਬ ਨਾਲ ਤਾਂ ਜੀ ਦੇਖੋ, ਆਪਾਂ ਮੰਨ ਲਓ ਮੇਰਾ ਪਰਿਵਾਰ ਜਾ ਰਿਹਾ, ਉੱਥੇ ਇੱਕ ਬਾਕਸ ਲਾ ਦੇਣਾ ਚਾਹੀਦਾ, ਅਨਾਊਂਸ ਕਰ ਦੇਣਾ ਚਾਹੀਦਾ ਵੀ ਇੱਕ ਬੰਦਾ $1 ਦੇ ਪਾ ਦੇਵੇ ਨੈਕਸਟ ਟਾਈਮ ਖਾਤਰ। ਜਿਹੜੀ ਤੁਸੀਂ ਸਿਕਿਉਰਿਟੀ ਦੇ ਕਹਿੰਦੇ ਨਾ ਜੀ, ਬੰਦੇ ਆਪਣੇ ਸਿਕਿਉਰਿਟੀ ਵਾਲੇ ਬੰਦੇ ਹੋਣੇ ਚਾਹੀਦੇ ਆ ਵੀ ਚਲੋ ਗਵਰਨਮੈਂਟ ਵੀ ਨੀ ਕਰ ਸਕਦੀ ਆ ਕੋਈ, ਜੇ ਸੰਸਥਾ ਨੂੰ ਕਹੀਏ ਉਹ ਵੀ ਨੀ ਕਰ ਸਕਦੀ ਹਨਾ, ਜਿਹੜੇ ਨਗਰ ਕੀਰਤਨ ਕਰਾਉਂਦੇ ਆ ਜੀ। ਆਪਾਂ $1 ਹੀ ਪਾਏ, ਮੇਰੇ ਹਿਸਾਬ ਨਾਲ ਬਹੁਤ ਹੋ ਜਾਣਾ, 1-1 ਦੀ ਦੋ ਦੋ ਜੋ ਸ਼ਰਧਾ ਹੈਗੀ 2-5 ਹਨਾ। ਤੇ ਜਿਹੜੀ ਆ ਫਲੋਟ ਦੀ ਭਾਅ ਜੀ ਗੱਲ ਕਰਦੇ ਸੀ ਨਾ ਵੀ ਜਿਵੇਂ ਆਪਾਂ ਨੂੰ ਇੱਕ ਸਾਈਡ ਨੂੰ ਜਾਣਾ ਚਾਹੀਦਾ, ਇੱਕ ਸਾਈਡ ਨੂੰ ਆਉਣਾ ਚਾਹੀਦਾ, ਥੋੜਾ ਜਿਹਾ ਨਾ ਬਿਲਕੁਲ ਵੀ ਏਦਾਂ ਲੱਗਦਾ ਵੀ ਜਿਵੇਂ ਜਾਨਵਰ ਛੱਡੇ ਹੁੰਦੇ ਆ, ਹੈ ਤਾਂ ਉਹ ਨਗਰ ਕੀਰਤਨ ਹੁੰਦਾ ਏ, ਪਰ ਲੱਗਦਾ ਏਦਾਂ ਉੱਥੇ ਨਾ ਗੱਬੇ ਡਿਵਾਈਡ ਕਰ ਦੇਵੇ ਵੀ ਇੱਧਰੋਂ ਜਾਣਾ ਤੁਸੀਂ ਉੱਧਰੋਂ ਆਉਣਾ, ਹਨਾ। ਗੱਬੇ ਜਿਵੇਂ ਇੱਕ ਰੋਡ ਤੇ ਆਪਾਂ ਡੰਡੇ ਜੇ ਲਾ ਦਿੰਦੇ ਹਾਂ ਪਲਾਸਟਿਕ ਦੇ, ਵੀ ਉਹੀ ਲਾ ਦੇਣ। ਲੋਕਾਂ ਨੂੰ ਸਮਝੇ ਨੀ ਹੈਗੀ ਜਿਹਦੇ ਨਾਲ ਨਿਆਣੇ ਹੁੰਦੇ ਨੇ ਨਾ, ਉਹ ਇੰਨਾ ਤੰਗ ਹੁੰਦਾ, ਮਾੜਾ ਧੱਕਾ ਵੱਜਦਾ ਉਹ ਜਾਂਦਾ, ਬੰਦੇ ਨੂੰ ਇੰਨਾ ਡਰ ਹੁੰਦਾ ਵੀ ਯਾਰ ਮੇਰਾ ਨਿਆਣਾ ਨਾ। ਥੈਂਕ ਯੂ ਜੀ। ਧੰਨਵਾਦ ਜੀ। ਅਲੱਗ ਅਲੱਗ ਵਿਸ਼ਿਆਂ ਤੇ ਮਸ਼ਵਰੇ, ਕਿਉਂਕਿ ਇਹ ਜਾਂਦੇ ਆ, ਤੁਹਾਡੀ ਗੱਲ ਸੁਣੀ ਜਾਂਦੀ ਹੈ, ਇਹ ਇੱਕ ਕੰਸਰਨ ਹੈ ਜਿਹੜਾ ਕੋਈ ਬਾਹਰ ਨਿਕਲ ਕੇ ਨਹੀਂ ਕਹਿੰਦਾ, ਪਰ ਜਿੱਥੇ ਵੀ 10 ਬੰਦੇ ਜੁੜਦੇ ਆ ਉਹ ਗੱਲ ਇਹ ਕਹਿੰਦੇ ਆ ਪਿਛਲੇ ਕਈ ਸਾਲਾਂ ਤੋਂ, ਇਹ ਖਿਆਲ ਰੱਖੋ। ਬਾਕੀ ਜਿਹੜੀ ਰਿਲੀਜੀਅਸ ਟੀਚਿੰਗਸ ਨੇ ਜਿਹੜੇ ਲੋਕਾਂ ਨੇ ਦੱਸਣਾ, ਉਹਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ, ਉਹਦੇ ਨਾਲ ਇਫੈਕਟ ਕਿੰਨਾ ਕੁ ਹੁੰਦਾ। ਹੁਣ ਆ ਜਿਹੜਾ ਟ੍ਰੈਨਨ ਨੇ ਮਾਰੇ ਨੇ ਮੁਸਲਮਾਨ ਵੀਰ, ਤੇ ਉਹਨੂੰ ਟ੍ਰੇਨ ਉਹਨੇ ਕਿੱਥੇ ਸਕੂਲ ਜੁਆਇਨ ਕੀਤੇ ਨੇ, ਇਕੱਠਾਂ ਚ ਕਿੱਥੇ ਜਾ ਕੇ ਉਹਨੇ ਕਿਹਾ ਯੈਸ, ਇਹ ਗੱਲਾਂ ਬਿਲਕੁਲ ਨਹੀਂ ਹੋਣੀ ਚਾਹੀਦੀ ਧਾਰਮਿਕ ਚੀਜ਼ਾਂ ਚ ਵੀ ਮੇਰੇ ਧਰਮ ਤੋਂ ਬਿਨਾ ਕੋਈ ਹੋਰ ਬੰਦਾ ਜਿਹੜਾ ਗੈਰ ਧਰਮੀ ਹੈ ਸਾਡੇ ਧਰਮ ਤੋਂ ਉਹ ਬੰਦਾ ਹੀ ਹੈ, ਇਹਦਾ ਕੰਟਰੋਲ ਜ਼ਰੂਰ ਹੋਣਾ ਚਾਹੀਦਾ। ਕੁਝ ਹੋਰ ਕਾਲਰ ਜੀ, ਸਰ ਜਰਨੈਲ ਸਿੰਘ ਜੀ, ਤੁਸੀਂ ਏਅਰ ਤੇ ਹੋ।
ਸਾਸਰੀਕਾਲ ਬਾਈ ਜੀ, ਪ੍ਰੋਗਰਾਮ ਸਾਸਰੀਕਾਲ ਵੀਰ ਜੀ, ਤੇ ਮਿਲੇ ਜੁਲੇ ਜੇ ਕਿਤੇ ਬਹਿਨੇ ਆ ਜਾਂ ਗੱਲਾਂ ਹੁੰਦੀਆਂ ਕਿਤੇ ਤਾਂ ਮਿਲੇ ਜੁਲੇ ਲੋਕਾਂ ਦੀ ਰਾਏ ਆਉਂਦੀ ਆ ਵੀ ਇਦੋਂ ਆਏ ਹੋਣਾ ਚਾਹੀਦਾ, ਇਦੋਂ ਆਏ ਹੋਣਾ ਚਾਹੀਦਾ। ਮੈਂ ਤੁਹਾਨੂੰ ਦੱਸ ਰਿਹਾ, ਮੈਂ ਤੁਹਾਡੀ ਗੱਲ ਬਹੁਤ ਦੂਰ ਤੱਕ ਜਾਂਦੀ ਆ ਤੁਹਾਡੇ ਪ੍ਰੋਗਰਾਮ ਦੀ। ਇੱਕ ਤਾਂ ਮੇਰਾ ਦੋਸਤ ਆਇਆ ਸੀਗਾ, ਉਹ ਮੁਸਲਮਾਨ ਸੀ ਮੁੰਡਾ, ਤੇ ਉਹਨੂੰ ਮੈਂ ਲਿਆਇਆ, ਮੈਂ ਕਿਹਾ ਵੀ ਅੱਜ ਤੈਨੂੰ ਦਿਖਾ ਕੇ ਲੈ ਕੇ ਆਉਂਦੇ, ਸਾਡੇ ਵੀ ਤੈਨਾ ਬਾਬੇ ਦਾ। ਅੱਜ ਅਸੀਂ ਦੁਪਹਿਰੇ ਚ ਪਹੁੰਚੇ ਜੀ, ਅਸੀਂ ਮਤਲਬ ਕੰਮ ਤੋਂ ਵਿਹਲੇ ਹੋ ਗਏ। ਉਹ ਕਹਿੰਦਾ ਜਦੋਂ ਸ਼ਾਮ ਨੂੰ ਗੁਰੂ ਸਾਹਿਬ ਉੱਪਰ ਦੀ ਪਰਿਕਰਮਾ ਕਰਕੇ ਆ ਕੇ 76 ਵਾਲੀਆਂ ਲਾਈਟਾਂ ਦੇ ਉੱਪਰ ਪੰਡਾਲ ਤੇ ਸੁਸ਼ੋਭਿਤ ਹੋ ਗਏ, ਸਾਰੇ ਸੰਗਤ ਲਾਈਨ ਪਰ ਹੋ ਗਈ, ਉਹ ਤੋਂ ਅੱਧਾ ਘੰਟਾ ਪਹਿਲਾਂ ਆਇਆ ਸੀ। ਅੱਛਾ ਜੀ, ਅਵ ਲੱਗ ਰਿਹਾ, ਹਾਂਜੀ, ਉਹ ਹਿੰਦੀ ਚ ਮਤਲਬ ਉਰਦੂ ਬੋਲਦਾ ਸੀਗਾ, ਜੰਪਲ ਇੱਥੋਂ ਦਾ। ਉਹ ਕਹਿੰਦਾ ਬਈ ਹੁਣ ਲੱਗਦਾ ਮੈਨੂੰ ਵੀ ਜਦੋਂ ਗੁਰੂ ਸਾਹਿਬ ਆ ਕੇ ਪੰਡਾਲ ਸਜ ਗਿਆ ਵੀ ਹੁਣ ਲੱਗ ਰਿਹਾ ਵੀ ਇਹ ਤੁਹਾਡੇ ਗੁਰੂ ਸਾਹਿਬ ਦੇ ਆਉਣ ਚ ਤੁਸੀਂ ਮਰਿਆਦਾ ਜੋ ਤੁਸੀਂ ਇੱਕਦਮ ਟਿਕੇ ਬੈਠੇ ਹੋ ਗੱਲ ਸੁਣ ਰਹੇ ਹੋ, ਕਹਿੰਦੇ ਇਹ ਹੋਈ ਗੱਲ। ਕਹਿੰਦਾ ਕਹਿੰਦਾ ਇਦੋਂ ਅੱਧਾ ਘੰਟਾ ਪਹਿਲਾਂ ਤਾਂ ਮੇਲਾ ਸੀ। ਕਹਿੰਦਾ ਮੈਂ ਸੋਰੀ ਟੂ ਸੇ, ਕਹਿੰਦਾ ਮੈਂ ਇਹਨੂੰ ਉਹ ਨੀ ਕਹੂੰਗਾ ਵੀ ਤੁਹਾਡਾ ਬਾਬੇ ਦੈਨਾ ਜਿਹੜਾ 76 ਤੋਂ ਲੈ ਕੇ 84 ਤੀਕਰ ਆ, ਕਹਿੰਦਾ ਇਹ ਮੇਲਾ ਵਾ। ਕਹਿੰਦਾ ਕਿਤੇ ਛੋਲੇ ਭਟੂਰੇ ਆ, ਕਿਤੇ ਪੂੜੀਆਂ ਨੇ, ਕਿਤੇ ਸਮੋਸੇ ਆ, ਕਿਤੇ ਛੋਲੇ ਕੁਲਚੇ ਆ, ਕਿਤੇ ਮਿੱਠੀ ਲੱਸੀ ਆ, ਨੂਣ ਵਾਲੀ ਲੱਸੀ ਆ। ਕਹਿੰਦਾ ਲੋਕ ਕਹਿੰਦਾ ਖੱਬਿਓ ਸੱਜਿਓ ਇੱਧਰ ਕੁਸਾਬੇ ਖਾਣ ਚਲਿਆ ਗਿਆ, ਕੋਈ ਪੂਰੀ ਖਾਣ ਆ ਗਿਆ, ਕੋਈ ਕੁਲਚੇ ਛੋਲੇ ਖਾ ਗਿਆ, ਕੋਈ ਟਿੱਕੀ ਖਾਣ ਚਲਿਆ ਗਿਆ। ਕਹਿੰਦਾ ਰੋਡ ਕ੍ਰੋਸ ਕਰ ਰਹੇ ਆ, ਇਹ ਪ੍ਰੋਬਲਮ ਵਾਲੀ ਗੱਲ ਆ ਇਹ। ਮਤਲਬ ਉਹਦੀ ਉਹ ਪਹਿਲੀ ਵਾਰ ਦੇਖਿਆ ਉਹਨੇ, ਉਹ ਟੋਰਾਂਟੋ ਰਹਿੰਦਾ ਮੁੰਡਾ ਉਹ ਜੀ, ਠੀਕ ਆ ਜੀ। ਉਹਦੇ ਉਹਦੇ ਵਿਚਾਰ ਨੇ ਦੇਖੋ, ਉਹਨੇ ਦੱਸਤਾ ਆਪਾਂ ਨੂੰ ਵੀ ਇੱਦਾਂ ਕਰ ਰਹੇ ਲੋਕ, ਕਹਿੰਦਾ ਇਹ ਤਾਂ ਮੇਲਾ ਲੱਗ ਰਿਹਾ ਹੈ। ਕਹਿੰਦਾ ਮੇਰੇ ਕੋਲ ਆਹ ਵਰਡਿੰਗ ਸੀ ਉਹਦੀ, ਜਿਹੜੇ ਲੋਕ ਗੁਰੂ ਸਾਹਿਬ ਦੇ ਰਵਾਨਾ ਹੋਣ ਤੋਂ ਬਾਅਦ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਨਿਕਲ ਕੇ ਉੱਪਰ ਦੇ ਗੁਰੂ ਸਾਹਿਬ ਦੇ ਮਗਰ ਪਰਿਕਰਮਾ ਕਰਕੇ ਆਉਂਦੇ ਆ, 76 ਦੀਆਂ ਲਾਈਟਾਂ ਜਿੱਥੇ ਜਿੱਥੇ ਐਂਡ ਤੇ ਪੜਾਅ ਲੱਗਦਾ ਆਪਣਾ, ਉਹ ਤਾਂ ਕਹਿੰਦੇ ਉਹ ਥੋੜੀ ਹੁੰਦੀ ਆ, ਜਿਹੜਾ ਪੜਾਅ ਵਿੱਚ ਫਲੈਕਸੀ ਵਾਲੇ ਹੁੰਦੇ ਆ ਜਾਂ ਮਗਰ ਪਾਣੀ ਵਾਲੇ ਹੁੰਦੇ ਆ ਜਾਂ ਸੰਗਤ ਕੁਛ ਹੀ ਮੇਰੇ ਹਿਸਾਬ ਨਾਲ ਕੁਛ ਗਿਣਤੀ ਦੇ ਬੰਦੇ ਹੁੰਦੇ ਜਿਹੜੇ ਪੱਕੇ ਮਗਰ ਹਰ ਸਾਲ ਗੁਰੂ ਸਾਹਿਬ ਦੇ ਮਗਰ ਮਗਰ ਆਉਂਦੇ ਆ ਵਾਹਿਰੂ ਵਾਹਿਰੂ ਕਰਦੇ। ਬਾਕੀ ਤਾਂ ਸਾਰਾ ਮੁਲਕ 76 ਤੋਂ ਲੈ ਕੇ 84 ਤੇ ਟਿਕਿਆ ਹੁੰਦਾ ਵਾ, ਕੋਈ ਛੋਲੇ ਭਟੂਰੇ ਖਾ ਰਿਹਾ, ਕੋਈ ਕੁਲਚੇ ਖਾ ਰਿਹਾ, ਕੋਈ ਗੋਲ ਗੱਪੇ ਖਾ ਰਿਹਾ। ਹੁਣ ਜਿਹੜੇ ਅੱਜ ਕੱਲ ਦੇ ਹਾਲਾਤ ਬਣ ਚੁੱਕੇ ਨੇ, ਕਿਤੇ ਕੋਈ ਕਾਂਡ ਹੋ ਗਿਆ, ਕਿਤੇ ਕੁਛ ਹੈਪਨ ਹੋ ਗਿਆ, ਕਿਤੇ ਕੁਛ ਹੈਪਨ ਹੋ ਗਿਆ, ਜਿਹੜਾ ਸਿਰ ਫਿਰਿਆ ਬੰਦਾ ਜੀ, ਹੁਣ ਤੁਸੀਂ ਦੱਸ ਕੇ ਹਟੇ ਹੋ ਪਹਿਲਾਂ, ਜਿਹੜਾ ਸਿਰ ਫਿਰਿਆ ਬੰਦਾ ਉਹਦੇ ਵਾਸਤੇ ਈਜ਼ੀ ਟੂ ਮਤਲਬ ਹਿੱਟ ਕਰਨ ਦਾ ਤਰੀਕਾ ਜੀ ਇਹ। ਇੰਨਾ ਪੰਡਾਲ ਸਜਾ ਸਜਾਇਆ, ਉਹਨੂੰ ਤਾਂ ਈਜ਼ੀ ਮਿਲ ਰਿਹਾ ਵਾ। ਮੈਂ ਤਾਂ ਸਿਕਿਉਰਿਟੀ ਦੇ ਕੰਸਰਨ ਕਰਕੇ ਬਹੁਤ ਚਿੰਤਾ ਤਾਂ, ਹੋ ਸਕਦਾ ਵੀ ਇਸ ਵਾਰ ਮੇਰਾ ਪਰਿਵਾਰ ਜੇ ਜਾਵੇ ਤਾਂ ਉਦੋਂ ਜਾਵੇ ਵੀ ਰਾਹ ਚ ਮੱਥਾ ਟੇਕ ਕੇ ਗੁਰੂ ਸਾਹਿਬ ਨੂੰ ਕਿ ਵਾਪਸ ਆ ਜਾਈਏ ਆਪਾਂ। ਏਦਾਂ ਦੇ ਹਾਲਾਤ ਬਣੇ ਹੋਏ, ਇੱਕ ਫੈਮਿਲੀ ਨਹੀਂ ਬਹੁਤ ਫੈਮਿਲੀਆਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ, ਉਹ ਹਰ ਇੱਕ ਬੰਦਾ ਇਹ ਕਹਿ ਰਿਹਾ, ਕਹਿੰਦਾ ਵੀ ਹਾਲਾਤ ਜਿਹੜੇ ਚੱਲ ਰਹੇ ਅੱਜ ਕੱਲ ਉਹ ਮਾੜੇ ਆ ਜੀ। ਬਾਕੀ ਤੁਸੀਂ ਇਸ ਬਾਰੇ ਕਿਸੇ ਨੂੰ ਪ੍ਰੋਗਰਾਮ ਕਰੋ ਕਿ ਤੁਹਾਡੀ ਗੱਲ ਕਾਫੀ ਦੂਰ ਤੱਕ ਸੁਣੀ ਜਾਂਦੀ ਹੈ ਕਿ ਸੱਚੀ ਹੋ ਜਾਵੇ ਵੀ ਕੰਸਰਨ ਜ਼ਿਆਦਾ ਹੋ ਕੇ ਸਿਕਿਉਰਿਟੀ ਦਾ ਕੋਈ ਬੰਦੋਬਸਤ ਪੁਖਤਾ ਹੋ ਸਕੇ। ਧੰਨਵਾਦ ਬਾਈ ਜੀ। ਧੰਨਵਾਦ ਜੀ। ਦਲਵੀਰ ਸਿੰਘ ਜੀ ਲਾਈਨ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰੇ ਖਿਆਲ ਤੁਹਾਡਾ ਕੰਸਰਨ ਜਿਹੜਾ ਹੈਗਾ ਆ ਉਹ ਆਪਾਂ ਥੋੜ੍ਹੀ ਜਿਹਾ ਦੂਜੇ ਪਾਸੇ ਨੂੰ ਲਈ ਜਾਂਦੇ ਹਾਂ। ਤੁਹਾਡਾ ਮੇਨ ਕੰਸਰਨ ਇਹ ਆ ਵੀ ਜਿਹੜਾ ਬੇਕਅਪ ਜਾਂ ਨਿਊਜ਼ੀਲੈਂਡ ਜੋ ਕੁਛ ਹੋਇਆ ਇੱਦਾਂ ਦਾ ਇੱਥੇ ਨਾ ਕੋ ਖਾਰਾ ਹੋ ਜਾਵੇ। ਮੇਨ ਕੰਸਰਨ ਤਾਂ ਉਹ ਆ ਜੀ, ਜਾਕੀ ਛੋਲੇ ਭਟੂਰੇ ਕੋ ਖਾਂਦਾ ਵੱਧ ਬਣਾਉਂਦਾ, ਫੂਡ ਵਰਡ ਬਣਦਾ ਜਾਂ ਇੱਕ ਪਾਸੇ ਜਾਣਾ ਜਾਂ ਦੂਜੇ ਪਾਸੇ ਜਾਣਾ, ਇਹ ਗੱਲਾਂ ਸਾਡੇ ਹੱਥ ਵੱਸ ਵਾ। ਸਿਰਫ ਤੁਸੀਂ ਮੇਰਾ ਤੁਹਾਡਾ ਕੰਸਰਨ ਮੇਨ ਇਹ ਆ ਵੀ ਜਿਹੜੇ ਆਪਣੇ ਪ੍ਰਬੰਧਕ ਕਮੇਟੀਆਂ ਨੇ ਜੀ, ਇਹ RCMP ਨਾਲ ਪ੍ਰੋਪਰਲੀ ਬਹਿ ਕੇ ਉਹਨਾਂ ਨੂੰ ਐਕਸਟਰਾ ਆਪਣੇ ਕੰਸਰਨ ਸ਼ੋ ਕਰਨ ਪਈ, ਇਹਨਾਂ ਨੂੰ ਜਸਟ ਟੂ ਮੇਕ ਸ਼ੋਰ ਪਈ ਜਿਹੜੀ ਸਿਕਿਉਰਿਟੀ ਥੋੜ੍ਹੀ ਤੁਹਾਨੂੰ ਵਧਾਉਣ। ਇੰਨੀ ਪਬਲਿਕ ਲਾ ਜੀ, ਦੇਖੋ ਆਪਾਂ ਝੋਲੇ ਕੋਈ ਬੈਗਾਂ ਚ ਪਾਉਣ ਨੂੰ ਕੁਛ ਲਈ ਫਿਰਦਾ, ਕਈ ਉੱਥੇ ਕਈ ਤਰ੍ਹਾਂ ਦੀ ਸਾਰੀ ਕਮਿਊਨਿਟੀ ਹੁੰਦੀ ਆ, ਕਿਹਦੇ ਕੋਲ ਕੀ ਹੈਗਾ ਆ, ਨੋਬਡੀ ਨੋਜ਼ ਰਾਈਟ, ਕੋਈ ਕਿਸੇ ਨੂੰ ਚੈੱਕ ਨਹੀਂ ਕਰਦਾ, ਕੁਛ ਨਹੀਂ ਕਰਦਾ। ਇੱਥੇ ਕੈਨੇਡਾ ਦੇ ਵਿੱਚ ਸੋ ਫਾਰ ਅਸੀਂ ਲੱਕੀ ਇਨਫ ਹੈਗੇ ਆ ਵੀ ਇੱਥੇ ਬਹੁਤ ਚੀਜ਼ਾਂ ਹੈਗੀਆਂ ਜਿੱਥੇ ਬਹੁਤ ਈਜ਼ੀ ਸਾਫਟ ਟਾਰਗੇਟ ਵਾ ਜੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ। ਸੋ ਵੈਸੇ ਤਾਂ ਮੈਨੂੰ ਲੱਗਦਾ ਵੀ ਆਪਣੇ ਵੱਲੋਂ RCMP ਇਨਸਾਈਡ ਉਹਨਾਂ ਦੀ ਵੀ ਕੋਈ ਇੰਟੈਲੀਜੈਂਸ ਨਹੀਂ ਹੋਣੀ ਹੈ, ਕੁਛ ਨਾ ਕੁਛ ਕਰਦੇ ਜ਼ਰੂਰ ਹੋਣਗੇ। ਬਾਕੀ ਕੋਈ ਸਿਰ ਫਿਰ ਆ ਵੀ ਜਾਵੇ ਤਾਂ ਕਹਿ ਵੀ ਨਹੀਂ ਸਕਦੇ। ਜਿੱਦਾਂ ਹੁਣ ਮੈਂ ਮੇਰਾ ਸਟੋਰ ਆ ਜੀ 76 128 ਦੇ ਜਿੱਥੇ ਆਪਣੇ ਪੂਰੀ ਸਟੇਜ ਲੱਗਦੀ ਉੱਥੇ ਹੀ ਹੁੰਦਾ ਜੀ। ਉੱਥੇ ਦੇਖਿਆ ਵੀ ਹੁਣੇ ਹੀ ਉਹ ਕੈਮਰੇ ਤਾਂ ਲਾਉਣ ਡਿਆ ਉਹ, ਅੱਜ ਦੇਖਿਆ ਮੈਂ ਉੱਥੇ ਬੰਦੇ ਬੋਲਣ ਛੜੇ ਉਹ ਕੈਮਰੇ ਲਾਉਣ ਡਿਆ ਉਹ ਵੀ ਸਿਕਿਉਰਿਟੀ ਲਈ। ਪਰ ਫਿਰ ਤੁਹਾਡਾ ਕੰਸਰਨ ਹੈਗਾ ਬਿਲਕੁਲ ਵਾਜਬ ਆ ਜੀ, ਇਹ ਆਪਣੇ ਪ੍ਰਬੰਧਕ ਕਮੇਟੀ ਉਹਨਾਂ ਨੂੰ ਬਹਿ ਕੇ ਤੇ ਉਹਨਾਂ ਨਾਲ ਗੱਲ ਕਰਨ ਜ਼ਰੂਰ ਵੀ ਸਾਡੇ ਆਹ ਕੰਸਰਨ ਹੈਗੇ ਆ ਤੇ ਇਹਨਾਂ ਨੂੰ ਤੁਸੀਂ ਐਡਰੈਸ ਕਰੋ ਜਾਂ ਥੋੜ੍ਹਾ ਜਿਹਾ ਐਕਸਟਰਾ ਪ੍ਰਿਕੋਸ਼ਨ ਰੱਖੋ
ਬਾਕੀ ਐਡੀ ਵੀ ਕੋਈ ਡਰਨ ਦੀ ਕੋਈ ਗੱਲ ਹੈ ਨੀ ਜੀ, ਆਪਾਂ ਮੱਥਾ ਟੇਕ ਕੇ ਸਾਈਡ ਨੂੰ ਹੋਜੀਏ ਜਾਂ ਉਹ ਹੋਜੀਏ ਜਾਂ ਕੁਛ ਨੀ, ਬਾਕੀ ਜਦੋਂ ਕਹਿੰਦੇ ਹੁੰਦੇ ਬਈ ਬਾਕੀ ਤਾਂ ਵਾਹਿਗੁਰੂ ਦਾ ਹੱਥ ਦੱਸੋ, ਹਾਂ ਅਸੀਂ ਕਿਹੜਾ ਕੋਈ ਇੱਥੇ ਸਾਡੇ ਘਰ ਬੰਦੇ ਨੇ ਬੈਠੇ ਹੋਏ ਵੀ ਕੁਛ ਨਾ ਕੁਛ ਹੋ ਹੀ ਜਾਂਦਾ, ਇੰਨਾ ਆਪਾਂ ਨੈਗੇਟਿਵ ਇਸ ਸੋਚੀਏ, ਪਰ ਇਹ ਗੱਲ ਖਾਸ ਸਾਡੀ ਜਿੱਦਾਂ ਕਹਿਣ ਦੇ ਮੁਤਾਬਕ ਇਹ ਧਿਆਨ ਚ ਰੱਖਣ ਯੋਗ ਆ, ਤੇ ਏਦਾਂ ਸਾਨੂੰ ਇਹ ਜਿੱਦਾਂ ਕਿ ਸੋਚਣਾ ਚਾਹੀਦਾ ਇਹਨਾਂ ਬਾਰੇ। ਅੱਜ ਤੋਂ 5 ਸਾਲ ਪਹਿਲਾਂ ਜੀ ਇੱਕ ਵਾਰੀ ਅੱਗੇ ਵੀ ਇਹ ਕੰਸਰਨ ਆਇਆ ਸੀ ਸਾਡੇ ਆਸੇ ਪਾਸੇ ਜਿਹੜੀਆਂ ਸ਼ੋਪਸ ਸੀਗੀਆਂ ਉਹਨਾਂ ਨੂੰ ਕਿਸੇ ਨੇ ਕਹਿਤਾ ਕਿ ਜੀ ਇੱਥੇ ਏਦਾਂ ਹੋ ਜਾਣੀ ਏਦਾਂ ਹੋ ਜਾਣੀ ਹੈ, ਤਾਂ ਉਦੋਂ ਅਸੀਂ ਇਹਨਾਂ ਨੂੰ ਆਰਸੀਐਮਪੀ ਨਾਲ ਕੰਟੈਕਟ ਵੀ ਕੀਤਾ ਸੀ, ਪਰ ਉਹ ਚਲੋ ਇੰਡੀਵਿਜੁਅਲ ਦੀ ਗੱਲ ਤਾਂ ਨਹੀਂ, ਅਗਲੇ ਸੁਣ ਲੈਂਦੇ ਆ ਵੀ ਇਨਸਾਈਡ ਨੂੰ ਸਾਨੂੰ ਦੱਸਣਾ ਤਾਂ ਹੈ ਨੀ ਕੀ ਹੈ ਕੀ ਨਹੀਂ ਹੈਗਾ, ਪਰ ਸੋ ਫਾਰ ਵੀ ਆਰ ਲੱਕੀ ਇਨਫ, ਪਰ ਸਾਨੂੰ ਇਸ ਚੀਜ਼ ਦੀ ਕੰਸਰਨ ਹੋਣੀ ਚਾਹੀਦੀ ਹੈ। ਥੈਂਕ ਯੂ। ਬਿਲਕੁਲ ਨਹੀਂ ਇਹ ਠੀਕ ਤੁਹਾਡੀ, ਬਿਲਕੁਲ ਕੋਈ ਡਰਾਉਣ ਵਾਲੀ ਨਹੀਂ ਹੈ ਕਹਾਣੀ ਇਹ, ਕਿਉਂਕਿ ਆਪਣੀ ਕੌਮ ਆਪਣਾ ਪਰਿਵਾਰ ਅਸੀਂ ਸਾਰਿਆਂ ਨੇ ਜਾਣਾ, ਇੱਕ ਭਾਈਚਾਰਾ, ਹੋਰ ਧਰਮਾਂ ਦੇ ਹੋਰ ਲੋਕ ਆ ਕੇ ਇਸ ਨੂੰ ਵੇਖਦੇ ਆ, ਇਸ ਨੂੰ ਇਹ ਵਿਚਾਰਿਆ ਜਾਣਾ ਚਾਹੀਦਾ ਜ਼ਰੂਰ, ਤੇ ਆਹ ਬਹੁਤ ਵਧੀਆ। ਖੈਰ ਇਹ ਤਾਂ ਨਹੀਂ ਗੱਲ ਹੈ ਕਿ ਹੱਥ ਤੇ ਹੱਥ ਰੱਖ ਕੇ ਬਹਿੰਦੀਆਂ ਹੋਣਗੀਆਂ ਏਜੰਸੀ, ਕੰਮ ਤਾਂ ਉਹ ਕਰਦੀਆਂ ਰਹਿੰਦੀਆਂ ਨੇ, ਜਿਵੇਂ ਕੈਮਰੇ ਲੱਗ ਰਹੇ ਨੇ ਉਹ ਠੀਕ ਹੈ, ਆਪਾਂ ਵੀ ਨਿਗਾਹ ਰੱਖੋ, ਆਪ ਵੀ ਅੱਖਾਂ ਖੁੱਲੀਆਂ ਰੱਖੋ। ਤੇ ਨੰਬਰ 2 ਜਿਹੜੀ ਅਨੁਸ਼ਾਸਨ ਹੈ ਜੇ ਉਹ ਵਧੀਆ ਰਹੇ, ਅਸਲ ਤਾਂ ਕਹਾਣੀ ਤਾਂ ਇਹ ਹੈ ਨਾ, ਗੁਰੂ ਮਹਾਰਾਜ ਦੇ ਫਲੋਰ ਦੇ ਨਾਲ ਗੁਰੂ ਮਹਾਰਾਜ ਦੇ ਫਲੋਰ ਦੇ ਪਿੱਛੇ ਹੀ ਚੱਲਦੇ ਲੋਕ, ਪਰ ਇੰਨੇ ਲੋਕ ਸਮਾਉਂਦੇ ਨੀ। ਇੱਕ ਅਲੱਗ ਕਿਸਮ ਦੀ ਗੈਦਰਿੰਗ ਆ ਜਿਹੜੀ 76 ਤੋਂ ਲੈ ਕੇ 80 ਤੱਕ ਬਹੁਤ ਹੋ ਜਾਂਦੀ ਹੈ, ਕਿਉਂਕਿ ਉਧਰੋਂ ਨੀ ਕੋਈ ਲੇਟ ਆਉਂਦੇ ਨੇ ਲੋਕ, ਫਿਰ 76 ਤੇ 124 ਤੱਕ, ਤੇ 124 ਤੋਂ ਲੈ ਕੇ ਇੱਧਰ ਜਿੱਥੋਂ ਤੱਕ ਆਪਾਂ ਮੁੜਦੇ ਹਾਂ 82 ਤੱਕ, ਸਾਰਾ ਹੀ ਪੈਕ ਹੁੰਦਾ ਅਸਲ ਤੇ। ਪਰ ਇਸ ਨੂੰ ਵਿਚਾਰ ਆਪਾਂ ਵਿਚਾਰਨਾ ਬਹੁਤ ਜ਼ਰੂਰੀ ਹੈ, ਤੇ ਹਰ ਸਾਲ ਆਪਾਂ ਕਰਦੇ ਹਾਂ, ਪਹਿਲੀ ਵਾਰ ਨਹੀਂ ਕਰਦੇ, ਤੇ ਇਸ ਨਾਲ ਅਵੇਅਰਨੈਸ ਹੁੰਦੀ ਹੈ ਤੇ ਆਪਾਂ ਅਲਰਟ ਰਹਿੰਦੇ ਹਾਂ। ਸਰ ਕਸ਼ਮੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਲਾਈਨ ਨੰਬਰ 4 ਸਿੰਘ ਜੀ? ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਵੀਰ ਜੀ, ਗੁਰਫਤਿਹ, ਧੰਨਵਾਦ ਤੁਹਾਡਾ। ਸੁਣ ਰਹੇ ਸੀ ਵਿਚਾਰ ਜਿਹੜੇ ਆ ਹੁਣ ਚੱਲ ਰਹੇ ਆ, ਮੈਂ ਲਾਇਆ ਤਾਂ ਹੁਣੇ ਹੀ ਆ, ਮੈਨੂੰ ਨਹੀਂ ਲੱਗਦਾ ਪਈ ਨਿਰ ਕੀਰਤਨ ਦੇ ਬਾਰੇ ਚ ਕੁਛ ਹੋ ਰਿਹਾ। ਦੇਖੋ ਜੇਕਰ ਹਰਜੀਤ ਸਿੰਘ ਜੀ ਆਪਾਂ ਦੇਖੀਏ, ਮੈਂ 2 ਸਾਲ ਤੋਂ ਸ਼ੁਰੂ ਕੀਤਾ ਸੀ ਐਤਕੀ ਫੇਕ, ਇਹਨਾਂ ਜਿਹੜੇ ਲੋਕ ਉੱਥੇ ਆਪਣੇ ਲੰਗਰ ਲਾਉਂਦੇ ਹੈਗੇ ਆ, ਉਹਦੇ ਵਿੱਚੋਂ 3 ਜਾਂ 4 ਲੋਕ ਲੰਗਰ ਲਾ ਲੈਣ 1 ਸਾਲ, ਤੇ ਬਾਕੀ ਜਿਹੜੇ ਹੈਗੇ ਆ ਉਹ ਜਿੰਨੀ ਕਿ ਉਹਨੇ ਆਪਣੀ ਸ਼ਰਧਾ ਮੁਤਾਬਕ ਆਪਣਾ ਦਸਵੰਧ ਕੱਢਿਆ ਆ, ਉਹ ਬਣੀ ਇੱਕ ਬੈਂਕ, ਆਪਾਂ ਸਿੱਖ ਕੌਮ ਦਾ ਇੱਕ ਅਕਾਊਂਟ ਖੋਲ ਕੇ ਉਹਦੇ ਵਿੱਚ ਰੱਖਣ। ਇਹ ਜਿੱਦਾਂ ਮੇਰਾ ਖਿਆਲ ਹੈ ਕਾਫੀ ਵੱਡੀ ਤਾਦਾਦ ਦੇ ਵਿੱਚ ਲੋਕ ਹੈਗੇ ਆ ਜਿਹੜੇ ਉਹ ਬਹੁਤ ਵੱਡਾ ਸਾਨੂੰ ਇੱਕ ਕਹਿ ਲਓ ਸਰਮਾਇਆ ਦੇ ਸਕਦੇ ਆ, ਤਾਂ ਉਸ ਸਰਮਾਏ ਦੇ ਨਾਲ ਆਪਾਂ ਕੋਈ ਆਪਣਾ ਜਿਵੇਂ ਗੁਰੂ ਕਿਸੇ ਗੁਰੂ ਰਾਮਦਾਸ ਜੀ ਦੇ ਨਾਂ ਤੇ ਜਾਂ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਇਹ ਚਲਾਏ ਸੀ ਸਿਸਟਮ ਤੇ ਗਰੀਬਾਂ ਨੂੰ ਦਵਾਈਆਂ ਜਾਂ ਹੋਰ ਚੀਜ਼ਾਂ ਦੇਣ ਦਾ, ਆਪਾਂ ਉਹ ਲਾਗੂ ਕਰੀਏ, ਉਹ ਚਾਲੂ ਕਰੀਏ, ਜਿਹਦੇ ਨਾਲ ਲੋਕ ਜਿਹੜੇ ਆ ਉਹ ਜੁੜਦੇ ਇੱਦਾਂ ਹੀ ਆ, ਕੌਮਾਂ ਜਿਹੜੀਆਂ ਕ੍ਰਿਸਚੀਅਨਿਟੀ ਜਿਹੜੀ ਆ ਉਹਦਾ ਫੈਲਾਓ ਹੀ ਇਸੇ ਬੇਸ ਦੇ ਉੱਤੇ ਹੋਇਆ ਵੀ ਜਿੱਥੇ ਵੀ ਉਹ ਦੇਸ਼ ਚ ਗਏ ਉੱਥੇ ਗਰੀਬਾਂ ਨੂੰ ਨੀ ਜਾ ਕੇ ਨੱਪਿਆ, ਉਹਨਾਂ ਨੂੰ ਜਾ ਕੇ ਪਹਿਲਾਂ ਦਵਾਈਆਂ ਫੇਂਕ ਦਿੱਤੀਆਂ, ਦੂਜੇ ਦਿਨ ਇੱਕ ਬਾਈਬਲ ਫੜਾ ਦਿੱਤੀ ਤੇ ਨਾਲ ਅਸਲੀ ਦਵਾਈ ਦੇ ਦਿੱਤੀ, ਬੰਦਾ ਠੀਕ ਹੋ ਗਿਆ, ਮੁੜ ਕੇ ਉਹਨੂੰ ਵੱਢ ਦਿਓ ਕੁਛ ਕਰ ਦਿਓ, ਉਹ ਜੀਸਸ ਕ੍ਰਾਈਸਟ ਨੂੰ ਨਹੀਂ ਛੱਡਦਾ। ਇੱਕ ਤਾਂ ਅਸੀਂ ਆਪਣੀ ਸਿੱਖੀ ਦੇ ਫਲਾਓ ਲਈ, ਦੂਸਰਾ ਅਸੀਂ ਆਪਣੇ ਧਰਮ ਦੇ ਬਾਰੇ ਲੋਕਾਂ ਨੂੰ ਜਾਣੂ ਕਰਾਉਣ ਲਈ ਇਹ ਇਸ ਮਾਇਆ ਦੇ ਨਾਲ ਕੰਮ ਕਰ ਸਕਦੇ ਹਾਂ। ਅੱਗੇ ਦੇਖੋ ਬਹੁਤ ਕੁਛ ਹੈਗਾ ਸਾਨੂੰ, ਤੁਸੀਂ ਇਹਦੇ ਉੱਤੇ ਵਿਚਾਰ ਜ਼ਰੂਰ ਕਰਿਓ, ਕਿਉਂਕਿ ਤੁਹਾਡੇ ਸ਼ਬਦ ਜਿਹੜੇ ਹੈਗੇ ਆ ਉਹਨਾਂ ਦੀ ਕੀਤੀ ਹੋਈ ਦੁਬਾਰਾ ਗੱਲ ਉਹ ਬੜੀ ਦੂਰ ਤੱਕ ਜਾਂਦੀ ਹੈ, ਤੇ ਸਾਨੂੰ ਇਹਦੇ ਵਿੱਚੋਂ ਮਿਲਣ ਨੂੰ ਬਹੁਤ ਕੁਛ ਆ, ਕਿਉਂਕਿ ਨਹੀਂ ਤਾਂ ਫੇਰ ਅਡੂਨੇ ਤੇ ਹੋਰ ਸਭ ਕੁਛ ਅਸੀਂ ਆਪਣਾ ਉਦਣ ਇਕੱਠਾ ਕਰਨ ਨੂੰ ਕਾਫੀ ਲੱਗ ਜਾਂਦਾ ਵਕਤ, ਪਰ ਜੇ 2-3 ਜਾਣੇ ਲਾ ਕੇ ਬੈਠੇ ਹੋਣਗੇ ਪੰਡਾਲ ਵੱਡੇ, ਤੇ ਉੱਥੇ ਜਾ ਕੇ ਸਾਰੇ ਲੋਕ ਵੀ ਆਪਣਾ ਨਿਸ਼ਾ ਨਾਲ ਜੋ ਉਹਨਾਂ ਦੀ ਸ਼ਰਧਾ ਹੈਗੀ ਉਹ ਖਾ ਸਕਦੇ ਆ, ਪਰ ਅਸੀਂ ਇਹਨੂੰ ਇਹ ਨਾ ਬਣਾ ਦਈਏ ਵੀ ਸਿਰਫ ਪੂੜੀਆਂ ਲੋਕਾਂ ਨੂੰ ਖਿਲਾਉਣੀਆਂ ਜਾਂ ਮਤਲਬ ਅਸੀਂ ਲੋਕਾਂ ਨੂੰ ਛੋਲੇ ਖਿਲਾਉਣੇ ਆ, ਅਸੀਂ ਦੱਸੀਏ ਵੀ ਸਾਡੇ ਸਿੱਖ ਜੀਵਨ ਦੇ ਵਿੱਚ ਇਹ ਜਿਹੜਾ ਦਿਨ ਆਉਂਦਾ ਇਹ ਕਿਉਂ ਆਉਂਦਾ ਤੇ ਕਿਸ ਕਾਰਨ ਆਉਂਦਾ, ਸਾਡੇ ਗੁਰੂ ਸਾਹਿਬਾਨ ਦੇ ਬੱਚਿਆਂ ਵਾਸਤੇ, ਹੋਰਨਾਂ ਵਾਸਤੇ,
ਅਸੀਂ ਲਿਟਰੇਚਰ ਛਾਪੀਏ, ਕੁਛ ਹੋਰ ਛਾਪੀਏ ਤਾਂ ਜੋ ਦੁਨੀਆਂ ਨੂੰ ਜਾਣੂ ਕਰਵਾ ਸਕੀਏ। ਤੁਹਾਡਾ ਵਕਤ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਓਲ ਸਾਹਿਬ ਲਾਈਨ 5। ਹਾਂਜੀ ਸਤਿ ਸ੍ਰੀ ਅਕਾਲ ਗੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਵਿਸ਼ਾ ਤੁਹਾਡਾ ਕਾਫੀ ਧਿਆਨ ਯੋਗ ਹੈ ਤੇ ਮੇਰੇ ਖਿਆਲ ਦੇ ਨਾਲ ਇਹਨੂੰ ਇਕੱਲਾ ਆਪਾਂ ਜਿੱਦਾਂ ਤੁਸੀਂ ਦੱਸਿਆ ਵੀ ਕੰਸਰਨ ਜਿਹੜਾ ਸਹਿਨਸ਼ੀਲਤਾ ਦਾ ਵੀ ਨਗਰ ਕੀਰਤਨ ਤੋਂ ਵੀ ਇਹਨੂੰ ਪੂਰੇ ਜਿੰਨੇ ਦੁਨੀਆਂ ਭਰ ਦੇ ਵਿੱਚ ਜੋ ਵਰਤਾਰਾ ਚੱਲ ਰਿਹਾ ਉਹਦੇ ਸੰਦਰਭ ਚ ਦੇਖੀ ਤੇ ਜ਼ਿਆਦਾ ਵਧੀਆ, ਕਿਉਂਕਿ ਜਿਹੜੇ ਹੁਣ ਗੈਦਰਿੰਗ ਆ ਇਹ ਇਕੱਲੀਆਂ ਆਪਣੀਆਂ ਆਪਣੀ ਤੇ ਗੈਦਰਿੰਗ ਚਲੋ ਤੁਸੀਂ ਵਧੀਆ ਇੱਕ ਚਿੰਤਾ ਜ਼ਾਹਰ ਕੀਤੀ ਵੀ ਮੰਨ ਲਓ ਉਹਦੇ ਇੱਕ ਉਦਾਹਰਨ ਦੇ ਕੇ, ਪਰ ਹਰ ਤਰ੍ਹਾਂ ਦੀਆਂ ਹੁੰਦੀਆਂ ਗੈਦਰਿੰਗ, ਉੱਥੇ ਵੀ ਇਹੀ ਮੰਨ ਲਓ ਘਟਨਾਵਾਂ ਦਾ ਡਰ ਹੋ ਸਕਦਾ, ਕੋਈ ਗੇਮਾਂ ਦੇ ਵੱਡੇ ਵੱਡੇ ਇਕੱਠ ਹੁੰਦੇ ਆ ਜਾਂ ਕੋਈ ਰਨ ਹੁੰਦੇ ਆ ਜਾਂ ਆਮ ਤੇ ਹੋਰ ਜਿੰਨੀਆਂ ਵੀ ਮੇਰਾ ਕਹਿੰਦਾ ਮਤਲਬ ਕਿਸੇ ਆਪਣੇ ਅਲੱਗ ਅਲੱਗ ਕਿਸੇ ਦੀਆਂ ਧਾਰਮਿਕ ਜਾਂ ਸੈਕੂਲਰ ਜਿੰਨੀਆਂ ਵੀ ਗੈਦਰਿੰਗ ਹੁੰਦੀਆਂ ਆ, ਕਿਸੇ ਦਾ ਇਕੱਠ ਵੱਧ ਹੋ ਸਕਦਾ, ਕਿਸੇ ਦਾ ਘੱਟ ਹੋ ਸਕਦਾ, ਤੇ ਜੇ ਅਨੁਸ਼ਾਸਨ ਦੀ ਦੇਖੀਏ ਤਾਂ ਉਹਦੇ ਅਕੋਰਡਿੰਗ ਅਨੁਸ਼ਾਸਨ ਮੈਨੂੰ ਲੱਗਦਾ ਵੀ ਤਕਰੀਬਨ ਇੰਨੇ 3-4 ਲੱਖ ਦੇ ਇਕੱਠ ਦੇ ਵਿੱਚ ਇਹ ਜਿੰਨਾ ਵਧੀਆ ਅਨੁਸ਼ਾਸਨ ਹੈ ਇਸ ਤੋਂ ਵਧੀਆ ਅਨੁਸ਼ਾਸਨ ਮੈਨੂੰ ਨਹੀਂ ਲੱਗਦਾ ਹੋਰ ਕਿਸੇ ਕਮਿਊਨਿਟੀ ਦੇ ਵਿੱਚ ਦੇ ਸਕਦੇ ਆ, ਵੀ ਕੋਈ ਮੰਨ ਲਓ ਇੱਦਾਂ ਦਾ ਨਹੀਂ ਹੈਗਾ ਕੋਈ ਨਾ ਜਿਹੜੀਆਂ ਆਪਣੇ ਮਨਾ ਹੈ ਜਿਹਨਾਂ ਚੀਜ਼ਾਂ ਦੀ, ਕੋਈ ਸ਼ਰਾਬ ਦਾਰੂ ਜਾਂ ਹੋਰ ਇੰਨਾ ਅਦਰਵਾਈਜ਼ ਇਹ ਤੋਂ ਵਗੈਰਾ ਐਡਾ ਇਕੱਠ ਨਹੀਂ ਹੁੰਦਾ। ਬਾਕੀ ਜਿਹੜੀ ਪ੍ਰੈਕਟਿਸ ਹੁੰਦੀ ਹੈ ਉੱਥੇ ਉਹ ਪ੍ਰੈਕਟਿਸ ਅਸੀਂ ਉਹੀ ਕਰਦੇ ਹਾਂ ਜੋ ਦੁਨੀਆਂ ਦੇ ਵਿੱਚ ਚੱਲ ਰਹੀ ਆ, ਜੋ ਅਸੀਂ ਆਪਣੇ ਘਰਾਂ 'ਚ ਆਪਣੇ ਵਿਆਹਾਂ ਸ਼ਾਦੀਆਂ ਜਾਂ ਆਪਣੀ ਪਾਰਟੀਆਂ ਦੇ ਵਿੱਚ ਜਾਂ ਉਹ ਵੱਖਰੀ ਪ੍ਰੈਕਟਿਸ ਨਹੀਂ ਅਸੀਂ ਉੱਥੇ ਕਰਦੇ, ਕਿਉਂਕਿ ਆਫਟਰਆਲ ਆਪਾਂ ਜੋ ਆਲੇ ਦੁਆਲੇ ਤੋਂ ਪ੍ਰਭਾਵਿਤ ਹੋਈਆਂ ਇਹ ਚੀਜ਼ਾਂ ਉਹ ਕਰਨੀਆਂ ਜਾਂ ਜੋ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰੈਕਟਿਸ ਚੱਲਦੀ ਸਾਰਾ ਕੁਛ ਸਹੀ ਆ, ਕੋਈ ਇੱਦਾਂ ਦਾ ਨਹੀਂ ਹੈਗਾ। ਹੁਣ ਜਿਹੜਾ ਮੇਨ ਕੰਸਰਨ ਹੈਗਾ ਉਹ ਹੁਣ ਜਿੱਦਾਂ ਤੁਸੀਂ ਦੱਸਿਆ ਮਸਜਿਦ ਦੀ ਘਟਨਾ, ਉਹ ਕੋਈ ਬਾਹਰ ਰੋਡ ਤੇ ਪ੍ਰੈਕਟਿਸ ਨਹੀਂ ਚੱਲ ਰਹੀ ਸੀ, ਅਗਲਾ ਮਸਜਿਦ ਦੇ ਅੰਦਰ ਚਲੇ ਗਿਆ। ਹੁਣ ਇਹ ਚੀਜ਼ਾਂ ਇੱਥੇ ਕਾਲਜ ਯੂਨੀਵਰਸਿਟੀ ਜਾਂ ਕਿਤੇ ਕੋਈ ਸਪੋਰਟਸ ਇਵੈਂਟ ਚੱਲਦਾ ਕਿਤੇ ਵੀ ਇਹ ਹੈਪਨ ਹੋ ਸਕਦੇ, ਪਰ ਮੇਰਾ ਕਹਿੰਦਾ ਮਤਲਬ ਇਹ ਜੇ ਚੀਜ਼ਾਂ ਦਾ ਤੁਸੀਂ ਕੰਸਰਨ ਦੂਰ ਕਰਨਾ, ਤੁਸੀਂ ਸੇਫਟੀ ਪੱਖੋਂ ਪ੍ਰਬੰਧ ਕਰਨਾ ਲਾਜ਼ਮੀ ਹੈ, ਜ਼ਰੂਰੀ ਹੈ, ਕਿਸੇ ਵੀ ਕਲਾ ਨਗਰ ਕੀਰਤਨ ਦੇ ਹਰ ਵਿੱਚ ਹੋਣਾ ਚਾਹੀਦਾ। ਪਰ ਜ਼ਿਆਦਾਤਰ ਇਹਨੂੰ ਜਿਹੜਾ ਐਜੂਕੇਸ਼ਨਲ ਢਾਂਚੇ ਆ ਉਹ ਜਿਹੜੇ ਸੈਕੂਲਰ ਢਾਂਚੇ ਹੀ ਇਕੱਲੇ ਬਣਾ ਕੇ ਰੱਖ ਦਿੱਤੇ ਗਏ ਆ, ਉਹਨਾਂ ਢਾਂਚਿਆਂ ਨੂੰ ਚੇਂਜ ਕਰਨ ਦੀ ਲੋੜ ਆ। ਉਹਨਾਂ ਤੁਹਾਨੂੰ ਜਿੱਥੋਂ ਇਹ ਵਿਗਾੜ ਪੈਦਾ ਹੋਇਆ, ਜਿੱਥੋਂ ਇਹ ਸਹਿਣਸ਼ੀਲਤਾ ਮਨੁੱਖ ਛੱਡ ਕੇ ਇੱਕ ਇਕੱਲੀ ਸੈਕੂਲਰ ਪੜ੍ਹਾਈ ਦੁਆਲੇ ਹੋ ਗਿਆ, ਉਹ ਸਾਰੀ ਪਵਾੜੀ ਦੀ ਜੜ ਹੈ ਇਹਦੀ। ਉਹਨਾਂ ਸਕੂਲਾਂ ਦੇ ਵਿੱਚੋਂ ਉਹਨੂੰ ਜਦੋਂ ਅਲੱਗ ਅਲੱਗ ਕਰ ਦਿੱਤਾ ਗਿਆ ਸਮੱਸਿਆ ਉੱਥੋਂ, ਉਹ ਜਿਹੜੇ ਧਰਮ ਦੇ ਵਿੱਚ ਵਿਗਾੜ ਪੈਦਾ ਹੋ ਚੁੱਕੇ ਸੀਗੇ ਉਹਨਾਂ ਨੂੰ ਦੂਰ ਕਰਨ ਦੀ ਬਜਾਏ ਉਹਨੂੰ ਵੱਖਰਾ ਕਰ ਦਿੱਤਾ ਧਰਮ ਤੇ ਸੈਕੂਲਰ ਐਜੂਕੇਸ਼ਨ ਨੂੰ, ਜਦਕਿ ਉਹ ਹੁਣ ਸੈਕੂਲਰ ਜਿਹੜੇ ਵਿਗਾੜ ਪੈਦਾ ਮਨੁੱਖ ਇੱਦਾਂ ਇੱਕ ਦੂਜੇ ਦੇ ਦੁਆਲੇ ਹੋ ਗਿਆ ਵੀ ਮੈਂ ਤੈਨੂੰ ਨੀ ਪਸੰਦ ਕਰਦਾ ਤੈਨੂੰ ਨੀ, ਸਿਰਫ ਮਟੀਰੀਅਲਿਸਟ ਵਰਲਡ, ਉਹਨਾਂ ਨੂੰ ਹੁਣ ਠੀਕ ਕਰਨ ਲਈ ਕੁਛ ਨੀ ਲੱਭ ਰਿਹਾ ਵੀ ਕਿੱਦਾਂ ਠੀਕ ਕੀਤਾ ਜਾਵੇ, ਕਿੱਦਾਂ ਦੇ ਲੋਕਾਂ ਨੂੰ ਮਾਇੰਡ ਨੂੰ ਕਿੱਦਾਂ ਚੇਂਜ ਕੀਤਾ ਜਾਵੇ। ਮਾਇੰਡ ਨੂੰ ਸਿਰਫ ਨੈਤਿਕਤਾ ਦੇ ਜਿਹੜੀ ਐਜੂਕੇਸ਼ਨ ਹੈ ਜਿਹੜੀ ਜਿਹਨੂੰ ਆਪਾਂ ਕਿਸੇ ਖਾਸ ਧਰਮ ਦੀ ਨਹੀਂ ਕਹਿੰਦੇ, ਮੰਨ ਲਓ ਜਿਹੜੇ ਇੱਕ ਮਨੁੱਖ ਨੂੰ ਨੈਤਿਕ ਤੌਰ ਤੇ ਆਪਣੇ ਆਪ ਇਹ ਜ਼ਿੰਮੇਵਾਰੀ ਅੰਦਰੋਂ ਅਹਿਸਾਸ ਉਹਦੀ ਆਤਮਾ ਨੂੰ ਤਬਦੀਲ ਕਰੇ, ਉਹ ਐਜੂਕੇਸ਼ਨ ਦੀ ਲੋੜ ਆ। ਉਹ ਸਕੂਲਾਂ ਕਾਲਜਾਂ ਜਿਹੜੀਆਂ ਸੈਕੂਲਰ ਐਜੂਕੇਸ਼ਨ ਹੈ ਉੱਥੇ ਸ਼ੁਰੂਆਤ ਕਰਨੀ ਪੈਣੀ, ਉੱਥੇ ਛੋਟੇ ਲੈਵਲ ਤੋਂ ਸ਼ੁਰੂਆਤ ਕਰਨੀ ਪੈਣੀ, ਬਈ ਤੁਸੀਂ ਦੂਜੇ ਨੂੰ ਕਿੱਦਾਂ ਸਹਿਣ ਕਰਨਾ, ਦੂਜੇ ਰੰਗ ਨੂੰ, ਦੂਜੀ ਨਸਲ ਨੂੰ, ਦੂਜੇ ਪਹਿਰਾਵੇ ਨੂੰ। ਇਹ ਵੰਨ ਸੁਵੰਨਤਾ ਦੀ ਫੇਰ ਇਹਦਾ ਹੱਲ ਇਹੀ ਆ, ਇਹ ਜਿੰਨੇ ਮੰਨ ਲਓ ਤੁਸੀਂ ਹੁਣ ਡਿਸਕਸ਼ਨ ਕੀਤੀ ਮੀਡੀਆ ਦੇ ਵਿੱਚ ਜਾਂ ਜਿੰਨੇ ਵੀ ਇਹ ਆਪਣੇ ਹੈਗੇ ਆ ਮੰਨ ਲਓ ਮੀਡੀਆ ਹਾਊਸ ਆ ਜਾਂ ਜਿੱਦਾਂ ਦੇ ਵੀ ਡਿਸਕਸ਼ਨ ਪਾਰਲੀਮੈਂਟ ਜਾਂ ਦੁਨੀਆ ਲੈਵਲ ਤੇ ਆ ਜਾਂ ਆਪਣੇ UNO ਦੇ, ਉੱਥੇ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਉਹੀ ਬਦਲਾ ਲਿਆ ਸਕਦੇ। ਅਦਰਵਾਈਜ਼ ਬੰਦੇ ਕੋਲ ਜਿਹੜਾ ਬੰਦਾ ਕਿਸੇ ਬੰਦੇ ਨੂੰ ਬਰਦਾਸ਼ਤ ਨਹੀਂ ਕਰਦਾ ਜਾਂ ਦੂਜੀ ਨਸਲ ਜਾਂ ਦੂਜੇ ਰੰਗ ਨੂੰ ਨਹੀਂ, ਉਹਦੇ ਕੋਲ 100 ਢੰਗ ਪਏ ਆ, ਉਹ ਕਿਸੇ ਤਰ੍ਹਾਂ ਵੀ ਕੋਈ ਜ਼ਰੂਰ ਥੋੜ੍ਹਾ ਨਗਰ ਕੀਰਤਨ ਤੇ ਹੈਪਨ ਕਰਨਾ ਕਿਤੇ ਵੀ ਕਰ ਸਕਦਾ ਮੌਲ ਨਾਲ, ਫਿਰ ਕਿੱਥੇ ਕਿੱਥੇ ਆਪਾਂ ਪਾਬੰਦੀਆਂ ਲਾਵਾਂਗੇ, ਕਿੱਥੇ ਕਿੱਥੇ ਤੁਸੀਂ ਸਿਕਿਉਰਟੀ ਕਰ ਲਉਂਗੇ। ਇਹਨੂੰ ਇਸੇ ਤਰੀਕੇ ਨਾਲ ਮੈਂ ਕਹਿੰਦਾ ਵੀ ਇਸ ਤਰੀਕੇ ਨਾਲ ਵੀ ਜਿਹੜੇ ਸਾਡੇ ਪ੍ਰਬੰਧ ਆ ਬਹੁਤ ਵਧੀਆ ਆ, ਜਿੰਨੇ ਡਿਸਿਪਲਨ 'ਚ ਆਪਣੇ ਬੰਦੇ ਚੱਲਦੇ ਆ ਉਹ ਕੋਈ ਬੈਰੀਅਰ ਲਾ ਕੇ ਇੱਧਰ ਕਰਦੇ, ਇੱਦਾਂ ਨਹੀਂ ਹੁੰਦਾ ਲੱਖਾਂ ਲੋਕਾਂ ਨੂੰ ਤੁਸੀਂ ਕਰ ਦੂੰਗੇ, ਇਹ ਇੱਦਾਂ ਹੀ ਈਵੈਂਟ ਚੱਲਦੇ ਹੁੰਦੇ ਆ। ਉਹਦੇ ਵਿੱਚ ਤੁਸੀਂ ਕੀ ਕਰਨਾ ਆ, ਤੁਸੀਂ ਨਹੀਂ ਕਰਨਾ, ਉਹ ਤੁਹਾਡੇ ਖੋਤੇ ਨਿਰਭਰ ਕਰਦਾ, ਤੁਸੀਂ ਪ੍ਰਸ਼ਾਦਾ ਨਹੀਂ ਛਕਣਾ, ਲੰਗਰ ਨਹੀਂ ਛਕਣਾ, ਜਾਂ ਤੁਸੀਂ ਉਸ ਮੇਲੇ 'ਚ ਰੰਗ ਬਿਰੰਗੇ ਬਣ ਕੇ ਨਹੀਂ, ਉਹ ਤੁਹਾਡੀ ਆ, ਜੇ ਭੀੜ ਲੱਗਦਾ ਨਾ ਜਾਓ। ਤੇ ਉਹ ਇੱਕ ਸਹਿਮਤੀ ਦੇ ਨਾਲ ਆ, ਅਸੀਂ ਕਿਸੇ ਦੇ ਨਾਲ ਇਸ ਤਰੀਕੇ ਨਾਲ ਨਹੀਂ, ਜੋ ਸਾਨੂੰ ਨਹੀਂ ਪਸੰਦ ਆ ਤਾਂ ਅਸੀਂ ਉਹ ਚੀਜ਼ਾਂ ਦੂਜਿਆਂ ਨੂੰ ਕਦੀ ਬੰਦ ਕਰ ਦਿਓ, ਇੱਦਾਂ ਨਹੀਂ ਕਦੇ ਹੁੰਦੀ। ਅਸੀਂ ਇੱਕ ਉਹ ਜਿਹੜਾ ਕੁਦਰਤ ਨੇ ਸਾਨੂੰ ਅਕਾਲ ਪੁਰਖ ਨੇ ਅਨੁਸ਼ਾਸਨ ਚਾਹਿਆ, ਨੈਤਿਕ ਤੌਰ ਤੇ ਇਹ ਕੀ ਹੋਣਾ ਚਾਹੀਦਾ ਤੇ ਦੂਜਿਆਂ ਨੂੰ ਅਸੀਂ ਕਿੱਦਾਂ ਦਾ ਮੈਸੇਜ ਦੇਣਾ, ਉਹ ਨਗਰ ਕੀਰਤਨ ਚੋਂ ਵੀ ਉਹ ਮੈਸੇਜ ਆਉਣਾ ਚਾਹੀਦਾ, ਦੁਨੀਆਂ ਦੀ ਜਿਹੜੀਆਂ ਸੈਕੂਲਰ ਮੇਰਾ ਕੱਲ ਸੰਸਥਾਵਾਂ ਉਹਨਾਂ ਚ ਵੀ ਉਹ ਐਜੂਕੇਸ਼ਨ ਉਹ ਚੋਂ ਵੀ ਇਹੀ ਆਵੇ ਵੀ ਦੂਜਿਆਂ ਨੂੰ ਬਰਦਾਸ਼ਤ ਕਰਨ ਦੀ, ਸਹਿਣਸ਼ੀਲ ਕਰਨ ਦੀ, ਸਰਬੱਤ ਦੇ ਭਲੇ ਦੀ ਕਨਸੈਪਟ, ਫਿਰ ਹੀ ਤਬਦੀਲੀ ਆਉਣੀ। ਅਦਰਵਾਈਜ਼ ਡਰ ਕੇ ਜਾਂ ਇਹ ਤੋਂ ਭੱਜ ਕੇ ਨਹੀਂ ਆਪਾਂ ਬਚ ਸਕਦੇ। ਥੈਂਕ ਯੂ ਜੀ। ਠੀਕ ਹੈ ਜੀ, ਧੰਨਵਾਦ। ਸੁਰਪਾਲ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਰ ਤੇ ਹੋ। ਹਾਂਜੀ ਸਿੰਘ ਸਾਹਿਬ,
ਸਟੋਰ ਦੇ ਵਿਚ ਖੜਾ ਸੀ, ਮੈਂ ਉੱਥੇ ਕੁਛ ਖਰੀਦ ਰਿਹਾ ਸੀ ਤੇ ਮੇਰੇ ਕੋਲ ਕੋਈ ਆ ਕੇ ਖੜ ਗਿਆ ਤੇ ਮੈਂ ਉਹਨਾਂ ਗੱਲਾਂ ਕਰਨ ਲੱਗ ਪਿਆ ਤਾਂ ਅਸਲ ਵਿਚ ਉਹਦੇ ਆਉਣ ਦਾ ਮੇਰੇ ਕੋਲ ਕਾਰਨ ਕੋਈ ਹੋਰ ਸੀ। ਉਹਨੇ ਮੈਨੂੰ ਸਮਝਿਆ ਵੀ ਮੈਂ ਮੁਸਲਮਾਨ ਹੈਗਾ ਤੇ ਉਹਨੇ ਮੈਨੂੰ ਪੁੱਛਿਆ ਵੀ ਕਹਿੰਦਾ ਹੁਣ ਤੁਸੀਂ ਜਿਹੜੇ ਆ ਤੁਸੀਂ ਲੋਕਡਾਊਨ ਕਰੋਗੇ ਕੀ ਕਰੋਗੇ? ਪਹਿਲਾਂ ਮੈਂ ਕਿਹਾ ਵੀ ਦੇਖ ਭਰਾਵਾ ਵੀ ਮੈਂ ਮੁਸਲਮਾਨ ਤਾਂ ਨਹੀਂ, ਪਰ ਜਿਹੜੀ ਗੱਲ ਤੂੰ ਕਹਿੰਦਾ ਆ ਵੀ ਸਾਡੀਆਂ ਵੀ ਏਦਾਂ ਗੈਦਰਿੰਗ ਹੁੰਦੀਆਂ ਗੁਰਦੁਆਰਿਆਂ ਚ, ਜੇ ਲੋਕਡਾਊਨ ਕਰ ਲਿਆ ਫਿਰ ਤਾਂ ਉਹ ਜਿੱਤ ਗਈ ਜਿਹੜੀ ਮੈਂਟੈਲਿਟੀ ਹੈਗੀ ਆ। ਹੁਣ ਇਸੇ ਤਰ੍ਹਾਂ ਹੀ ਨਗਰ ਕੀਰਤਨ ਆ, ਠੀਕ ਆ, ਹਾਂ ਇਹ ਇੱਕ ਹਾਦਸਾ ਹੋਣ ਦੀ ਜਗ੍ਹਾ ਹੋ ਸਕਦੀ ਆ, ਜਿੱਦਾਂ ਪਿਛਲੇ ਕਾਲਰ ਦੱਸ ਕੇ ਗਿਆ ਉਹ ਤਾਂ ਕਿਤੇ ਵੀ ਹੋ ਸਕਦਾ ਆ। ਜੇ ਕਹੀਏ ਵੀ ਇਹ ਇੱਕ ਜਗ੍ਹਾ ਹੈਗੀ ਆ, ਜੇ ਇਹਨੇ ਇਹੋ ਜਿਹਾ ਕੋਈ ਕੰਮ ਕਰਨਾ ਉਹਨ ਆਪਣਾ ਕੰਮ ਕਰਨਾ ਆ, ਦੁਨੀਆ ਨੇ ਆਪਣੀ ਜ਼ਿੰਦਗੀ ਜੀਣੀ। ਸਭ ਤੋਂ ਵਧੀਆ ਗੱਲ ਇਹੋ ਹੀ ਆ ਜਦੋਂ ਇਹੋ ਜਿਹਾ ਬੰਦੇ ਕੋਈ ਘਿਨਾਉਣੇ ਕੰਮ ਕਰਦੇ ਆ, ਡਰਾਉਂਦੇ ਆ, ਤੇ ਉਹਨਾਂ ਨੂੰ ਦੱਸੋ ਵੀ ਭਾਈ ਤੁਸੀਂ ਜੋ ਕਰਨਾ ਚਾਹੁੰਦੇ ਹੋ ਉਹ ਸਾਡੇ ਦਿਲ ਵਿੱਚ ਉਹ ਭੈ ਨਹੀਂ ਬੈਠਾ। ਦੂਸਰੀ ਗੱਲ ਜਿਹੜੀ ਹੈਗੀ ਆ, ਕਹਿੰਦੇ ਆ ਵੀ ਮੋਹਰਿਓਂ ਤੁਰੇ ਆਉਂਦੇ ਆ ਪਿੱਛਿਓਂ ਤੁਰੇ ਆਉਂਦੇ, ਬਿਲਕੁਲ ਇਸੇ ਤਰ੍ਹਾਂ ਹੀ ਹੁੰਦਾ ਹੈਗਾ ਆ। ਮੈਂ ਵੀ ਹਰ ਸਾਲ ਉੱਥੇ ਆਉਂਦਾ ਆ ਤੇ ਪਰ ਜਦੋਂ ਮੈਂ ਇੱਕ ਗੱਲ ਦੇਖੀ ਆ, ਜਦੋਂ ਗੁਰੂ ਸਾਹਿਬ ਦੀ ਸਵਾਰੀ ਆ ਜਾਂਦੀ ਆ ਫਿਰ ਸਾਰੇ ਇੱਕਦਮ ਦੂਜਾ ਕਿੰਨਾ ਖੜ ਜਾਂਦੇ ਆ ਉੱਥੇ, ਫਿਰ ਉਹ ਜਿਹੜਾ ਸਤਿਕਾਰ ਹੋਣਾ ਚਾਹੀਦਾ ਉਹ ਸਤਿਕਾਰ ਹੁੰਦਾ ਆ, ਫਿਰ ਉੱਥੇ ਆਪਧਾਪ ਨਹੀਂ ਹੁੰਦੀ, ਫਿਰ ਉਹ ਗੱਲ ਨਹੀਂ ਹੁੰਦੀ। ਜੇ ਅਸੀਂ ਕਹੀਏ ਵੀ ਉਹ ਸਾਰੇ ਦੇ ਸਾਰੇ ਇੱਕੋ ਸਰਕਲ ਦੇ ਵਿੱਚ ਪੈ ਜਾਣ ਤਾਂ ਕਈਆਂ ਨੇ ਕੋਈ ਉੱਥੇ ਘੰਟੇ ਲਈ ਆਇਆ, ਕੋਈ ਚੌਂ ਘੰਟਿਆਂ ਲਈ ਆਇਆ, ਕੋਈ ਅੱਧੇ ਘੰਟੇ ਲਈ ਆਇਆ, ਅਸੀਂ ਫਿਰ ਤਾਂ ਲੋਕਾਂ ਨੂੰ ਬੰਦਿਸ਼ਾਂ ਚ ਬੰਨ ਦਿੱਤਾ। ਉਹ ਗੱਲ ਨਹੀਂ ਰਹਿਣੀ ਜਿਹੜਾ ਇਸ ਵੇਲੇ ਉੱਥੇ ਆਨੰਦ ਬਣਦਾ। ਬਾਕੀ ਲੰਗਰਾਂ ਦੀ ਜਿਹੜੀ ਗੱਲ ਹੈਗੀ ਆ, ਠੀਕ ਆ, ਇਹ ਜਿਹੜੇ ਆ ਪੈਸੇ ਕਿਤੇ ਵਧੀਆ ਜਗ੍ਹਾ ਵੀ ਵਰਤੇ ਜਾ ਸਕਦੇ, ਪਰ ਜੇ ਪੈਸਿਆਂ ਨਾਲ ਧਰਮ ਖਰੀਦ ਹੁੰਦਾ ਹੁੰਦਾ ਤਾਂ ਫਿਰ ਸਾਡੇ ਗੁਰੂ ਸਾਨੂੰ ਕਹਿੰਦੇ ਵੀ ਪੈਸੇ ਦੇ ਕੇ ਧਰਮ ਚ ਇੱਕ ਦੂਜਾ ਸ਼ਾਮਿਲ ਕਰੋ। ਗੁਰੂ ਸਾਹਿਬ ਨੇ ਤੇ ਕਿਹਾ ਅਰਥ ਕਰੋ, ਨਾਮ ਜਪੋ, ਵੰਡ ਸਕੋ। ਇਹ ਜਿੱਦਾਂ ਇੱਕ ਨਗਰ ਕੀਰਤਨ ਚ ਆ ਕੇ, ਹਾਂ ਇੱਕ ਤੁਹਾਡਾ ਬਹੁਤ ਸੋਹਣਾ ਦਾ ਲੋਕਾਂ ਨੂੰ ਪ੍ਰੈਜੈਂਟੇਸ਼ਨ ਹੁੰਦੀ ਆ ਵੀ ਇਹ ਇੱਕ ਕੋਈ ਧਰਮ ਹੈਗਾ ਆ, ਇਹਦੇ ਬਾਰੇ ਵੀ ਪੜਿਆ ਜਾਵੇ, ਜਿਹੜਾ ਅਸੀਂ ਕਹਿੰਦੇ ਲਿਟਰੇਚਰ ਉੱਥੇ ਵੰਡਿਆ ਜਾਵੇ। ਹਾਂ ਇਹ ਉਸੇ ਤਰ੍ਹਾਂ ਦੀ ਗੱਲ ਆ, ਇੱਕ ਤੁਸੀਂ ਲੋਕਾਂ ਦੇ ਮਨ ਵਿੱਚ ਸਟਾਰਟਰ ਲਾਉਂਦੇ ਆ। ਹੁਣ ਅੱਜ ਕਲੀਅਰ ਵਾਟਰ ਚ ਬੜੀ ਸੋਹਣੀ ਗੱਲ ਉਹਨੇ ਕੀਤੀ ਹੈ ਕਿ ਉਹਨੇ ਬਿਲਕੁਲ ਜੀ ਸਕੂਲ ਲਈ ਸਕਾਲਰਸ਼ਿਪ ਰੱਖ ਦਿੱਤੀ ਹੈਗੀ ਆ, ਉਹ ਜਿਹੜੇ ਵੀ ਉੱਥੇ ਵਧੀਆ ਜਿਹੜੇ ਇੰਟੈਲੀਜੈਂਟ ਬੱਚੇ ਹੋਊਗੇ ਉਹਨਾਂ ਨੂੰ ਹਰ ਸਾਲ ਜਿਹੜਾ ਉਹ ਸਭ ਤੋਂ ਜਿਹੜਾ ਇੰਟੈਲੀਜੈਂਟ ਹੋਊ ਉਹਨੂੰ ਉਹ ਸਕਾਲਰਸ਼ਿਪ ਮਿਲੂਗੀ, ਉਹ ਤੁਹਾਡਾ ਸਦਾ ਲਈ ਇੱਕ ਤਰ੍ਹਾਂ ਨਾਲ ਅੰਬੈਸਡਰ ਬਣ ਗਿਆ। ਸੋ ਉਹ ਉਪਰਾਲੇ ਹਰ ਕੋਈ ਆਪੋ ਆਪਣੇ ਹਿਸਾਬ ਨਾਲ ਕਰਦਾ ਹੈਗਾ ਆ, ਉਹਨਾਂ ਚੋਂ ਇਹ ਵੀ ਇੱਕ ਉਪਰਾਲਾ ਹੈਗਾ ਆ ਜਿਹੜਾ ਜੀਵਤ ਅਨੁਸਾਰ ਜਿੱਥੇ ਕਰ ਸਕਦਾ ਕਰਨਾ ਚਾਹੀਦਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ, ਵਾਹਿਗੁਰੂ ਜੀ ਫਤਿਹ। ਕੁਲਾਰ ਸਾਹਿਬ ਤੇ ਸਾਹ ਹਰਦੇਵ ਸਿੰਘ ਜੀ ਉਡੀਕਿਓ, ਮੈਂ ਵਪਾਰਕ ਸੰਦੇਸ਼ ਲੈ ਲਵਾਂ ਇੱਕ ਪਲੀਜ਼। ਤੁਹਾਡੇ ਕੰਸਰਨ ਜਿਹੜੇ ਅਲੱਗ ਅਲੱਗ ਕਾਲਰਸ ਵੱਲੋਂ ਅਲੱਗ ਅਲੱਗ ਆ ਰਹੇ ਨੇ, ਇਹਦਾ ਓਵਰਆਲ ਇੱਕੋ ਹੀ ਇਹਦੀ ਅਟੈਂਪਟ ਹੈ ਕਿ ਇਹ ਸਾਡੇ ਵੱਡੇ ਦਿਨ ਨੇ, ਇਹਨਾਂ ਨੂੰ ਹੋਰ ਵਧੀਆ ਕਿਵੇਂ ਆਪਾਂ ਬਣਾ ਸਕੀਏ, ਜਿਹਦੇ ਖਾਲਸਾ ਜਾਹੋ ਜਲਾਲ, ਸਾਡਾ ਪ੍ਰਗਟਾ, ਸਾਡਾ ਖਾਲਸਾ ਸਾਜਨਾ ਦਿਵਸ, ਸਾਹਿਬ ਆਲਮ ਦਾ ਸਤਿਕਾਰ, ਇਹ ਕਿਵੇਂ ਕੀਤਾ ਜਾਵੇ? ਗੁਰਚਰਨ ਕੁਲਾਰ ਜੀ ਲਾਈਨ ਨੰਬਰ 3। ਸਤਿ ਸ੍ਰੀ ਅਕਾਲ ਬਾਈ ਜੀ, ਪਹਿਲਾਂ ਤਾਂ ਵੈਲਕਮ ਬੈਕ ਜੀ, ਬਹੁਤ ਹੀ ਤੁਹਾਡਾ ਪ੍ਰੋਗਰਾਮ ਹੀ ਆਪਣੇ ਆਪ ਦੇ ਵਿੱਚ ਇੱਕ ਗਿੱਲ ਸਾਹਿਬ ਬਹੁਤ ਚੇਤਨਾ ਆ, ਕਿਉਂਕਿ ਬਹੁਤ ਵੱਡੀ ਤਾਦਾਦ ਵਿੱਚ ਜਿਹੜੇ ਸਰੋਤੇ ਸੁਣਦੇ ਆ, ਸੋ ਇੱਕ ਪ੍ਰੋਗਰਾਮ ਹੀ ਆਪਣੇ ਆਪ ਦੇ ਵਿੱਚ ਇੱਕ ਚੇਤਨਾ ਆ। ਔਰ ਦੂਸਰੀ ਗੱਲ, ਅੱਜ ਤੱਕ ਜਿਹੜਾ ਆ ਉਹ ਪਰਮਾਤਮਾ ਦੀ ਕਿਰਪਾ ਰਹੀ ਆ, ਕਿਉਂਕਿ ਸਿੱਖ ਕੌਮ ਜਾਂ ਖਾਲਸੇ ਦਾ ਹਮੇਸ਼ਾ ਹੀ ਪਿਆਰ ਹੀ ਆ ਹਰੇਕ ਦੇ ਨਾਲ। ਇਹ ਜਿਹੜੀਆਂ ਗੱਲਾਂ ਨਿਊਜ਼ੀਲੈਂਡ ਜਾਂ ਹੋਰ ਵੀ ਸਾਡੇ ਕੰਟਰੀ ਚ ਵੀ ਹੁੰਦੀਆਂ ਆ, ਇਹਨਾਂ ਦਾ ਮੈਂ ਵਿਸਤਾਰ ਚ ਨਹੀਂ ਜਾਣਾ, ਸਮਝ ਹੀ ਜਾਣਾ ਸਾਰਿਆਂ ਨੇ ਕਿ ਇਹਨਾਂ ਦਾ ਜਿਹੜਾ ਆਪਸੀ ਕਿੱਥੋਂ ਗੱਲ ਕਿੱਥੇ ਚ ਉਹਨਾਂ ਨੇ ਸਾਡੇ ਅਸੀਂ ਉਹਨਾਂ ਦੇ। ਸੋ ਖਾਲਸੇ ਦਾ ਅੱਜ ਤੱਕ ਅਸੀਂ ਤਾਂ ਹਮੇਸ਼ਾ ਹੀ ਰਣ ਸਿੰਘ, ਤੁਹਾਨੂੰ ਪਤਾ ਹੀ ਆ ਦੁਨੀਆਂ ਦੇ ਵਿੱਚ ਉਹੋ ਜਿਹੀਆਂ ਥਾਵਾਂ ਤੇ ਵੀ ਭਾਈ ਘਨੱਈਆ ਸਾਹਿਬ ਦੀ, ਭਾਈ ਘਨੱਈਆ ਜੀ ਦੀ ਸੇਵਾ ਨਿਭਾ ਰਹੇ ਆ। ਸੋ ਬਾਕੀ ਤਾਂ ਪਰਮਾਤਮਾ ਦੀ ਤੁਹਾਡੇ ਮੁਲਕ ਚ ਤਾਂ ਕਿਰਪਾ ਆ, ਦੂਜਾ ਪੰਜਾਬ ਵਸਦਾ, ਸੋ ਆਪਣੇ ਇੰਨੇ ਮੈਂਬਰ ਪਾਰਲੀਮੈਂਟ ਉੱਥੇ ਬੈਠੇ ਆ। ਸੋ ਮੈਨੂੰ ਨੀ ਲੱਗਦਾ, ਬਾਕੀ ਪ੍ਰੋਗਰਾਮ ਆਪਣੇ ਆਪ ਦੇ ਵਿੱਚ ਇੱਕ ਜਿਹੜੀ ਚੇਤਨਾ ਆ, ਸੋ ਬਹੁਤ ਹੀ ਸ਼ਾਨਦਾਰ, ਔਰ ਪ੍ਰਮਾਤਮਾ ਇਹਨੂੰ ਹੋਰ ਵੀ ਸੋਹਣਾ ਕਰੇ। ਸਾਨੂੰ ਮਾਣ ਹੁੰਦਾ, ਫੋਟੋਆਂ ਦੇਖ ਕੇ ਸਾਨੂੰ ਤੇ ਚਾਹ ਚੜ ਜਾਂਦਾ ਵਾ ਕਿ ਸਹੀ ਸੱਚੀ ਗੱਲ ਪੁੱਛੋ ਤਾਂ ਵੀ ਵਾਕਿਆ ਹੀ ਆਉਣਾ ਵੀ ਚਾਹੀਦਾ, ਇੰਨਾ
ਤੁਸੀਂ ਇੱਕ ਵਾਰ ਪਲਾਨ ਕਰਿਓ ਟ੍ਰਿਪ ਆਪਣਾ, ਐਤਕੀ ਨੀ ਅਗਲੀ ਵਾਰ ਆ ਜਾਇਓ, ਜ਼ਰੂਰ ਆਇਓ ਇੱਕ ਵਾਰ ਕਲਾਸ ਸਾਹਿਬ, ਜ਼ਰੂਰ ਆਇਓ, ਬਹੁਤ ਵੱਡਾ ਦਿਨ ਹੈ। ਅਗਲੀ ਵਾਰ ਗਿੱਲ ਸਾਹਿਬ ਆਵਾਂਗਾ, ਨਾਲੇ ਮੈਂ ਕੋਈ ਨਾ ਕੋਈ ਮੈਰਾਥਨ ਵੀ ਬੁੱਕ ਕਰਕੇ ਪਹਿਲਾਂ ਆਊਂਗਾ, ਫਿਰ ਨਾਲੇ ਕੁਝ ਦੌੜਾਂਗੇ, ਨਾਲੇ ਆਪਾਂ ਜ਼ਰੂਰ ਸ਼ਾਮਿਲ ਹੋਵਾਂਗੇ। ਧੰਨਵਾਦ, ਬਹੁਤ ਚੜ੍ਹਦੀ ਬਹੁਤ ਵਧੀਆ, ਹਾਂ ਉਸਨੂੰ ਆਰਗੇਨਾਈਜ਼ ਕਰੂੰਗਾ ਵਧੀਆ ਤਰੀਕੇ। ਸਾਹ ਹਰਦੇਵ ਸਿੰਘ ਜੀ, ਲਾਈਨ ਨੰਬਰ 4। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਵੀਰ ਜੀ। ਮੇਰਾ ਤਾਂ ਸੁਝਾਅ ਇਹ ਹੈ ਜੀ ਵੀ ਦੇਖੋ ਦਿਨ ਇਹ ਠੀਕ ਆ ਬਹੁਤ ਵੱਡਾ ਆਪਣੇ ਲਈ, ਪਰ ਜੇ ਮੇਰਾ ਤਾਂ ਸੁਝਾਅ ਹੀ ਆ, ਚਾਹੇ ਕਿਸੇ ਨੂੰ ਚੰਗਾ ਲੱਗੇ ਸ਼ਾਇਦ ਨਾ, ਵੀ ਜੇ ਇਹ ਆਪੋ ਆਪਣੇ ਟਾਊਨਾਂ ਦੇ ਵਿੱਚ ਆਪਣੇ ਦੋ ਦੋ ਤਿੰਨ ਤਿੰਨ ਗੁਰੂ ਘਰ ਬਣੇ ਹੋਏ, ਜੇ ਆਪੋ ਆਪਣੇ ਟਾਊਨਾਂ ਦੇ ਵਿੱਚ ਮਨਾਇਆ ਜਾਵੇ ਇਹ ਤਾਂ ਏਡਾ ਇਕੱਠ ਹੀ ਹੋਵੇ ਫਿਰ, ਤੇ ਟਾਊਨਾਂ ਦੇ ਵਿੱਚ ਪਾਰਕਾਂ ਦੇ ਵਿੱਚ ਲੰਗਰ ਲਾਇਆ ਜਾਵੇ, ਹੋਰ ਕਮਿਊਨਿਟੀਆਂ ਨੂੰ ਸਿਖਾਇਆ ਜਾਵੇ, ਛੋਲੇ ਭਟੂਰੇ ਬਣਾ ਕੇ ਆਪਾਂ ਆਪ ਹੀ ਖਾ ਲੈਣੇ, ਮੈਨੂੰ ਤਾਂ ਨੀ ਲੱਗਦਾ ਇਹਦੀ ਕੋਈ, ਇਹਦਾ ਲੋੜ ਬੰਦ ਲਈ ਬਣਿਆ ਸੀਗਾ ਲੰਗਰ ਤਾਂ, ਤੇ ਇਹੀ ਮੈਂ ਸੁਝਾਅ ਦੇਣਾ ਸੀਗਾ। ਤੇ ਬਾਕੀ ਜੇ ਜ਼ਿਆਦਾ ਸਿਕਿਉਰਿਟੀ ਕਰਨੀ ਆ ਤਾਂ ਫਿਰ ਸਾਦਾ ਲੰਗਰ ਕਰ ਦਿਓ, ਜਿਵੇਂ ਦਰਬਾਰ ਸਾਹਿਬ 'ਚ ਦਾਲ ਰੋਟੀ ਬਣਦੀ ਆ ਇਕੱਲੀ, ਤੇ ਫਿਰ ਸਿਕਿਉਰਿਟੀ ਦੀ ਲੋੜ ਹੀ ਨੀ ਪੈਣੀਗੀ, 40-50 ਹਜ਼ਾਰ ਕੀ ਜਾਇਆ ਕਰੂਗਾ। ਠੀਕ ਆ ਜੀ ਸਰਵਾ ਜੀ, ਨਹੀਂ ਖੈਰ ਇਹ ਨੀ ਗੱਲ ਹੈ, ਛੋਟੇ ਗੁਰੂ ਘਰ ਛੋਟੇ ਸ਼ਹਿਰਾਂ 'ਚ ਸਾਰੇ ਆਪਾਂ ਨਗਰ ਕੀਰਤਨ ਸਜਾਉਂਦੇ ਹਾਂ, ਤੇ ਇਕੱਲੇ ਲੰਗਰ ਲਈ ਵੀ ਨੀ ਸੰਗਤ ਆਉਂਦੀ, ਇਹ ਵੀ ਨੀ ਗੱਲ ਹੈ। ਦਿਨ ਸਾਡਾ ਬਹੁਤ ਬੜਾ, ਕੋਈ ਨਾ ਕੋਈ ਦਿਨ ਇੱਕ ਮਿੱਥਿਆ ਜਾਂਦਾ, ਜਿਵੇਂ ਟੂਰਨਾਮੈਂਟ ਛੋਟੇ ਛੋਟੇ ਪਿੰਡਾਂ ਸਾਰੇ ਹੁੰਦੇ ਨੇ, ਫਿਰ ਇੱਕ ਵੱਡਾ ਟੂਰਨਾਮੈਂਟ ਹੁੰਦਾ ਜਿਹਦੇ ਲਈ ਵੱਡੇ ਇਕੱਠ ਹੁੰਦੇ ਨੇ। ਇਹ ਇੱਕ ਸਾਡੀ ਸ਼ਾਖ ਹੈ, ਇਹ ਸਾਡੀ ਜਗ੍ਹਾ ਹੈ, ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦਾ ਇਹ ਦਿਨ ਬਹੁਤ ਵੱਡਾ, ਖਾਲਸੇ ਦਾ ਦਿਨ ਹੈ, ਉਹ ਔਰਗੇਨਾਈਜ਼ ਕਰਦੇ ਨੇ, ਔਰ ਔਰਗੇਨਾਈਜ਼ ਕਰਨਾ ਬਹੁਤ ਔਖਾ, ਚਾਰ ਚਾਰ ਪੰਜ ਪੰਜ ਮਹੀਨੇ ਹੋ ਗਏ ਲੱਗਿਆਂ ਨੂੰ, ਫਲੋਰ ਤਿਆਰ ਕਰਨੇ, ਬੜੇ ਕਾਗਜ਼ ਪੱਤਰ ਨੇ ਸਿਟੀ ਨਾਲ ਕਰਨੇ, ਬੜਾ ਕੁਛ ਚੱਲ ਰਿਹਾ ਇਹਦੇ 'ਚ, ਪਰ ਅਸੀਂ ਇਸ ਨੂੰ ਭਾਵਨਾ ਬਣਾਉਣਾ। ਹੋਰ ਟਿਪਸ ਜਿਹੜੀਆਂ ਅਗਲੇ ਹਫ਼ਤੇ ਮੈਂ ਸ਼ੁਰੂ ਕਰਨੀਆਂ ਨੇ ਵੀ ਅਸੀਂ ਕੀ ਕਰੀਏ, ਅੱਜ ਮੈਂ ਸੇਫਟੀ ਦੇ ਕੰਸਰਨ ਤੇ ਗੱਲ ਕਰ ਰਿਹਾ ਕਿ ਸੇਫਟੀ ਦਾ ਕੰਸਰਨ ਕੀ ਹੋ ਸਕਦਾ। ਸੈਮ ਜੀ, ਲਾਈਨ ਨੰਬਰ 5। ਸਰ ਮੈਂ ਇੱਥੋਂ ਸ਼ੁਰੂ ਕਰਦਾ ਵੀ ਜਿਹੜਾ ਹਿੰਦੂ ਸਮਾਜ ਹੈ ਨਾ, ਉਹ ਆਰਗੇਨਾਈਜ਼ ਨਹੀਂ ਹੈਗਾ, ਆਰਗੇਨਾਈਜ਼ ਨਾ ਹੋਣ ਕਰਕੇ ਉਹਨੂੰ ਖਾਮੀਆਂ ਬੜੀਆਂ, ਹਰ ਕੋਈ ਸੰਤ ਬਣ ਕੇ ਬਹਿ ਗਿਆ, ਕੋਈ ਗੁਰੂ ਬਣ ਕੇ ਬਹਿ ਗਿਆ, ਕੋਈ ਕੰਟਰੋਲ ਨਹੀਂ ਸੀ ਕਿਸੇ ਦਾ, ਇਸ ਲਈ ਵਧੀਆ ਹੋਣ ਦੇ ਬਾਵਜੂਦ ਵੀ ਕਈ ਚੀਜ਼ਾਂ ਮਾੜੀਆਂ ਸਾਨੂੰ ਦਿਸਾੜਾ ਪੈਂਦੀਆਂ, ਉਹ ਆਹ ਸੀ ਯਾਰ ਆਹ ਸੀ, ਪਰ ਸਿੱਖ ਧਰਮ ਅਜਿਹਾ ਨਹੀਂ ਹੈਗਾ, ਇਹ ਆਰਗੇਨਾਈਜ਼ ਰਿਲੀਜ਼ਨ ਆ, ਇਹਦੇ ਉੱਪਰ ਬੈਠੇ ਆ, ਤੇ ਸਾਡੇ ਜੇ ਖਾਸੀਅਤ ਹੈ ਵੀ ਅਸੀਂ ਜਦੋਂ ਦੇਖਾਂਗੇ ਵੀ ਇਹ ਸਿੱਖ ਧਰਮ ਨੂੰ ਬਾਹਲਾ ਫਾਇਦੇਮੰਦ ਨਹੀਂ ਸਕਦਾ, ਅਸੀਂ ਉਹਨੂੰ ਕੰਟਰੋਲ ਕਰ ਸਕਦੇ ਹਾਂ। ਮੇਰਾ ਜਿਹੜਾ ਕੰਸਰਨ ਹੈ ਵੀ ਠੀਕ ਆ ਸਾਡਾ ਨਗਰ ਕੀਰਤਨ ਹੋਣੇ ਚਾਹੀਦੇ ਆ, ਪਰ ਟਾਊਨ ਦੇ ਵਿੱਚ ਇੱਕ ਹੋ ਜਾਵੇ, ਏਦਾਂ ਨਾ ਹੋਣ ਵੀ ਹਰ ਇੱਕ ਗੁਰਦੁਆਰਾ ਹੀ ਲੱਗ ਜਾਵੇ ਵੀ ਮੈਂ ਚਲੋ ਹੁਣ ਇਹਨਾਂ ਨੇ ਇਹਦਾ ਹੀ ਕਰ ਲਿਆ ਤੇ ਮੈਂ ਇਹਦਾ ਕਰ ਲਵਾਂ, ਉਹਦੇ ਪਿੱਛੇ ਮਨਸ਼ਾ ਸਾਨੂੰ ਦਿਸਦੀ ਹੁੰਦੀ ਵੀ ਗੁਰਦੁਆਰਿਆਂ ਦਾ ਆਪਣਾ ਕੋਈ ਹਿੱਤ ਹੁੰਦੇ ਆ, ਉਹ ਹਿੱਤ ਨੂੰ ਸਿੱਖ ਧਰਮ ਜ਼ਰੂਰ ਸਮਝੇ ਵੀ ਇਹ ਖੇਡਣ ਚੀਜ਼ਾਂ। ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਇਕੱਠੇ ਹੁੰਦੇ ਹਾਂ ਕੋਈ ਬਾਹਰ ਸਾਡੀ ਕਮਿਊਨਿਟੀ ਖੁਸ਼ ਹੁੰਦੀ ਆ, ਬਾਹਰਲੀ ਕਮਿਊਨਿਟੀ ਬਾਹਲੀ ਖੁਸ਼ ਨਹੀਂ ਹੁੰਦੀ ਹੈ, ਔਰ ਜਿਸ ਜਗ੍ਹਾ ਤੇ ਰਹਿ ਰਹੇ ਆ ਸਾਡੇ ਬੈਨੀਫਿਟ 'ਚ ਕੀ ਆ, ਸਾਨੂੰ ਇਹ ਸੋਚਣਾ ਬਹੁਤ ਜ਼ਰੂਰੀ ਆ। ਧੰਨਵਾਦ ਜੀ। ਗਿਆਨ ਸਿੰਘ ਜੀ ਗਿੱਲ ਗੁਰਦੁਆਰਾ ਸਾਹਿਬ ਦਰਬਾਰ ਤੋਂ ਨੇ ਮੇਰੇ ਨਾਲ, ਲਾਈਨ ਨੰਬਰ 2, ਸਵਾਗਤ ਹੈ ਜੀ ਤੁਹਾਡਾ। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਤੁਹਾਨੂੰ ਫਿਰ ਸੁਣ ਰਹੀ ਹੈ ਸਮੁੱਚੀਆਂ ਸੰਗਤਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਵੀਰ ਜੀ, ਸੰਗਤਾਂ ਨੂੰ ਬਹੁਤ ਅੱਛੇ ਅੱਛੇ ਵਿਚਾਰ ਜਿਹੜੇ ਨੇ ਉਹ ਨਗਰ ਕੀਰਤਨ ਬਾਰੇ ਆਪੋ ਆਪਣੇ ਸੁਝਾਅ ਦੇ ਰਹੀਆਂ ਨੇ, ਉਹਦੇ ਵਾਸਤੇ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਪਹਿਲਾਂ ਕਿ ਆਪਾਂ ਗੱਲ ਸ਼ੁਰੂ ਕਰੀਏ, ਮੈਂ ਚਾਹੁੰਦਾ ਕਿ ਥੋੜਾ ਪ੍ਰੋਗਰਾਮਾਂ ਦਾ ਵੇਰਵਾ ਜ਼ਰੂਰ ਸੰਗਤ ਨੂੰ ਦੱਸ ਦਿੱਤਾ ਜਾਵੇ। 14 ਤਰੀਕ ਦਿਨ ਐਤਵਾਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਆਰੰਭ ਹੋਵੇਗੀ ਸਵੇਰੇ ਜੀ, ਤੇ ਉਸੇ ਦਿਨ ਤੋਂ ਜਿਹੜੇ ਨਗਰ ਕੀਰਤਨ ਦੇ ਖਾਲਸਾ ਜੀ ਦੇ ਸਾਜਨਾ ਤੇ ਸਨੇਹੜੇ ਜੋੜ ਮੇਲੇ ਨੇ ਉਹ ਪੂਰਾ ਹਫ਼ਤਾ ਚੱਲਣਗੇ। 19 ਤਰੀਕ ਦਿਨ ਸ਼ੁੱਕਰਵਾਰ ਨੂੰ ਸਾਰਾ ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤਾਂ ਪਹੁੰਚ ਕਰਕੇ ਜਿੱਥੇ ਗੁਰੂ ਦਰਬਾਰ ਦੇ ਵਿੱਚ ਕੀਰਤਨ ਸਰਵਣ ਕਰਦੀਆਂ ਨੇ, ਬਾਹਰ ਢਾਡੀ ਸਿੰਘਾਂ ਦੇ ਦੀਵਾਨ ਲੱਗਦੇ ਨੇ ਔਰ ਇਸੇ ਤਰ੍ਹਾਂ ਲੰਗਰ ਵਗੈਰਾ ਲੱਗਦੇ ਨੇ, ਸਾਰੀਆਂ ਸੰਗਤਾਂ ਉੱਥੇ ਪਹੁੰਚਦੀਆਂ ਨੇ, ਬੱਚਿਆਂ ਦੀਆਂ ਰਾਈਡਸ ਹੁੰਦੀਆਂ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਸਾਰੀ ਦਿਹਾੜੀ ਸੰਗਤਾਂ ਦਾ ਜੋੜ ਮੇਲਾ ਹੁੰਦਾ ਤੇ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੈ ਉਹ 20 ਤਰੀਕ ਦਿਨ ਸ਼ਨਿਚਰਵਾਰ ਨੂੰ ਸਵੇਰੇ 8 ਵਜੇ ਪੂਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਮੇਨ ਫਲੋਰ ਦੇ ਉੱਪਰ ਪਹੁੰਚ ਜਾਣਗੇ। ਅਰਦਾਸ ਉਪਰੰਤ ਜਿਹੜੇ ਪੰਜਾਂ ਪਿਆਰਿਆਂ ਦੀ ਗਵਾਹੀ ਹੇਠ ਸਤਿਗੁਰੂ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਜਿਹੜਾ ਆਰੰਭ ਹੋਵੇਗਾ ਤੇ ਰੂਟ ਜਿਹੜਾ ਆਪਣਾ ਉਹ ਪੁਰਾਣਾ ਹੀ ਆ, ਗੁਰਦੁਆਰਾ ਸਾਹਿਬ ਤੋਂ ਜਾ ਕੇ 128 ਦੇ ਉੱਪਰ 85 ਤੇ ਪਹੁੰਚ ਕੇ ਲਿਫਟ ਲੈ ਕੇ 82 ਤੇ ਜਾ ਕੇ ਫਿਰ ਰਾਈਟ ਕਰਕੇ 124 ਤੇ 124 ਤੇ ਸਿੱਧੇ ਜਾ ਕੇ 75 ਤੋਂ ਲੈਫਟ ਕਰਕੇ 128 ਤੇ ਪਹੁੰਚਣਾ
76 ਦੇ ਕੋਰਨਰ ਤੇ ਉੱਥੋਂ ਵਾਪਸੀ ਫਿਰ 4:30 ਦੇ ਕਰੀਬ ਗੁਰਦੁਆਰਾ ਸਾਹਿਬ ਵਿਖੇ ਵਾਪਸੀ ਹੁੰਦੀ ਹੈ। ਸੰਗਤਾਂ ਬਹੁਤ ਵੱਡੇ ਇਕੱਠ ਦੇ ਵਿੱਚ ਬਹੁਤ ਵੱਡੇ ਰੂਪ ਦੇ ਵਿੱਚ ਸਾਰੇ ਨੌਰਥ ਅਮਰੀਕਾ ਦੇ ਵਿੱਚ ਸੰਗਤਾਂ ਪਹੁੰਚਦੀਆਂ ਨੇ। ਉਹਦੇ ਵਾਸਤੇ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਵੱਲੋਂ ਹਰ ਸਾਲ ਦੀ ਤਰ੍ਹਾਂ ਜੀਆ ਆਖਿਆ ਜਾਂਦਾ। ਔਰ ਨਾਲ ਨਾਲ ਵੀਰ ਜੀ ਇਹ ਵੀ ਬੇਨਤੀ ਕਰ ਦੇਵਾਂ ਕਿ ਨਗਰ ਕੀਰਤਨ ਜਿਹੜਾ ਇਹ ਸੰਗਤਾਂ ਆਪ ਹੀ ਆਯੋਜਿਤ ਕਰਦੀਆਂ ਨੇ, ਲੇਕਿਨ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਸਥਾਨ ਬਣਿਆ ਉਹਨੂੰ ਸੰਗਤਾਂ ਇਹ ਮਾਣ ਬਖਸ਼ਦੀਆਂ ਨੇ। ਨਗਰ ਕੀਰਤਨ ਸਮੁੱਚੇ ਗੁਰਦੁਆਰਾ ਸਾਹਿਬਾਨ ਸਮੁੱਚੀਆਂ ਸੰਗਤਾਂ ਆਪ ਹੀ ਇਹਦੇ ਵਿੱਚ ਸਾਰੇ ਤਰ੍ਹਾਂ ਦਾ ਪ੍ਰਬੰਧ ਵੀ ਕਰਦੀਆਂ ਨੇ ਤੇ ਸ਼ਮੂਲੀਅਤ ਵੀ ਕਰਦੀਆਂ ਨੇ। ਔਰ ਸਭ ਤੋਂ ਵੱਡੀ ਗੱਲ ਵੀਰ ਜੀ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਚੇਂਜਸ ਇਹ ਆ ਗਈ ਆ ਕਿ ਜਿਹੜਾ ਨਗਰ ਕੀਰਤਨ ਆ ਉਹ ਸਿੱਖ ਕਮਿਊਨਿਟੀ ਹੋਸਟ ਕਰਦੀ ਆ, ਲੇਕਿਨ ਨਗਰ ਕੀਰਤਨ ਦੇ ਵਿੱਚ ਜਿਹੜੀ ਸ਼ਮੂਲੀਅਤ ਆ ਉਹ ਤਕਰੀਬਨ ਸਾਰੇ ਸਾਡੇ ਭਾਈਚਾਰੇ ਮੇਨ ਸਟ੍ਰੀਮ ਕਮਿਊਨਿਟੀ ਤੋਂ ਲੈ ਕੇ ਸਾਰੇ ਏਸ਼ੀਅਨ ਭਾਈਚਾਰੇ, ਸਾਰੇ ਅਫਰੀਕਨ ਭਾਈਚਾਰੇ, ਹੋਰ ਜਿੰਨੇ ਵੀ ਲੋਕ ਰਹਿ ਰਹੇ ਨੇ ਸਾਰੇ ਇਸ ਮਲਟੀ ਕਲਚਰ ਕੰਟਰੀ ਦੇ ਅੰਦਰ, ਸਾਰੇ ਹੀ ਬੜੇ ਪਿਆਰ ਤੇ ਸ਼ਰਧਾ ਦੇ ਨਾਲ ਸ਼ਮੂਲੀਅਤ ਕਰਦੇ ਨੇ। ਮੈਂ ਆਪਣੀ ਕਮਿਊਨਿਟੀ ਨੂੰ ਇੱਕੋ ਹੀ ਬੇਨਤੀ ਕਰਦਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਨਗਰ ਕੀਰਤਨ ਨੂੰ ਹੋਸਟ ਕਰਨ ਦੇ ਕਾਰਨ ਸਾਡਾ ਫਰਜ਼ ਬਣਦਾ ਕਿ ਅਸੀਂ ਹਰ ਇੱਕ ਪ੍ਰਾਣੀ ਜਿਹੜਾ ਕੋਈ ਵੀ ਜਿਹੜਾ ਗੁਰੂ ਨਾਨਕ ਨਾਮ ਲੇਵਾਂ ਸਿੱਖ ਹੈ ਉਹ ਆਏ ਹੋਏ ਹਰ ਇੱਕ ਪ੍ਰਾਣੀ ਨੂੰ ਜਿਉਂ ਆਖੇ, ਖਿੜੇ ਮੱਥੇ ਉਹਦਾ ਸਤਿਕਾਰ ਕਰੇ ਤੇ ਖਾਲਸਾ ਜੀ ਦਾ ਸਾਜਨਾ ਦਿਵਸ ਕੀ ਆ ਇਹਦੀ ਬਾਬਤ ਜਾਣਕਾਰੀ ਆਪ ਵੀ ਲਵੇ ਤੇ ਆਪਣੇ ਬੱਚਿਆਂ ਨੂੰ ਵੀ ਦੇਵੇ, ਤੇ ਜਦੋਂ ਕੋਈ ਪੁੱਛਦਾ ਕਿ ਦਿਨ ਕਿਉਂ ਮਨਾਇਆ ਜਾ ਰਿਹਾ ਤਾਂ ਉਹਦੀ ਬਾਬਤ ਉਹਨਾਂ ਨੂੰ ਜਾਣਕਾਰੀ ਜ਼ਰੂਰ ਦਿੱਤੀ ਜਾਵੇ, ਇਹ ਬੇਨਤੀ ਆ ਸੰਗਤਾਂ ਦੇ ਕਰਨਾ। ਠੀਕ ਹੈ ਜੀ, ਧੰਨਵਾਦ ਜੀ। ਗਿੱਲ ਗੁਰਦੁਆਰਾ ਸਾਹਿਬ ਤੋਂ ਗੱਲਬਾਤ ਕਰ ਰਹੇ ਸੀ। ਸਾਹਿਬ ਜਗਮੇਲ ਸਿੰਘ ਜੀ ਖਾਸ ਲਾਈਨ ਨੰਬਰ 3। ਹਾਂਜੀ ਸਿੰਘ ਸਾਹਿਬ ਜੀ, ਆਪ ਜੀ ਨੂੰ ਤੇ ਸਮੂਹ ਲਿਸਨਰਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਲ ਇਹ ਹੈ ਕਿ ਜੇ ਆਪਾਂ ਆਪਣੇ ਭਾਰਤ ਵਰਸ਼ ਵੱਲ ਝਾਤੀ ਮਾਰੀਏ ਤਾਂ ਅਬਚਲ ਨਗਰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਵਿੱਚ ਬੜਾ ਭਾਰਾ ਸੰਗਤਾਂ ਦਾ ਇਕੱਠ ਜੁੜਦਾ ਹੈ, ਔਰ ਹੋਲੇ ਮਹੱਲੇ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਬੜਾ ਹੀ ਵਿਸ਼ਾਲ ਇਕੱਠ ਹੁੰਦਾ ਹੈ। ਇਸੇ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਮਾਘੀ ਮੌਕੇ ਸ੍ਰੀ ਦਮਦਮਾ ਸਾਹਿਬ ਤੇ ਅਲੱਗ ਅਲੱਗ ਸ਼ਹਿਰਾਂ ਦੇ ਵਿੱਚ ਵਿਸਾਖੀ ਵਾਲੇ ਦਿਨ ਇਹ ਨਗਰ ਕੀਰਤਨ ਦਾ ਪ੍ਰਬੰਧ ਹੁੰਦਾ ਹੈ। ਗੁਰੂ ਸਾਹਿਬ ਦੀ ਕਿਰਪਾ ਇੰਨੀ ਰਹਿੰਦੀ ਹੈ ਕਿ ਕਦੇ ਉਹਦੇ 'ਚ ਭਾਜੜ ਨਹੀਂ ਪਈ, ਜਦਕਿ ਅਸੀਂ ਅਖਬਾਰਾਂ 'ਚ ਪੜ੍ਹਦੇ ਹਾਂ ਪਿਛਲੇ ਲੰਮੇ ਸਮੇਂ ਤੋਂ ਕਿ ਫਲਾਨੇ ਥਾਂ ਧਾਰਮਿਕ ਜਲੂਸ ਦੇ ਵਿੱਚ ਆਹ ਹੋ ਗਿਆ ਤੇ ਆਹ ਹੋ ਗਿਆ। ਚਲੋ ਇਹ ਗੁਰੂ ਸਾਹਿਬ ਦੀ ਕਿਰਪਾ ਹੈ ਤੇ ਇੱਥੇ ਬਾਰੇ ਮੈਂ ਸੁਝਾਅ ਇਹ ਬੇਨਤੀ ਹੈ ਜਾਂ ਸੁਝਾਅ ਦੇਣਾ ਚਾਹੁੰਦਾ ਕਿ ਜੇ ਅਗਰ ਅਸੀਂ 50 ਕਿੱਲੇ ਪੈਲੀ ਇੱਕ ਜਗ੍ਹਾ ਲੈ ਕੇ ਤੇ ਉੱਥੇ ਸਾਰੇ ਹੀ ਗੁਰਦੁਆਰਾ ਸਾਹਿਬਾਨ ਜਿਹੜੇ ਹੈ ਸਮੂਹ ਸੰਗਤਾਂ ਇੱਕ ਜਗ੍ਹਾ ਉੱਥੇ ਸਮਾਗਮ ਮਨਾਇਆ ਜਾਵੇ ਤੇ ਸ਼ਬਦ ਚੌਂਕੀ ਉੱਥੇ ਨਗਰ ਕੀਰਤਨ ਦੇ ਰੂਪ ਵਿੱਚ ਜਿਹੜੀ ਹੈ ਉਹ ਕੱਢੀ ਜਾਵੇ, ਇੱਕ ਤਾਂ ਜਿਹੜੀ ਬਹੁਤ ਵੱਡੀ ਰਕਮ ਸਿਟੀ ਨੂੰ ਦੇਣੀ ਪੈਂਦੀ ਹੈ ਜਾਂ ਮੈਨੂੰ ਨਹੀਂ ਪਤਾ ਕਿ ਪੱਕਾ ਬਈ ਕਿੰਨੀ ਹੈ ਉਹ, ਪਰ ਸੁਣਨ ਵਿੱਚ ਆਇਆ ਕਹਿੰਦੇ $1,00,000 ਤੱਕ ਉਹ ਦੇਣਾ ਪੈਂਦਾ ਹੈ ਤੇ ਉਹਦਾ ਬਚਾਅ ਹੋ ਸਕਦਾ ਤੇ ਉਹਨੂੰ ਅਸੀਂ ਚੰਗੇ ਕੰਮਾਂ ਵਾਸਤੇ ਲਾ ਸਕਦੇ ਹਾਂ। ਤੇ ਹੋਰ ਕਿਸੇ ਨੂੰ ਉਹਦੇ ਬਾਰੇ ਕੋਈ ਜਿਵੇਂ ਹੁਣ ਪਹਿਲਾਂ ਆਪਣੇ ਇੱਕ ਕਲ ਜਿਹੜੇ ਆ ਆਮ ਤੌਰ ਤੇ ਕੀ ਮੈਂ ਨਾਂ ਭੁੱਲ ਗਿਆ ਉਹਨਾਂ ਦਾ, ਉਹ ਬੋਲਦੇ ਨੇ ਬਹੁਤ ਅੱਛਾ ਬੋਲੇ ਆ, ਉਹ ਕਹਿੰਦੇ ਦੂਜਿਆਂ ਨੂੰ ਕਈ ਤਕਲੀਫ ਮਹਿਸੂਸ ਕਰਦੇ ਆ ਉਹ ਵੀ ਨਹੀਂ ਹੋਏਗੀ, ਔਰ ਪਾਰਕਿੰਗ ਦਾ ਬੜਾ ਤਕੜਾ ਬੰਦੋਬਸਤ ਵੀ ਹੋ ਸਕਦਾ ਉਹਦੇ ਵਿੱਚ। ਤੇ ਇੰਨਾ ਕੁ ਮੈਂ ਕਹਿਣਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਤੁਹਾਡੇ ਦਰਸ਼ਨ ਕਰਨੇ ਨੇ ਜੀ ਇਸ ਵਾਰ ਨਗਰ ਕੀਰਤਨ ਵਾਲੇ ਵਰਸ। ਰਣਜੀਤ ਪੱਡਾ ਜੀ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਮੇਰਾ ਸੁਝਾਅ ਇਹ ਆ ਵੀ ਜੇ ਕਿਤੇ ਸੰਗਤ ਜਿਵੇਂ ਇੱਕ ਪਾਸੇ ਨੂੰ ਜਾਣ ਦੂਜੇ ਪਾਸੇ ਨੂੰ ਦੂਜੇ ਪਾਸੇ ਤੁਰ ਜਾਵੇ, ਜਿਵੇਂ ਇੱਕ ਦੂਜੇ ਵਿੱਚ ਲੋਕ ਵੱਜਦੇ ਫਿਰਦੇ ਉਹ ਨਾ ਵੱਜਣ, ਬੜਾ ਮਜ਼ਾ ਵੇਖਣ ਦਾ, ਤੁਰਨ ਫਿਰਨ ਦਾ ਮਜ਼ਾ ਸਾਰਾ ਬਹੁਤ ਆਵੇਗਾ। ਧੰਨਵਾਦ ਜੀ। ਹੈਲੋ ਹਾਂਜੀ, ਧੰਨਵਾਦ ਜੀ, ਥੈਂਕ ਯੂ। ਅਵਤਾਰ ਸਿੰਘ ਜੀ ਲਾਈਨ ਨੰਬਰ 5। ਦੇਖੋ ਜਿਹੜੀ ਜੇਕਰ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਮਹਾਨ
ਜਿਹੜੇ ਵਿਆਖਿਆਕਾਰ ਹੋਏ ਆ, ਜੇ ਤੁਸੀਂ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੋ ਵੀ ਤਾਂ ਉਹਦੇ ਵਿੱਚ ਵੀ ਬਹੁਤ ਚੀਜ਼ਾਂ ਕ੍ਰਿਟੀਸਾਈਜ਼ ਕੀਤੀਆਂ ਗਈਆਂ, ਜਿੱਦਾਂ ਕਿਹਾ ਗਿਆ ਵੀ ਬ੍ਰਾਹਮਣ ਗੁਰੂ ਹੈ ਜਾਗਤ ਕਾ, ਭਗਤਨ ਕਾ ਗੁਰੂ ਨਾਹੀਂ, ਅਰਚ ਉਜਤੇ ਮਚਮੂ ਆਚਾਰੇ ਵੇਦਾਂ ਮਾਹੀ, ਉਹ ਕ੍ਰਿਟੀਸਿਜ਼ਮ ਹੀ ਕੀਤਾ ਗਿਆ ਬੇਸਿਕਲ। ਅੰਧੇ ਗੁੰਗੇ ਅੰਧਾਧਾਰ, ਪਾਥਰ ਕੋ ਮੂੰਜੇ ਮੁਗਤ ਗਵਾਰ ਵੇ, ਪੱਥਰ ਨੂੰ ਕੁਛ ਕ੍ਰਿਟੀਸਾਈਜ਼ ਗਿਆ। ਹੁਣ ਇੱਥੋਂ ਸਾਨੂੰ ਸਹਿਣਸ਼ੀਲਤਾ ਦੀ ਇੱਕ ਝਲਕ ਮਿਲਦੀ ਹੈ। ਦੇਖੋ ਅਸੀਂ ਕਿਸੇ ਪਰਟੀਕੁਲਰ ਪਰਸਨ ਨੂੰ, ਕਿਸੇ ਰਿਲੀਜਨ ਨੂੰ ਜਾਂ ਕਿਸੇ ਕਮਿਊਨਿਟੀ ਨੂੰ ਕ੍ਰਿਟੀਸਾਈਜ਼ ਕੀਤਾ, ਬਟ ਕੀ ਉਹਦਾ ਰਿਫਲੈਕਟ ਕੀ ਸੀ? ਆਈਡੀਓਲੋਜੀ ਹੁੰਦੀ ਹੈ। ਹਰ ਬੰਦੇ ਦਾ ਜ਼ਿੰਦਗੀ ਨੂੰ ਦੇਖਣ ਦਾ, ਜਿਉਣ ਦਾ ਇੱਕ ਤਰੀਕਾ ਹੁੰਦਾ। ਤੁਸੀਂ ਤੁਹਾਡਾ ਜ਼ਿੰਦਗੀ ਨੂੰ ਦੇਖਣ ਦਾ ਨਜ਼ਰੀਆ ਵੱਖਰਾ, ਔਰ ਹਰ ਜ਼ਿੰਦਗੀ ਦਾ ਨਜ਼ਰੀਆ ਇੱਕ ਰਿਲੀਜਨ ਦੇ ਪੁਆਇੰਟ ਆਫ ਵਿਊ ਤੋਂ ਵੱਖਰਾ ਵੱਖਰਾ। ਅਸੀਂ ਕ੍ਰਿਟੀਸਾਈਜ਼ ਕੀਤਾ ਕਿ ਉਹਨਾਂ ਦੇ ਵਿੱਚ, ਜੇ ਉਹਨਾਂ ਵਿੱਚ ਸਹਿਣਸ਼ੀਲਤਾ ਹੈ, ਉਹਨਾਂ ਨੇ ਆਪਣੀ ਕ੍ਰਿਟੀਸਿਜ਼ਮ ਨੂੰ ਐਕਸੈਪਟ ਕੀਤਾ, ਉਹ ਇਹ ਨਹੀਂ ਹੈਗਾ ਕਿ ਸਾਨੂੰ ਲੜਨ ਆ ਗਏ। ਇਸੇ ਤਰ੍ਹਾਂ ਸਾਡੇ 'ਚ ਵੀ ਸਹਿਣਸ਼ੀਲਤਾ ਦਾ ਮਤਲਬ ਹੈ ਕਿ ਜੇ ਸਾਡੀ ਕੋਈ ਕ੍ਰਿਟੀਸਿਜ਼ਮ ਕਰਦਾ ਸਾਡੀਆਂ ਟ੍ਰੈਡੀਸ਼ਨ ਦੀਆਂ, ਸਾਡੀਆਂ ਵੈਲਿਊਜ਼ ਦੀਆਂ, ਇਟ ਇਜ਼ ਦੇਅਰ ਪੁਆਇੰਟ ਆਫ ਵਿਊ। ਤੁਸੀਂ ਆਪਣੇ ਆਪ ਆਪਣੇ ਗੁਣਾਂ ਤੇ ਕੰਮ ਕਰੋ, ਆਪਣੇ ਚਰਿੱਤਰ ਤੇ ਕੰਮ ਕਰੋ। ਲੌਂਗ ਟਰਮ ਜਦੋਂ ਤੁਹਾਡੇ ਵਿੱਚ ਉਹ ਪੁਆਇੰਟ ਆਫ ਵਿਊ ਕਲੀਅਰ ਹੋਣਾ, ਤੇ ਤੁਹਾਡੇ ਵਿੱਚ ਆਪਣੇ ਜਿਹੜੇ ਸੰਬੰਧ ਉਹ ਬਹੁਤ ਵਧੀਆ ਹੋ ਜਾਣੇ ਆ। ਇੱਕ ਸਹਿਣਸ਼ੀਲਤਾ ਦੀ ਬਹੁਤ ਵੱਡੀ ਐਗਜ਼ਾਮਪਲ ਹੁੰਦੀ ਆ। ਇਸੇ ਤਰ੍ਹਾਂ ਹੀ ਅਗਰ ਤੁਸੀਂ ਵਧੀਆ ਸਮਾਜ ਦੀ ਸਿਰਜਣਾ ਕਰਨੀ ਹੈ, ਇਸੇ ਤਰ੍ਹਾਂ ਦੀ ਹੁੰਦੀ ਆ। ਜਿੱਦਾਂ ਅਸੀਂ ਕਹਿੰਦੇ ਹਾਂ ਸਹਿਣਸ਼ੀਲਤਾ ਹੋਣੀ ਤਾਂ ਉਲਟ ਹੈ ਅਸਹਿਣਸ਼ੀਲਤਾ। ਸਾਨੂੰ ਜੇ ਅਸੀਂ ਗੁਰੂ ਘਰ ਜਾਂਦੇ ਹਾਂ, ਗੁਰੂ ਘਰ ਜਾ ਕੇ ਸਾਨੂੰ ਕੁਛ ਵੈਲਿਊਜ਼ ਮਿਲਦੀਆਂ, ਟ੍ਰੈਡੀਸ਼ਨਸ ਮਿਲਦੀਆਂ, ਉਸ ਤੋਂ ਬਾਅਦ ਕੋਈ ਕ੍ਰਿਟਿਸਿਜ਼ਮ ਮਿਲਦਾ, ਅਸੀਂ ਇੱਕਦਮ ਗਰਮ ਹੋ ਜਾਂਦੇ। ਇਹਦਾ ਮਤਲਬ ਸਾਡੀ ਸਹਿਣਸ਼ੀਲਤਾ ਘੱਟ ਆਈ, ਅਸਹਿਣਸ਼ੀਲ। ਮੈਂ ਇਹ ਨਹੀਂ ਕਹਿ ਰਿਹਾ ਕਿ ਇਨਜਸਟਿਸ ਦੇ ਖਿਲਾਫ਼ ਆਵਾਜ਼ ਉਠਾਉਣਾ ਇੱਕ ਵੱਖਰੀ ਗੱਲ, ਪਰ ਛੋਟੀਆਂ ਛੋਟੀਆਂ ਗੱਲਾਂ ਤੇ ਆਪਣੇ ਮਨ ਦੇ ਵਿੱਚ ਇੰਨਾ ਗੁੱਸਾ ਭਰ ਲੈਣਾ, ਇੱਕ ਦੂਜੇ ਨੂੰ ਜੋ ਦੇਖਦੇ ਹਾਂ ਅਸੀਂ ਗੁਰਦੁਆਰਿਆਂ ਦੇ ਵਿੱਚ, ਛੋਟੀਆਂ ਛੋਟੀਆਂ ਗੱਲਾਂ ਤੇ ਤੁਸੀਂ ਲੜਨ ਤੇ ਬਹਿ ਜਾਂਦੇ ਆ, ਇਹ ਸਿੱਖ ਧਰਮ ਦੀਆਂ ਫਿਲੋਸਫੀ ਜਾਂ ਵੈਲਿਊਜ਼ ਨਹੀਂ ਹੈਗੀਆਂ। ਔਰ ਇਹ ਵੀ ਗੱਲ ਆ ਕਿ ਵੈਲਿਊਜ਼ ਟ੍ਰੈਡੀਸ਼ਨ ਦੇ ਵਿੱਚ ਬਹੁਤ ਵੱਡਾ ਫਰਕ ਹੁੰਦਾ। ਜੋ ਅਸੀਂ ਕਰਦੇ ਹਾਂ ਇਹ ਟ੍ਰੈਡੀਸ਼ਨ ਆ, ਬਟ ਟ੍ਰੈਡੀਸ਼ਨ ਤੁਹਾਡੇ ਚਰਿੱਤਰ ਦਾ ਨਿਰਮਾਣ ਨਹੀਂ ਕਰਦੀਆਂ, ਵੈਲਿਊਜ਼ ਤੁਹਾਡੇ ਚਰਿੱਤਰ ਦਾ ਨਿਰਮਾਣ ਕਰਦੀਆਂ ਨੇ। ਜਦ ਤੱਕ ਅਸੀਂ ਆਪਣੀਆਂ ਵੈਲਿਊਜ਼ ਨੂੰ ਸਮਝਦੇ ਨਹੀਂ, ਉਹਨਾਂ ਦੀ ਪ੍ਰੈਕਟਿਸ ਕਰਨੀ ਨਹੀਂ ਸ਼ੁਰੂ ਕਰਦੇ, ਤਦ ਤੱਕ ਇਹ ਚੀਜ਼ਾਂ ਸਾਡੇ ਸਮਾਜ 'ਚ ਨਹੀਂ ਜਾਣੀਆਂ, ਅਸੀਂ ਐਗਜ਼ਾਮਪਲ ਸੈੱਟ ਕਰ ਸਕਦੇ ਹਾਂ। ਦੂਜੀ ਜਿਹੜੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਸਰ, ਕਿ ਜੇ ਹੁਣ ਅਸੀਂ ਸੇਫਟੀ ਤੇ ਸਿਕਿਉਰਿਟੀ ਦੀ ਗੱਲ ਕਰਦੇ ਹਾਂ, ਯੈਸ, ਇਹ ਇੱਕ ਆਰਗਨਾਈਜ਼ਡ ਸਾਡਾ ਇੱਕ ਨਗਰ ਕੀਰਤਨ ਹੁੰਦਾ, ਇਹਦੇ ਵਿੱਚ ਬਹੁਤ ਸਾਰੇ ਪੀਪਲਸ ਆਉਂਦੇ ਆ, ਬਹੁਤ ਸਾਰੇ ਆਉਂਦੇ ਆ। ਸਿਕਿਉਰਿਟੀ ਤੇ ਸਰਵਿਸਿਸ ਦੇ ਪੁਆਇੰਟ ਆਫ ਵਿਊ ਤੋਂ ਇੱਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ, ਐਜ਼ ਵੈਲ ਐਜ਼ ਜਿਹੜੇ ਪੀਪਲ ਪਾਰਟੀਸਪੇਟ ਕਰ ਰਹੇ। ਮੈਂ ਤਾਂ ਇੱਕ ਵਾਰ ਗਿਆ ਸੀ, ਉਸ ਤੋਂ ਬਾਅਦ ਜੋ ਮੈਨੂੰ ਪ੍ਰਮਾਤਮਾ ਲੱਗੇ, ਮੈਂ ਉਸ ਤੋਂ ਬਾਅਦ ਨਹੀਂ, ਮੈਂ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਆਪਣੀ ਤੁਹਾਡੀ ਵਿਲ ਆ, ਚੋਇਸ ਆ। ਤੁਹਾਨੂੰ ਕੋਈ ਇਨਵੀਟੇਸ਼ਨ ਨਹੀਂ ਭੇਜਦਾ ਵੀ ਤੁਸੀਂ ਨਗਰ ਕੀਰਤਨ ਚਾਹੋ, ਤੁਹਾਡੀ ਆਪਣੀ ਚੋਇਸ ਆ, ਤੁਹਾਡਾ ਆਪਣਾ ਵਿਜ਼ਡਮ ਆ। ਤੁਸੀਂ ਉੱਥੇ ਜਾ ਕੇ ਜੇ ਤੁਹਾਨੂੰ ਵਧੀਆ ਲੱਗਦਾ, ਕੰਫਰਟੇਬਲ ਆਉਂਦਾ, ਤੁਸੀਂ ਜਾਓ। ਜੇ ਤੁਹਾਨੂੰ ਲੱਗਦਾ ਉੱਥੇ ਜਾ ਕੇ ਤਰੁੱਟੀਆਂ ਨੇ ਜਾਂ ਕੁਛ ਕਮੀਆਂ ਨੇ, ਤੁਸੀਂ ਨਾ ਜਾਓ। ਇਹ ਐਡੇ ਵੱਡੇ ਇਕੱਠ ਨੂੰ ਸਾਹਮਣਾ ਸਰ ਬਹੁਤ ਔਖਾ ਆ, ਬਿਲੀਵ ਮੀ। ਜਿੰਨਾ ਸਾਡਾ ਇਨਫਰਾਸਟਰਕਚਰ ਆ ਜਾਂ ਜਿੰਨਾ ਆ ਪ੍ਰਬੰਧ ਕਮੇਟੀ ਵੀ ਇੱਕ ਲੈਵਲ ਤੱਕ ਜਾਂ ਦੂਜੇ ਲੈਵਲ ਤੱਕ, ਦੂਜੇ ਔਰ ਦੂਜੀ ਅਸੀਂ ਗੱਲ ਕਰਦੇ ਹਾਂ ਪਕੌੜੇ ਖਾਣ ਦੀ, ਦੇਖੋ ਕੋਈ ਕਿਸੇ ਦੇ ਮੂੰਹ 'ਚ ਨਹੀਂ ਪਾਉਂਦਾ, ਇਹ ਵੀ ਤੁਹਾਡੀ ਆਪਣੀ ਚੋਇਸ ਆ। ਮੇਰਾ ਓਵਰਆਲ ਕਹਿਣ ਦਾ ਮਤਲਬ ਆ, ਆਪਣੇ ਚਰਿੱਤਰ ਦਾ ਨਿਰਮਾਣ ਕਰੋ। ਜੇ ਤੁਹਾਡੇ ਚਰਿੱਤਰ ਦਾ ਨਿਰਮਾਣ ਹੋ ਗਿਆ, ਤੁਹਾਡੀ ਬੋਡੀ ਲੈਂਗੁਏਜ ਤੋਂ ਆਪਣੇ ਆਪ ਝਲਕਣ ਲੱਗ ਪੈਣਾ। ਆਈ ਥਿੰਕ ਤਾਂ ਪ੍ਰਬੰਧਕ ਕਮੇਟੀ ਨੂੰ ਵਿੱਚ ਨਾ, ਕਿ ਇਹਨਾਂ ਆਰਗਨਾਈਜ਼ ਇਹਨਾਂ ਇਹ ਸਾਡੀ ਇਕੱਠਤਾ ਤੇ ਸਾਡੀ ਜਿਹੜੀ ਯੂਨਿਟੀ ਦਾ ਪ੍ਰਤੀਕ ਤਾਂ ਹਨ, ਪਰ ਯੂਨਿਟੀ ਦੇ ਵਿੱਚ ਸਾਡੀ ਬੋਡੀ ਲੈਂਗੁਏਜ ਦੂਜੇ ਸਮਾਜ ਤੇ ਕੀ ਰਿਫਲੈਕਸ਼ਨ ਪਾ ਰਹੀ ਹੈ, ਉਹਦਾ ਵੀ ਸਾਨੂੰ ਬਹੁਤ ਧਿਆਨ ਰੱਖਣਾ ਹੈ। ਇਸ ਕਰਕੇ ਜਿੰਨੇ ਵੀ ਸਾਡੇ ਗੁਰਦੁਆਰੇ ਆ, ਉਹਨਾਂ ਦੇ ਵਿੱਚ ਸਾਡੀਆਂ ਵੈਲਿਊਜ਼ ਤੇ ਪ੍ਰੈਕਟਿਸ ਤੇ ਜ਼ਿਆਦਾ ਤੋਂ ਜ਼ਿਆਦਾ ਜ਼ੋਰ ਦਿੰਦੇ। ਜਦੋਂ ਇੱਦਾਂ ਦੇ ਇਕੱਠ ਹੋਣ ਤੇ ਸਾਡੀ ਸਹਿਣਸ਼ੀਲਤਾ, ਸਾਡੀ ਬੋਡੀ ਲੈਂਗੁਏਜ ਤੋਂ, ਸਾਡੀ ਗਿਆਨ ਤੇ ਵਿਜ਼ਡਮ ਝਲਕੇ। ਥੈਂਕ ਯੂ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਵੀਰ ਜੀ, ਬਹੁਤ ਵਧੀਆ ਕੀਤੀ ਤੁਸੀਂ। ਇਹੀ ਅਖੀਰ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਸੀ, ਜਿਹਨੂੰ ਉਹ ਕੰਕਲੂਡ ਕਰਕੇ ਗਏ ਕਿ ਠੀਕ ਹੈ, ਇਹ ਸਾਡੇ ਵੱਡੇ ਦਿਨ, ਅਸੀਂ ਦਿਖਾਉਣਾ ਚਾਹੁੰਦੇ ਹਾਂ ਪ੍ਰਤੱਖ, ਪਰ ਜਦ ਮਾੜੀਆਂ ਮਾੜੀਆਂ ਚੀਜ਼ਾਂ ਦੇ ਉੱਪਰ ਡਾਂਗਾਂ ਵਰਦੀਆਂ ਅੰਦਰ ਗੁਰੂ ਦੀ ਹਜ਼ੂਰੀ ਦੇ ਵਿੱਚ, ਉਹ ਵੀ ਦੁਨੀਆ ਹੀ ਦੇਖਦੀ ਹੈ, ਫਿਰ ਉਸ ਦਾ ਬਹੁਤ ਖਿਆਲ ਰੱਖਣ ਦੀ ਲੋੜ ਹੈ। ਡਿਫਰੈਂਸ ਆਫ ਓਪੀਨੀਅਨ ਸਦਾ ਹੋਣੇ ਨੇ, ਇੱਕ ਟੱਬਰ 'ਚ ਹੋਣੇ ਨੇ। ਸੁਣੋ ਅਗਲੇ ਦੀ, ਕਹੋ ਕੁਝ, ਕਹੋ ਕੁਝ, ਸੁਣੋ, ਟੇਬਲ ਤੇ ਬੈਠ ਕੇ ਗੱਲ ਕਰੋ, ਤੇ ਜਿਹੜਾ ਹੱਥੋਂ ਪਾਈ ਕਰਦੇ ਹਾਂ ਆਪਾਂ, ਉਹ ਕੋਈ ਹੱਲ ਨਹੀਂ ਹੈ। ਤੇ ਬਹੁਤ ਵਧੀਆ ਜਿਹੜੇ ਵਿਚਾਰ ਸਾਰਿਆਂ ਨੇ ਪਾਏ ਨੇ ਇਹਦੇ ਤੇ, ਥੋੜਾ ਜਿਹਾ ਲੰਮਾ ਚਲੇ ਗਿਆ ਕਿਉਂਕਿ ਮੈਂ ਗੱਲ ਸਾਰਿਆਂ ਨਾਲ ਕਰਨੀ ਚਾਹੁੰਦੀ, ਹਰ ਰੋਜ਼ ਇਹ ਗੱਲ ਕਰਨੀ ਚੰਗੀ ਨਹੀਂ ਲੱਗਦੀ। ਅਗਲੇ ਵੀਕ, ਅਗਲੇ ਹਫ਼ਤੇ ਟਿਪਸ ਤੇ ਆਪਾਂ ਗੱਲ ਕਰਾਂਗੇ, ਕਿਉਂਕਿ ਪਹਿਲਾ ਨਗਰ ਕੀਰਤਨ 13 ਨੂੰ ਹੈ ਰੋਸ ਗੁਰੂ ਘਰ ਵੱਲੋਂ, 20 ਨੂੰ ਫਿਰ ਸ੍ਰੀ ਗੁਰਦੁਆਰਾ ਸਾਹਿਬ ਵੱਲੋਂ, ਤੇ 28 ਨੂੰ ਆਪਣਾ ਨਗਰ ਕੀਰਤਨ ਆ ਜਿਹੜਾ ਉਹ ਆਲ ਓਵਰ ਤੇ ਅਸੋਇਸ ਦੇ ਵਿੱਚ ਹੈ। ਤੇ ਬਾਕੀ ਜਿਹੜਾ ਆਪਣੇ ਹੁੰਦਾ ਫੰਡ, ਆਪਣੇ ਜਿਹੜਾ ਲਿੰਡਨ, ਉਹਦੀਆਂ ਦੇਖ 27
ਜੇ ਆਪਣੇ ਘਰ ਦੀ ਗੱਲ ਕਰਨੀ ਹੈ ਤੇ ਗੌਰ ਨਾਲ ਤਕਰੀਬਨ ਤਿੰਨ ਕੁ ਸਦੀਆਂ ਮਗਰ ਨੂੰ ਝਾਕ ਕੇ ਦੇਖੀ, ਕਹਿਣ ਨੂੰ ਤਾਂ ਸਾਧੂ ਹੀ ਸੀ, ਪਰ ਰਿੱਧੀਆਂ ਸਿੱਧੀਆਂ ਨਾਲ ਬੜੇ ਬੜਿਆਂ ਨੂੰ ਹਿਲਾ ਦਿੰਦਾ। ਕਹਿੰਦੇ ਨੇ ਫਿਰ ਉਹਦੇ ਡੇਰੇ ਚ ਉਥਲ ਪੁਥਲ ਹੋਈ ਸੀ ਜਦੋਂ ਉਹਦੇ ਤਖ਼ਤ ਤੇ ਆ ਕੇ ਇੱਕ ਮਰਦ ਗੰਬੜਾ ਬੈਠਿਆ ਸੀ। ਚੇਲੇ ਚਾਪਿਆਂ ਨੇ ਜਾ ਕੇ ਸਾਧ ਨੂੰ ਦੱਸਿਆ, ਉਸ ਮਰਦਾ ਹੁਲੀਆ ਵਾਂਗ ਮਸ਼ਾਲਾਂ ਚਮਕਦੇ ਉਸਦੇ ਦੋ ਨੇਤਰ, ਆਇਆ ਲੱਗੇ ਹੂੰਝ ਕੇ ਵੱਡਾ ਰਣ ਖੇਤਰ, ਸਿਰਗੀ ਸਿਰ ਕਲੰਗੀ ਹੱਥਬਾਜ ਹੈ ਮੁੱਖ ਭਰਮੀ ਦਾੜੀ। ਗੁਰੂ ਦੇ ਪ੍ਰਭਾਵ ਹੇਠਾਂ ਸਚਾਈਆਂ ਜਾਣਦਾ ਮਾਧੋ ਦਾਸ ਤੋਂ ਗੁਰੂ ਦਾ ਬੰਦਾ ਬਣਿਆ। ਗੁਰੂ ਨੇ ਥਾਪੜੇ ਦੇ ਨਾਲ ਝੰਡਾ ਵੀ ਬਖਸ਼ਿਆ। ਉਸੇ ਝੰਡੇ ਹੇਠਾਂ ਫੌਜ ਇਕੱਠੀ ਹੁੰਦੀ ਚਲੇ ਗਈ। ਉਹੀ ਝੰਡੇ ਹੇਠਾਂ ਲੱਗਦੇ ਜਕਾਰਿਆਂ ਨੇ ਸਰਹੰਦ ਤੱਕ ਕੰਬਣੀ ਛੇੜੀ। ਉਸ ਝੰਡੇ ਨੇ ਗੁਰੂ ਲਾਲਾਂ ਦੀ ਸ਼ਹੀਦੀ ਪਿੱਛੇ ਰੋਸ ਨਾਲ ਧੁਕਦੇ ਹਿਰਦਿਆਂ ਨੂੰ ਐਸਾ ਵਾਲਾ ਦਿੱਤਾ, ਸਰਹੰਦ ਦੀਆਂ ਇੱਟਾਂ ਮੀਲਾਂ ਤੱਕ ਖਿਲਰ ਗਈਆਂ। ਕੌਮ ਇੱਕ ਝੰਡੇ ਹੇਠਾਂ ਇਕੱਠੀ ਸੀ। ਇੱਕ ਵਾਰ ਫੇਰ ਅਬਦਾਲੀ ਆਇਆ, ਵੱਡਾ ਘੱਲੂਘਾਰਾ ਵਾਪਰਿਆ। ਕਹਿੰਦੇ ਆ ਮਿਸਲਾਂ ਹੁੰਦੀਆਂ ਸੀ ਉਦੋਂ, ਆਪੋ ਆਪਣੇ ਸਰਦਾਰਾਂ ਦੀਆਂ ਆਪੋ ਆਪਣੀਆਂ ਮਿਸਲਾਂ। ਘੱਲੂਘਾਰੇ ਤੋਂ ਮਗਰੋਂ ਸਰਦਾਰ ਚੜ੍ਹ ਸਿੰਘ ਨੇ ਸੁਝਾਅ ਦਿੱਤਾ ਸੀ ਆਪੋ ਆਪਣੇ ਝੰਡਾ ਹੇਠਾਂ ਲੜਾਂਗੇ, ਤਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਬੋਲਿਆ ਸੀ, ਮਿਸਲ ਬੰਡ ਅਬ ਕਬਹੂ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਵੋ। ਕੌਮ ਫਿਰ ਇੱਕ ਝੰਡੇ ਹੇਠ ਕੱਟੀ ਹੋਈ। ਝੰਡੇ ਦੀ ਤਾਕਤ ਸੀ, ਅਬਦਾਲੀ ਦੀ ਸੁਲਾਹ ਦੀ ਚਿੱਠੀ ਨੂੰ ਠੋਕਰ ਮਾਰ ਦਿੱਤੀ ਗਈ। ਇੱਕ ਝੰਡੇ ਦੀ ਰਹਿਨਮਾਈ ਸੀ ਕਿ ਅਬਦਾਲੀ ਨੂੰ ਭੱਜਦੇ ਰਾਹ ਨਹੀਂ ਸੀ ਲੱਭਿਆ, ਕੌਮ ਇੱਕ ਝੰਡੇ ਹੇਠਾਂ ਇਕੱਠੀ ਸੀ। ਇਤਿਹਾਸ ਦੱਸਦਾ ਹੈ ਕਿ ਇੱਕ ਵਕਤ ਸਾਰੀ ਕੌਮ ਦਾ ਸਾਂਝਾ ਝੰਡਾ ਲਾਹੌਰ ਕਿਲੇ ਤੇ ਝੂਲਣ ਲੱਗਿਆ ਸੀ ਜਦੋਂ ਮਹਾਂਵਲੀ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਇਕੱਠੀਆਂ ਕੀਤੀਆਂ। ਕਾਬਲ ਕੰਧਾਰ ਦੀਆਂ ਕੰਧਾਂ ਤੱਕ ਇਹ ਝੰਡਾ ਝੂਲਦਾ ਰਿਹਾ। ਇਹ ਝੰਡੇ ਹੇਠਾਂ ਲੜੇ ਜਰਨੈਲਾਂ ਦੇ ਨਾਮ ਤੋਂ ਪਠਾਣ ਕੰਬਦੇ ਰਹੇ। ਵਜ੍ਹਾ ਪਤਾ ਸੀ, ਇੱਕੋ ਹੀ ਸੀ, ਕੌਮ ਇੱਕ ਝੰਡੇ ਹੇਠਾਂ ਇਕੱਠੀ ਸੀ। ਜਿਹੜੀਆਂ ਕੌਮਾਂ ਬੀਤ ਗਏ ਤੋਂ ਸੇਧ ਲੈਣੀ ਸਿੱਖ ਲੈਣ, ਉਹ ਹਾਰਦੀਆਂ ਨਹੀਂ ਹੁੰਦੀਆਂ। ਗੱਲ ਹੁਣ ਵੀ ਕੁਛ ਨਹੀਂ, ਬਸ ਹਾਲੇ ਇੱਕ ਝੰਡੇ ਹੇਠਾਂ ਇਕੱਠੇ ਨਹੀਂ। ਸੁਰਿੰਦਰ ਸਿੰਘ ਦਾਊ ਮਾਜਰਾ ਜੀ ਲਿਖਦੇ ਆ। ਇਹ ਸੀ ਜੀ ਅੱਜ ਦਾ ਪ੍ਰੋਗਰਾਮ। ਵਿਸ਼ਾ ਪਹਿਲਾਂ ਲੰਮਾ ਹੋ ਗਿਆ, ਸਾਦਗੀ ਤੇ ਮੈਂ ਗੱਲ ਪਿੰਡਾਂ ਦੀ ਅੱਜ ਕਰਨੀ ਚਾਹੁੰਦਾ ਸੀ, ਪਰ ਕਈ ਵਾਰ ਵਹਾ ਇੰਨਾ ਹੁੰਦਾ ਕਾਲਰਾਂ ਦਾ ਤੇ ਮੈਂ ਜਾਂ ਨੂੰ ਬੰਦ ਕਰਨਾ ਚਾਹੁੰਦਾ ਜਾਂ ਨੂੰ ਹੋਰ ਕਾਲਰ ਆ ਗਏ, ਫਿਰ ਮੈਂ ਡਿਸਕਨੈਕਟ ਨਹੀਂ ਕਰਿਆ। ਮੈਂ ਕਿਹਾ ਚਲੋ ਗੱਲ ਕਰ ਲਈਏ ਕੱਲ ਨੂੰ ਸਾਦਗੀ ਦੀ, ਫਿਰ ਮੇਰਾ ਪਿੰਡ ਆ, ਮੇਰਾ ਪਿੰਡ ਮੇਰੇ ਖੇਤ 'ਚ ਗੱਲ ਕਰ ਲਿਆਂਗੇ, ਸਿੰਪਲ, ਹੋਰ ਵੀ ਗੱਲ ਵਧੀਆ ਹੋ ਜੂ। ਅਖੀਰ 'ਚ ਇੱਕ ਗੀਤ ਤੁਹਾਡੇ ਲਈ, 11 ਵਜੇ ਕੱਲ੍ਹ ਨੂੰ ਫਿਰ ਵਾਪਸੀ ਹੈ। ਰੱਬ ਰਾਖਾ।